ഡോക്ടർ ദലീപ് കോട്ടി വാണാന്ത നോവൽ തില്ലി ദ നിഷാൻ സമർപ്പിത ഹൈ സിഖ് എൽ ഐ ദ ക്യാപ്റ്റൻ കരം ദേ നാം ജിഹ്ഡാ ലഡായി നൂ ഗിയാ താ സീ ਪਰ ਪਰਤ ਕੇ ਨਹੀਂ ਆਇਆ। ਪਹਿਲਾ ਅੰਗ ਵੇਲਾ ਆਥਣ ਦਾ। ਅਸਮਾਨ ਉੱਤੇ ਪਾਣੀ ਦੇ ਭਰੇ ਬੱਦਲ ਬਿਨ ਬਰਸਿਆਂ ਲੰਘੇ ਜਾ ਰਹੇ ਸਨ। ਸੁੱਕ ਕੇ ਤਰੇੜੋ ਤਰੇੜ ਹੋਏ ਮੜੀਆਂ ਵਾਲੇ ਟੋਭੇ ਦੇ ਕੰਢੇ ਖੜਾ ਇੱਕ ਬਗਲਾ ਅੱਖਾਂ ਫਾੜ ਫਾੜ ਉੱਡਦੇ ਜਾਂਦੇ ਬੱਦਲਾਂ ਵੱਲ ਵੇਖ ਰਿਹਾ ਸੀ। ਪਹੇ ਪਹੇ ਨਿੱਕੀਆਂ ਵੱਡੀਆਂ ਪਿੰਡ ਦੀਆਂ ਕੁੜੀਆਂ ਟੋਭੇ ਵੱਲ ਗੁੱਡੀ ਫੂਕਣ ਆ ਰਹੀਆਂ ਸਨ। ਹੈ ਹੈ ਧੀਏ ਮੋਰਨੀਏ ਤੇਰੇ ਗਜ ਗਜ ਲੰਬੇ ਵਾਲ ਧੀਏ ਮੋਰਨੀਏ ਤੈਨੂੰ ਪਈ ਸਮਾਨੋ ਬਿੱਜ ਨੀ ਧੀਏ ਮੋਰਨੀਏ। ਗੁੱਡੀ ਕਿਸੇ ਦੀ ਧੀ ਹੁੰਦੀ ਹੈ ਤੇ ਕਿਸੇ ਦੀ ਨੂੰ। ਇਹਦੀ ਮੌਤ ਉੱਤੇ ਜਾਣਦੇ ਸਹੇੜਦੇ ਰੁਦਨ ਕਰਦੇ ਹਨ, ਕੀਰਨੇ ਪਾਉਂਦੇ ਹਨ, ਸਿਆਪੇ ਹੁੰਦੇ ਹਨ। ਜਵਾਨ ਕੁੜੀ ਦੀ ਕਹਿਰ ਦੀ ਮੌਤ ਉੱਤੇ ਰੱਬ ਵੀ ਰੋਏਗਾ, ਇਹ ਉਹਨਾਂ ਦਾ ਵਿਸ਼ਵਾਸ ਹੈ। ਇਉਂ ਮੀਂਹ ਪੈ ਜਾਏਗਾ। ਧੀ ਬੇਸ਼ੱਕ ਮਰ ਜੇ ਪਰ ਜਮਾਈ ਨਾ ਕਿਸੇ ਦਾ ਮਰੇ। ਬੰਨੇ ਉੱਤੇ ਖੜੋਤੀ ਦੂਰ ਨਹਿਰ ਦੀ ਪਟੜੀ ਚੜ੍ਹਦੀ ਕਾਰ ਵੱਲ ਤੱਕ ਕੇ ਇੰਦਰ ਕੌਰ ਬੁੜੀ ਨੇ ਜੀ 'ਚ ਕਿਹਾ। ਫਿਰ ਉਹ ਆਪਣੇ ਘੱਗਰੇ ਨਾਲੋਂ ਅਲੇਹਾ ਲਾਉਣ ਲੱਗ ਪਈ। ਚੱਲ ਉੱਠ ਵੀ ਹੁਣ, ਖੂਹ ਵੱਲ ਹੋ ਕੇ ਮੁੜੇ ਆਉਂਦੇ ਸਰਦਾਰ ਉੱਤਮ ਸਿੰਘ ਨੇ ਤੁਰੇ ਜਾਂਦੇ ਨਹੀਂ ਇੰਦਰ ਕੌਰ ਨੂੰ ਆਖਿਆ। ਮਖਾਂ ਗੁਲਾਬ ਕੁਰ ਕੇ ਬਾਪੂ ਜੀ ਕੁੜੀ ਦਾ ਕੀ ਬਣੂ ਹੁਣ, ਮੈਨੂੰ ਤਾਂ ਦਿਨ ਰਾਤ ਇਹੀ ਸੋਚ ਵੱਢ ਵੱਢ ਖਾਈ ਜਾਂਦੀ ਹੈ। ਇੰਦ ਕੌਰ ਹੌਕਾ ਜਿਹਾ ਭਰ ਕੇ ਮਗਰ ਤੁਰੀ ਆਉਂਦੀ ਨੇ ਕਿਹਾ, ਕੌਣ ਕੁੜੀ? ਕਿਰਨ ਬਣਨਾ ਬਣਾਉਣਾ ਸਹੁਰੀ ਦਾ ਕੀ ਹੈ ਹੁਣ, ਸੁੱਖੇ ਦਾ ਵੀ ਤਾਂ ਵੇਲਾ ਲੰਘਿਆ ਹੀ ਸੀ, ਐਵੇਂ ਇਹਦਾ ਲੰਘ ਜੂ। ਪਰ ਮਖਾਂ ਜੀ, ਸੁੱਖੇ ਦੇ ਤਾਂ ਸੁੱਖ ਨਾਲ ਦੋ ਜਵਾਕ ਸੀ, ਦਿਨ ਟੁੱਟ ਗਏ ਉਹਨਾਂ ਦੇ ਆਸਰੇ। ਇਹ ਤਾਂ ਵਿਚਾਰੀ ਬਸ ਚਾਰ ਲਾਵਾਂ ਦੀ ਸਾਰੀ ਚੋਰ ਹੈ, ਨਾਲੇ ਉਹ ਤਾਂ ਜ਼ਮਾਨੇ ਹੋਰ ਸੀ। ਕੀ ਕਰੀਏ ਫਿਰ, ਮਰਜ਼ੀਆਂ ਨੇ ਰੱਬ ਦੀਆਂ। ਮੈਂ ਆਖ ਰਿਹਾ ਜਸਵੰਤ ਸਿੰਘ ਨੂੰ ਵੀ ਨਾ ਕਰ ਫੌਜੀ ਨੂੰ ਸਾਕ, ਇੱਕ ਨਾ ਸੁਣੀ। ਅਖੇ ਰੱਬ ਇੱਕੋ ਹੈ ਸਭ ਥਾਈ, ਉਹਨੂੰ ਕੀ ਪਤਾ ਸੀ ਇਸ ਭਾਣੇ ਦਾ। ਆਪ ਵੀ ਦੇਖ ਲੈ, ਅੱਧਾ ਨਹੀਂ ਰਿਹਾ ਜਿੱਦਣ ਦੀ ਇਹ ਹੋਣੀ ਵਰਤੀ ਹੈ। ਤੈਂ ਮਸਾਲਾ ਦਵਾਤਾ ਸੀ ਘੋੜੇ ਨੂੰ? ਆਹੋ, ਨੂਣ ਦੀ ਮੁੱਠੀ ਵੀ ਪਾਤੀ ਸੀ ਵਿੱਚ। ਕਮਲੀ ਰੰਗ ਬਿਰੰਗੇ ਲੀੜੇ ਪਾਈ ਫਿਰਦੀ ਸੀ। ਇੱਥੇ ਪਿੰਡਾਂ 'ਚ ਤਾਂ ਸੌ ਸੌ ਵਿਚਾਰਾਂ ਕਰਨ ਲੱਗ ਜਾਂਦੀਆਂ ਨੇ ਤੀਵੀਆਂ। ਇਹ ਤਾਂ ਮਾਂ ਨੂੰ ਚਾਹੀਦਾ, ਉਹਦੀ ਨੂੰ, ਉਹਨੂੰ ਨਿਆਣੀ ਨੂੰ ਕੀ ਪਤਾ। ਤੈਂ ਘਿਓ ਦੀ ਪੀਪੀ ਰਖਾਤੀ ਸੀ ਕਾਰ 'ਚ? ਆਹੋ, ਧੌਣਕ ਸ਼ੱਕਰ ਵੀ ਪਾਤੀ ਸੀ ਅਧੀਏ 'ਚ, ਕੁਛ ਮੂੰਗਫਲੀ ਦੀਆਂ ਗਿਰੀਆਂ ਪਾਈਆਂ ਸੀ ਕੱਢੀਆਂ, ਵੀ ਖਾਤਰ ਉਹ ਬੰਨਤੀਆਂ ਨਾਲ, ਵੀ ਖਾਤਰ ਹੋਰ ਕੱਢ ਲਾਂਗੇ। ਪੰਜੀਰੀ ਰਲਾਤੀ ਸੀ, ਮੈਂ ਕਿਹਾ ਦਾਦੇ ਦਾਦੀ ਕੋਲ ਚੱਲੀ ਹੈ, ਇੰਦ ਕੌਰ ਨੇ ਦੱਸਿਆ। ਪਿੰਡ ਨੇੜੇ ਆ ਜਾਣ ਕਰਕੇ ਸਰਦਾਰ ਉੱਤਮ ਸਿੰਘ ਕਾਲੇ ਕਦਮੀ ਇੰਦ ਕੌਰ ਤੋਂ ਕਾਫ਼ੀ ਅੱਗੇ ਲੰਘ ਗਿਆ। ਇੰਦ ਕੌਰ ਰਾਹ 'ਚ ਜਿਉਣੇ ਝੋਰ ਤੋਂ ਟੋਕਰੇ ਪੁੱਛਣ ਲਈ ਖੜੋ ਗਈ। ਕਿਰਨ ਹੋਰਾਂ ਨੂੰ ਪਟਿਆਲੇ ਘਰ ਪਹੁੰਚਦਿਆਂ ਨੂੰ ਇੱਕ ਵਿਆਹ ਦਾ ਕਾਰਡ ਆਇਆ ਪਿਆ ਸੀ। ਅੱਜ ਹੀ ਕਿਰਨ ਦੀ ਸਹੇਲੀ ਦਾ ਵਿਆਹ ਸੀ। ਕਿਰਨ ਜਾਣ ਲਈ ਤਿਆਰ ਹੋਣ ਲੱਗੀ। ਉਹਨੇ ਪਿਆਜ਼ੀ ਸੁੱਚੇ ਰੇਸ਼ਮ ਦਾ ਸੂਟ ਪਾਇਆ, ਢੁੱਕਵੀਂ ਹਲਕੀ ਲਿਪਸਟਿਕ ਲਗਾਈ, ਉੱਤੇ ਗੋਟੇ ਵਾਲੀ ਚੁੰਨੀ ਸੀ, ਕੰਨੀ ਮੋਤੀਆਂ ਵਾਲੇ ਝੁਮਕੇ, ਨੱਕ ਹੀਰੇ ਦੀ ਤੀਲੀ। ਗੁਰੂ ਮਹਾਰਾਜ ਵਾਲੇ ਕਮਰੇ 'ਚ ਧੂਫ ਡੰਗ ਕੇ ਮੁੜੀ ਆਉਂਦੀ ਉਹਦੀ ਮਾਂ ਨੇ ਆਪਣੀ ਧੀ ਦੇ ਰੂਪ ਜਵਾਨੀ ਵੱਲ ਜਦੋਂ ਦੇਖਿਆ ਉਹ ਸਹਿਮ ਜੀ ਗਈ। ਆਖੇ ਤਾਂ ਉਹ ਕਿਰਨ ਨੂੰ ਕੀ ਆਖੇ। ਅੰਗ 2। ਦੀਵਿਆਂ ਮਿਲਦਿਆਂ ਨਾਲ ਇੱਕ ਧੁੰਦ ਜਿਹੀ 'ਚ ਲਪੇਟੇ ਸ਼ਹਿਰ ਦੇ ਮਹਿਲ ਮਾੜੀਆਂ ਕੋਲ ਦੀ ਕਿਰਨ ਕਾਰ 'ਚ ਤੇਜ਼ੀ ਨਾਲ ਲੰਘੀ ਜਾ ਰਹੀ ਸੀ। ਪਰਸ 'ਚੋਂ ਸ਼ੀਸ਼ਾ ਕੱਢ ਕੇ ਉਹਨੇ ਰੁਮਾਲ ਨਾਲ ਕੱਜਲ ਠੀਕ ਕੀਤਾ। ਸ਼ੀਸ਼ੇ 'ਚ ਆਪਣੀ ਸ਼ਕਲ ਉਹਨੂੰ ਧੁੰਦਲੀ ਧੁੰਦਲੀ ਦਿਸੀ। ਸ਼ਰਨਜੀਤ ਦਾ ਵਿਆਹ ਹੋ ਰਿਹਾ, ਉਹਨੇ ਜਿਵੇਂ ਆਪਣੇ ਆਪ ਨੂੰ ਦੱਸਿਆ। ਵਿਆਹ ਤਾਂ ਉਹਦਾ ਵੀ ਹੋਇਆ ਸੀ, ਪਰ ਉਹ ਸਭ ਕੁਝ ਉਹਨੂੰ ਸੁਪਨੇ ਦੀ ਨਿਆਈ ਜਾਪਿਆ। ਕਿਸੇ ਫਿਲਮ ਦੇ ਸੀਨ ਵਾਂਗ ਇੱਕ ਫੌਜੀ ਅਫਸਰ ਨਾਲ ਉਹਨੇ ਚਾਰ ਭੁਆਂਟਣੀਆਂ ਲਈਆਂ ਸਨ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹਦਾ ਪੱਲਾ ਫੜਿਆ ਸੀ ਅਤੇ ਸਾਰੀ ਉਮਰ ਦਾ ਸਾਥ ਨਿਭਾਉਣ ਦੀ ਸਹੁੰ ਖਾਧੀ ਸੀ। ਕਿਰਨਜੀਤ ਨੂੰ ਸਿਰਫ ਇੰਨਾ ਕੁ ਯਾਦ ਹੈ ਕਿ ਬੜਾ ਇਕੱਠ ਵੱਠ ਸੀ ਉਸ ਦਿਨ ਅਤੇ ਗਾਣ ਵਜਾਣ ਹੋ ਰਿਹਾ ਸੀ। ਵਿਦਾ ਵੇਲੇ ਉਹਦੇ ਦਾਦੇ ਨੇ ਸਿਰ 'ਤੇ ਪਿਆਰ ਦਿੱਤਾ ਸੀ ਅਤੇ ਰੋ ਪਿਆ ਸੀ। ਪਹਿਲੀ ਵਾਰੀ ਉਹਨੇ ਆਪਣਾ ਦਾਦਾ ਰੋਂਦਾ ਵੇਖਿਆ ਸੀ। ਕਾਰ 'ਚ ਸਾਰਾ ਵੇਲਾ ਨੀਵੀਂ ਪਾਈ ਬੈਠੀ ਰਹੀ ਸੀ। ਗਰਦਨ ਵੀ ਦੁਖਣ ਲੱਗ ਪਈ ਸੀ ਕਿਉਂਕਿ ਉਹਨੇ ਜਦੋਂ ਵੀ ਨਜ਼ਰਾਂ ਚੁੱਕੀਆਂ ਫੌਜੀ ਅਫਸਰ ਉਸੇ ਵੱਲ ਵੇਖ ਰਿਹਾ ਹੁੰਦਾ ਸੀ। ਉਹਦੀਆਂ ਨਜ਼ਰਾਂ ਦੀ ਤਾਪ ਕਿਹੜਾ ਝੱਲੀ ਜਾਂਦੀ ਸੀ। ਰਾਹ 'ਚ ਇੱਕ ਥਾਂ ਉਹ ਚਾਹ ਪੀਣ ਲਈ ਰੁਕੇ।
ਇੱਕ ਮੰਗਤੀ ਨੇ ਆ ਕੇ ਅਸੀਸਾਂ ਦੇਣ ਇੱਕ ਮੰਗਤੀ ਆ ਕੇ ਅਸੀਸਾਂ ਦੇਣ ਲੱਗ ਪਈ ਸੀ। ਫੌਜੀ ਅਫਸਰ ਨੇ ਦਸਾਂ ਦਾ ਨੋਟ ਕੱਢ ਕੇ ਉਹਨੂੰ ਦੇ ਦਿੱਤਾ। ਮੰਗਤੀ ਨੂੰ ਇੱਕ ਪਲ ਤਾਂ ਜਿਵੇਂ ਇਤਬਾਰ ਜਿਹਾ ਨਾ ਆਇਆ, ਫਿਰ ਉਹ ਖੜੀ ਲੱਖ ਲੱਖ ਅਸੀਸਾਂ ਦੇਣ ਲੱਗੀ। ਜੁਗ ਜੁਗ ਜੀਓ, ਜੋੜੀ ਬਣੀ ਰਹੇ, ਦੁੱਧੀ ਨਾਵੋ, ਰੱਬ ਪੁੱਤ ਦੇਵੇ, ਰੱਬ ਪੁੱਤ ਦੇਵੇ। ਸੁਣ ਕੇ ਫੌਜੀ ਅਫਸਰ ਨੇ ਕਿਰਨ ਦੇ ਪੋਲੀ ਜੀ ਕੂਹਣੀ ਮਾਰੀ ਤੇ ਹੱਸ ਪਿਆ। ਰਾਹ ਵਿੱਚ ਲੁਧਿਆਣੇ ਦੇ ਉੱਚੇ ਪੁਲ ਕੋਲ ਉਹਨਾਂ ਦੀ ਕਾਰ ਨੂੰ ਫਿਰ ਇੱਕ ਵਾਰੀ ਰੁਕਣਾ ਪਿਆ। ਅੱਗੇ ਅੱਗੇ ਕਿਸੇ ਦੀ ਅਰਥੀ ਜਾ ਰਹੀ ਸੀ। ਇਸ ਪੁਲ ਫੌਜੀ ਅਫਸਰ ਨੇ ਕਿਰਨ ਦੇ ਨਾਲ ਬੈਠੀ ਲਾਗਣ ਤੇ ਅੱਗੇ ਬੈਠੇ ਉਹਦੇ ਚਾਚੇ ਦੇ ਪੁੱਤ ਭਰਾ ਦੇ ਸਾਹਮਣੇ ਹੀ ਕਿਰਨ ਦੇ ਮੋਢਿਆਂ ਉੱਪਰੋਂ ਦੀ ਬਾਂਹ ਬੁਲਾ ਲਈ ਤੇ ਆਪਣੇ ਨਾਲ ਜੇ ਲਾ ਲਿਆ। ਕਿਰਨਜੀਤ ਨੂੰ ਇੰਨਾ ਕੁ ਯਾਦ ਹੈ ਉਹ ਸਨੇਡਾ ਲੰਬਾ ਸਫ਼ਰ ਕਿੱਡੀ ਛੇਤੀ ਮੁੱਕ ਗਿਆ ਸੀ। ਡੋਲੀ ਫੌਜੀ ਅਫਸਰ ਦੇ ਘਰ ਪਹੁੰਚੀ ਤਾਂ ਇੱਕ ਚੁੱਪ ਚਾਂ ਜੀ ਵਰਤੀ ਪਈ ਸੀ। ਤਾਰ ਰਾਹੀਂ ਫੌਜੀ ਅਫਸਰ ਨੂੰ ਤੁਰੰਤ ਵਾਪਸ ਬੁਲਾਇਆ ਗਿਆ ਸੀ। ਜੰਗ ਲੱਗ ਗਈ ਸੀ। ਉਸੇ ਸ਼ਾਮ ਰਾਤ ਦੇ 9:30 ਵਜੇ ਦੀ ਗੱਡੀ ਸਾਰੇ ਮਿੱਤਰਾਂ ਸੰਬੰਧੀਆਂ ਅਤੇ ਘਰਦਿਆਂ ਦੇ ਨਾਲ ਕਿਰਨਜੀਤ ਵੀ ਤੇਜਵੰਤ ਨੂੰ ਸਟੇਸ਼ਨ ਉੱਤੇ ਛੱਡਣ ਗਈ। ਮਾਂ ਉਹਦੀ ਨੇ ਪਿਆਰ ਦਿੱਤਾ ਅਤੇ ਅੱਖਾਂ ਭਰ ਲਈਆਂ। ਪਿਓ ਉਹਦੇ ਨੇ ਕੰਬਦੇ ਹੱਥਾਂ ਨਾਲ ਥਾਪੀ ਦਿੱਤੀ। ਬਾਕੀ ਸਾਰਿਆਂ ਨਾਲ ਹੱਥ ਮਿਲਾ ਕੇ ਉਹ ਕਿਰਨਜੀਤ ਕੋਲ ਆਇਆ। ਉਹਦੇ ਦੋਵੇਂ ਮੋਢਿਆਂ 'ਤੇ ਹੱਥ ਰੱਖ ਕੇ ਬੋਲਿਆ, ਛੇਤੀ ਆ ਜਾਂਗਾ। ਪਰ ਆ ਨਹੀਂ ਸਕਿਆ, ਮਾਰਿਆ ਗਿਆ। ਫਿਰ ਇੱਕ ਹੋਰ ਸੀਨ ਵਾਂਗ ਪਹਿਲੇ ਘਰ ਵਿੱਚ ਗਾਣ ਵਜਾਣ ਹੋਇਆ, ਹੁਣ ਰੋਣ ਧੋਣ ਹੋਇਆ। ਕਿਰਨਜੀਤ ਨੂੰ ਨਾ ਇਸ ਵਿਆਹ ਦਾ ਇਤਬਾਰ ਆਇਆ ਸੀ ਅਤੇ ਨਾ ਇਸ ਮੌਤ ਦਾ। ਨਾ ਉਹਨੇ ਬਾਹਾਂ 'ਚੋਂ ਚੂੜੀਆਂ ਭੰਨੀਆਂ ਅਤੇ ਨਾ ਨੱਕ 'ਚੋਂ ਤੀਲੀ ਲਾਈ। ਕਿਸੇ ਨੇ ਉਹਨੂੰ ਕਿਹਾ ਵੀ ਨਾ। ਉਹਨੂੰ ਇਸ ਗੱਲ ਦਾ ਦੁੱਖ ਜ਼ਰੂਰ ਸੀ ਕਿ ਉਹਦਾ ਪਾਪਾ ਸੈਰ ਵੇਲੇ ਹੁਣ ਸੋਟੀ ਲੈ ਕੇ ਜਾਂਦਾ ਸੀ। ਅੰਗ ਤੀਸਰਾ ਹੈ। ਬੀਬੀ ਸ਼ਰਨਜੀਤ ਦਾ ਭਰਾ ਅਮਰੀਕਾ ਤੋਂ ਉਸ ਲਈ ਬੜੀਆਂ ਹੀ ਸੋਹਣੀਆਂ ਸਾੜੀਆਂ ਲੈ ਕੇ ਆਇਆ ਸੀ। ਆਪਾਂ ਜਾਂਦੇ ਨੂੰ ਪੈਸੇ ਦੇ ਦਿਆਂਗੇ, ਉਹ ਮੇਰੇ ਲਈ ਵੀ ਭੇਜ ਦਿਉ। ਕੰਘਾ ਉਹਨੂੰ ਫੜਾ ਵਾਲ ਵਾਹੁਣ ਲਈ ਆਪਣੀ ਮਾਂ ਦੇ ਅੱਗੇ ਬੈਠਦੀ ਕਿਰਨਜੀਤ ਬੋਲੀ। ਮਾਂ ਉਹਦੀ ਨੇ ਕੋਈ ਹੁੰਗਾਰਾ ਨਾ ਭਰਿਆ। ਅਸਮਾਨ ਉੱਤੋਂ ਦੀ ਇੱਕ ਕੂੰਜਾਂ ਦੀ ਡਾਰ ਲੰਘੀ ਜਾ ਰਹੀ ਸੀ। ਕਾਲੀ ਚਿੱਟੀ ਇੱਕ ਜੰਗਲੀ ਚਿੜੀ ਨਾ ਜਾਣੇ ਅੱਜ ਕਿੱਧਰੋਂ ਆ ਗਈ ਸੀ। ਹੁਣ ਬੋਝ ਬੋਝ ਕੇ ਪੈਰ ਧਰਦੀ ਆਲੇ ਦੁਆਲੇ ਦਾ ਬੜਾ ਧਿਆਨ ਨਾਲ ਨਿਰੀਖਣ ਕਰ ਰਹੀ ਸੀ। ਮੈਨੂੰ ਇਉਂ ਲੱਗਦਾ ਬੀਬੀ ਜਿਵੇਂ ਇਸ ਚਿੜੀ ਦਾ ਨਾਂ ਵੀ ਕਿਰਨ ਹੋਵੇ, ਕਿਰਨਜੀਤ ਨੇ ਹੱਸ ਕੇ ਕਿਹਾ। ਤੂੰ ਵਾਲਾਂ ਨੂੰ ਹੁਣ ਖੁਸ਼ਬੂ ਵਾਲਾ ਤੇਲ ਕਾਹਨੂੰ ਲਾਉਂਦੀ ਹੁੰਦੀ ਹੈ, ਵਾਲ ਵਾਹੁੰਦੀ, ਉਹਦੀ ਮਾਂ ਬੋਲੀ। ਤੂੰ ਤਾਂ ਬੀਬੀ ਹੁਣ ਬੁੱਢੀ ਹੋ ਗਈ ਸਮਝੋ। ਹਾਂ ਸੱਚ, ਖੁਸ਼ਬੂ ਤੋਂ ਗੱਲ ਯਾਦ ਆ ਗਈ। ਹੁਣ ਜਦੋਂ ਮਾਸੀ ਜੀ ਕੋਲ ਲਖਨਊ ਜਾਏਂਗੀ ਤਾਂ ਉੱਥੋਂ ਮੋਤੀਏ ਦਾ ਇੱਤਰ ਲੈ ਕੇ ਆਈ। ਉੱਥੇ ਆਖਦੇ ਨੇ ਸਭ ਤੋਂ ਚੰਗਾ ਬਣਦਾ ਹੈ। ਕਮਲੀ ਨਹੀਂ ਬਣੀਦਾ, ਤੈਨੂੰ ਤਾਂ ਹੁਣ ਫੂਕ ਫੂਕ ਕੇ ਪੈਰ ਧਰਨਾ ਚਾਹੀਦਾ। ਧਰਤੀ ਛੂਹ ਦੇ ਭਾਰੇ ਵਾਲਾਂ ਦੇ ਥੱਬੇ ਦੀ ਗੁੱਤ ਕਰਦੀ ਉਹ ਬੋਲੀ। ਪਿਛਲੇ ਜਨਮ 'ਚ ਤੂੰ ਭਲਾ ਕੀ ਹੁੰਦੀ ਹੋਏਂਗੀ ਬੀਬੀ? ਗਊ ਮਾਤਾ ਹੁੰਦੀ ਹੋਏਂਗੀ, ਘਾਹ ਚਰਨਾ ਅਤੇ ਦੁੱਧ ਦੇਣਾ, ਹੋਰ ਕੋਈ ਸ਼ੌਕ ਨਹੀਂ। ਬਸ ਗਊ ਮਾਤਾ ਹੋਵੇ ਤੇਰੀ ਦਾਦੀ, ਮੈਂ ਕਿਉਂ ਵਾਂ? ਗੁੱਤ ਕਰਕੇ ਕੰਘਾ ਉਹਨੂੰ ਮੋੜਦੀ ਉਹ ਬੋਲੀ। ਮੇਰੀ ਦਾਦੀ ਦੀਆਂ ਕੌਣ ਰੀਸਾਂ ਕਰ ਲਓ, 60 ਵਰ੍ਹਿਆਂ ਦੀ ਉਹ ਹੋ ਗਈ ਅਤੇ ਦਾਦਾ ਮੇਰਾ ਅਜੇ ਵੀ ਅੱਗੇ ਪਿੱਛੇ ਪੈਲਾਂ ਪਾਉਂਦਾ ਰਹਿੰਦਾ। ਅਜੇ ਵੀ ਕੱਢਵੀਂ ਜੁੱਤੀ ਪਾ ਕੇ ਰੱਖਦੀ ਹੈ, ਰਾਤ ਨੂੰ ਬਿਲਾ ਨਾਗਾ ਨਹਾ ਕੇ ਕੱਪੜੇ ਬਦਲ ਕੇ ਸੌਂਦੀ ਹੈ। ਆਂਟੀ ਹਮ ਆ ਗਏ, ਆਂਟੀ ਹਮ ਆ ਜਾਏ, ਗੁਆਂਢੀਆਂ ਦੇ ਨਿੱਕੇ ਜਿਹੇ ਬਿੰਟੂ ਨੇ ਦਰਵਾਜ਼ੇ ਵਿੱਚੋਂ ਅੰਦਰ ਝਾਕ ਕੇ ਕਿਰਨਜੀਤ ਨੂੰ ਪੁੱਛਿਆ। ਉਹ ਵੈਰੀ ਗੁੱਡ, ਤੁਮੋ ਬੰਟੀ, ਆ ਜਾਓ। ਕਿਰਨਜੀਤ ਨੇ ਮਾਂ ਦੇ ਅੱਗੇ ਉੱਠਦੀ ਨੇ ਬਹੁਤ ਖੁਸ਼ ਹੋ ਕੇ ਆਖਿਆ। ਆਪਕੇ ਲਈ ਫੁੱਲ ਲਾਇਆ ਹੂੰ, ਬਿੰਟੂ ਨੇ ਲਾਲ ਗੁਲਾਬ ਦਾ ਇੱਕ ਵੱਡਾ ਸਾਰਾ ਫੁੱਲ ਕਿਰਨਜੀਤ ਨੂੰ ਦਿੰਦਿਆਂ ਕਿਹਾ। ਥੈਂਕ ਯੂ ਵੈਰੀ ਮੱਚ, ਕਿਰਨ ਨੇ ਫੁੱਲ ਫੜ ਕੇ ਬਿੰਟੂ ਨੂੰ ਪਿਆਰ ਕਰਦਿਆਂ ਕਿਹਾ। ਬਾਲੋ ਮੈਂ ਲਗਾ ਲਓ, ਬਿੰਟੂ ਬੋਲਿਆ। ਕਿਰਨ ਨੇ ਫੁੱਲ ਵਾਲਾਂ 'ਚ ਟੰਗ ਲਿਆ। ਮਾਂ ਉਹਦੀ ਨੇ ਤਿਊੜੀਆਂ ਪਾ ਕੇ ਕਿਰਨਜੀਤ ਵੱਲ ਦੇਖਿਆ ਤਾਂ ਸਹੀ, ਪਰ ਆਖਿਆ ਕੋਈ ਨਾ। ਆਓ ਆਂਟੀ, ਛੂਹਣ ਛੁਆਈ ਖੇਲਣੇ, ਬਿੰਟੂ ਬੋਲਿਆ। ਅਗਲੇ ਪਲੋ ਥਮਲਿਆਂ ਦੇ ਦੁਆਲੇ ਮੰਜਿਆਂ ਕੁਰਸੀਆਂ ਦੇ ਦੁਆਲੇ ਵਿਹੜੇ ਵਿੱਚ ਉੱਚੀ ਉੱਚੀ ਹੱਸਦੇ ਛੂਹ ਛੁਆਈ ਖੇਡ ਰਹੇ ਸਨ। ਇਸ ਕੁੜੀ ਦੀ ਤਾਂ ਜਮਾਂ ਹੀ ਮੱਤ ਮਾਰੀ ਹੈ, ਲੰਗਰ 'ਚ ਬੈਠੀ ਚੌਲ ਚੁਗਦੀ ਮਾਂ ਉਹਦੀ ਬੁੜਬੁੜ ਕਰਦੀ ਰਹੀ। ਬਾਪ ਉਹਦਾ ਪਰੇ ਬੈਠਾ ਅਖਬਾਰ ਪੜ੍ਹਦਾ, ਕਦੇ ਕਦੇ ਉਹਨਾਂ ਵੱਲ ਵੇਖ ਲੈਂਦਾ। ਉਹਦੇ ਚਿਹਰੇ ਤੋਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ ਕਿ ਉਹ ਖੁਸ਼ ਹੈ ਜਾਂ ਉਦਾਸ। ਬਨੇਰੇ ਉੱਤੇ ਬੈਠਾ ਇੱਕ ਕਾਂ ਕੁਰਲਾ ਰਿਹਾ ਸੀ। ਅੰਗ ਚੌਥਾ ਮੌਸਮ ਬਦਲ ਰਿਹਾ ਸੀ, ਗਰਮੀ ਆਪਣਾ ਜ਼ੋਰ ਵਿਖਾ ਕੇ ਮੁੜ ਚੱਲੀ ਸੀ। ਦਿੱਲੀ ਤੋਂ ਕਿਰਨਜੀਤ ਦੇ ਨਾਂ ਇੱਕ ਚਿੱਠੀ ਆਈ, ਉਹਨੂੰ ਤਮਗਾ ਦੇਣ ਲਈ ਭਰੇ ਦਰਬਾਰ 'ਚ ਸੱਦਿਆ ਸੀ। ਕੋਈ ਚਿੱਟੀ ਸਾੜੀ ਪਾ ਕੇ ਜਾਈ, ਮਾਂ ਉਹਦੀ ਨੇ ਆਖਿਆ।
पर उस कोल तां कोई चिट्टी साड़ी है ही नहीं सी। खरीद लै कोई, ओहदी मां ने सलाह दित्ती। इस पखंड की की लोड़ है, रब जग भी तो रखना हुंदा है। जग की सानू परवाह नहीं ते रब नू साड़ी परवाह नहीं, जिवें जी आऊ करांगे। आहो खलने केड़े केड़े दी है, करनी तां अपनी मर्जी है, आखदी ओहदी मां मिर्चां दा अचार पाउण बैठ गई। किरणजीत ने झावे नाल कूच कूच के पैर धोते, क्रीम वाली नैचुरल रंग का नेल पॉलिश लाया, नीले रंग की साड़ी पाई। नीला जड़ा अनंतता का रंग है, इस रंग की साड़ी नाल नक विचले हीरे की तीली वधेरे दगदी प्रतीत हुंदी सी। अपने बाप नालों दिल्ली आई, तमगे इनाम पैसे सिलाई मशीना लैण वालियां इस्त्रियां की कतार च बैठी दा उहदा किसी ने नाम बोलिया ते कहा मिसिज तेजवंत सिंह गिल, तां उह अपनी थां तों कोई ना उठी। दो कु वारी नाम बोलण तों मगरों हार के अगले ने कहा मिसिज करनजीत तेजवंत सिंह गिल। वह पड़वाई उठ खड़ी हुई, जाके तमगा लै आई। तमगा लैण लगी उह होरना औरतां वांग रोई भी नहीं सी। इस गल का जिक्र पिछों प्रधानगी भाषण च प्रधान जी ने भी किया ते कहा हमारे जो जो बहादुर देश और कौम के लिए शहीद हुए हैं वो मरे नहीं, वो तो अमर हैं, उनके लिए हमें रोना नहीं चाहिए। देखो मिसिज तेजवंत कितनी बहादुर है। पर किरणजीत नूं लग्या सब गलत है, ये सब बकवास है। पखे की हवा ना लुड़दी, प्रधान जी की बोधी भी उन्होंने यही कहती लगी। भले नूं उन्हूं हासा आ चलिया सी, क्योंकि घुंड कढ़ी पैसे फड़ी आ रही एक औरत का नाला लमक रहा सी। तमगा लिया के उन्हें तेजवंत की माँ फड़ाता, जिस दे रोंदी दे हाथ धोते जा रहे सन। तेजवंत का 12वीं फेल छोटा भरा कोल खड़ा सी। किरणजीत ने एक दो बारी उस वल वेख्या, उहदा मड़ंगा कुछ कुछ तेजवंत वर्गा सी। विआह नूं आई जरूर, बदोवाल मंगिया गुरबचन, तेजवंत की माँ ने पहला किरणजीत ते फिर तेजवंत के भरा वल हथ करके कहा। किरणजीत ने कोई जवाब ना दिता। वह समझ गई सी उहदी सस इह सब उहनूं क्यों दस रही है। चलो बेटा चलिए, उहदे बाप ने कहा ते उह पंडाल तों बाहर आ गए। उहदी सस किन्ना चिर पिछे खड़ी उस वल वेखती रही। अंग पंजवां। समागम तो 3-4 दिनां मगरों दिन ढले, किरणजीत नवीं साड़ी नाल दी ब्लाउज सी रही सी। टांगे वाले नूं खोए वाली पीपी ते ट्रांकी चुकवाई उहदी दादी आ पहुंची, सिर पलोसिया। किरणजीत दी मां ने आके सस दे पैरी हाथ लाए। तेरी अखबार च फोटू छपी ती ना, तेरे बाबा जी ने लियांदा ती अखबार मलोटों। आखिर तकमा मिलिया, नाल रुपये भी मिले होंगे, अपने पिंड वाले बचने की बहू नूं भी 500 रुपए मिले। पर रुपइयां दा सहुरिआं दा की हुंदा, बद्दा बंदा तां लखी हजारी नहीं थियांदा, उहदी दादी बोली। बचना निहाल कौर दा मुंडा, किरणजीत दी बीबी ने भी पुछया। आहो 2 साल होए सी सारे ब्याहे नूं, ना कोई जवाक जला, पट के वगा गया। जट दी मूर्त अर गई धी नूं, पिछले सियाल च छुट्टी आया, सब कुछ वंडा के दे गया सीबो नूं। आखे इंदर दी घर वाली कलहरी है, इहनूं औखी करूगी, रोंदी झली केड़ा जांदी है सीबू। उस दा तां प्यो होर थे बिठा दू किते, पहलां भी तां पैसे दे के व्याहिया सी बचना। किरण दी बीबी बोली, इसे गल्लों तां उह डरदी है, इधर धन कुरिंदर दी घर वाली नूं नहीं कोई लखण, नहीं तां आखे भी लै भैणे तेरा अग्गा पिछा मेरा पिछा दोवें भैणां अद्धी अद्धी पा के गुजारा कर लांगियां, पर वह तो पैरों पर पानी केड़ा पैन दिंदी है। आखे है इंदर नूं ना सीबो सांभ ले, बई कमलीए तेरे सुख नाल पुत ने धियां ने, राम राम कर, नाले सीबो ये हुण की फूंदे ला लू। पर अपने अपना आदमी वह किसी होर नूं किवें संभाल दे, किरण बोली। पर सीबो ने तो शाबाशे, जट की धी ने इतों तक आखता सी भी मैं नहीं इंदर नूं अपनी देहली चढ़न दिंदी, ना आप उहदी चढ़ा। बेबे धनकुर मैनू इस खेड़े चो ना धक्के, मैनू एक मुंडा दे देवे, मैं पाल लूंगी व्याह लूंगी, उहदे सहारे मेरे दिन टुट जाणगे। पर उस भेड़ दे इह गल भी लखण च ना आई, यही चाहे बई तीहो काल इत्थों वग जे भावें किधरे वग जे। किरणजीत दादी दियां सब गल्लां सुन रही सी। ब्लाउज की एक सीण पुट्ठी पै गई। सस सहुरा आए सी तेरे दिल्ली, दादी ने किरणजीत नूं पुछया। किरणजीत ने कोई उत्तर ना दिता। पैसे किन्ने मिले नाल, किरणजीत फिर भी ना बोली। पैसों का की है, माण इज्जत ही हुंदा, दादी उहदी आप ही बोली। फिर की बनिया बचने की बहू का, किरणजीत ने गल मोड़ी। की बनना सी खोटे करमा वाली का। प्यो ने लैके 1000 रुपया गुआरे तोरती,
ਜਿਹੜੇ 15 ਰੁਪਈਏ ਪੈਨਸ਼ਨ ਲੱਗੇ ਸੀ ਉਹ ਵੀ ਬੰਦ ਹੋ ਗਏ। ਲੰਬੜਦਾਰਾਂ ਨੇ ਆਖਤਾ ਵੀ ਉਹ ਤਾਂ ਇੱਥੋਂ ਉੱਠ ਗਈ, ਹੋਰ ਸਰਕਾਰ ਮੂਹਰੇ ਝੂਠ ਬੋਲ ਕੇ ਉਹਨਾਂ ਨੇ ਆਪ ਫਸਣਾ ਸੀ। ਲੋ ਚਾਹ ਪੀਓ। ਕਿਰਨ ਦੀ ਮਾਂ ਨੇ ਚਾਹਦਾਨੀ 'ਚ ਚਾਹ ਕੱਚ ਦੇ ਗਲਾਸ 'ਚ ਚਾਹ ਪਾ ਕੇ ਉਹਦੇ ਅੱਗੇ ਕਰਦਿਆਂ ਕਿਹਾ, ਕਿਰਨ ਨੂੰ ਵੀ ਦੇ। ਉਹ ਗਲਾਸ ਫੜਦੀ ਬੋਲੀ, ਦਿਆਂ ਕਿਰਨ? ਨਹੀਂ, ਕਿਰਨ ਨੇ ਕਿਹਾ, ਪੰਚਮੀ ਨਹਾਉਣ ਆਇਓ। ਆਏ ਹੋ? ਕਿਰਨਜੀਤ ਨੇ ਦਾਦੀ ਨੂੰ ਪੁੱਛਿਆ। ਨਹੀਂ, ਆਹੋ ਹਾਂ। ਮੈਂ ਕਿਹਾ ਤੇਰਾ ਬਾਬਾ ਜੀ ਵੀ ਕਹਿੰਦਾ ਸੀ ਵੀ ਤੇਰੀ ਭੂਆ ਜੀ ਦਾ ਛੋਟਾ ਕਾਕਾ ਰੱਖ ਲਓ ਕੋਲ, ਨਾਲੇ ਭਲਕੇ ਤੇਰੀ ਬਰਾਬਰ ਦੀ ਬਾਂਹ ਹੋਊ। ਮੁੰਡਾ ਹੈਗਾ ਵੀ ਬਹੁਤ ਹੀ ਲੈਕ, ਫਿਰ ਬਗਾਨਾ ਨਹੀਂ, ਤੂੰ ਆਪਣੇ ਘਰ ਹੁੰਦੀ ਰੱਬ ਤੈਨੂੰ ਭਾਗ ਲਾ ਦਿੰਦਾ, ਬੇਸ਼ੱਕ ਜਿਵੇਂ ਮਰਜ਼ੀ ਕਰਦੀ। ਹੁਣ ਕਹਿੰਦੀ ਹੋਊ ਤੇਰੀ ਮਾਂ ਵੀ ਭਤੀਜੇ ਭਤੀਜੀਆਂ ਨੂੰ ਲੈ ਆਓ, ਇਹ ਕੋਈ ਰਾਹ? ਚਾਹ ਪੀਂਦੀ ਬੁੜੀ ਗੁੱਬ ਗੁਬਾਟ ਕੱਢਦੀ ਰਹੀ। ਅਜੇ ਤਾਂ ਮੈਂ ਜਿਉਂਦੀ ਹਾਂ, ਅਜੇ ਹੀ ਕੀ ਫਿਕਰ ਪੈ ਗਿਆ? ਕਿਰਨ ਨੇ ਬਿਨਾਂ ਤਲਖੀ ਤੋਂ ਕਿਹਾ, ਤੂੰ ਹੁਣ ਕਾਹਦੀ ਜਿਉਂਦੀ ਹੈ? ਰੱਬ ਨੇ ਭੁੰਜੇ ਲਾ ਤੇ, ਤੇਰੀ ਤਾਂ ਹੁਣ ਕਾਂ ਕੁੱਤਿਆਂ ਤੋਂ ਵੀ ਰਾਖੀ ਕਰਨੀ ਪੈਣੀ ਹੈ। ਛੱਡੋ ਇਹ ਗੱਲਾਂ, ਦੱਸੋ ਮੈਨੂੰ ਕੀ ਲੈ ਕੇ ਦਿਓਗੇ? ਤੀਆਂ ਆ ਰਹੀਆਂ ਨੇ, ਕਿਰਨਜੀਤ ਨੇ ਹੱਸ ਕੇ ਕਿਹਾ, ਜੋ ਆਖੇ ਲੈ ਦੂ, ਪਰ ਤੇਰਾ ਤਾਂ ਖਾਣ ਪਹਿਨਣ ਰੱਬ ਨੇ ਹੀ ਜੈ ਖਾਣੇ ਨੇ ਖੋ ਲਿਆ, ਉਹਦੇ ਕੀ ਡਾਂਗ ਮਾਰੀਏ? ਆਪਾਂ ਨਹੀਂ ਰੱਬ ਰੂਪ ਦੀ ਪਰਵਾਹ ਕਰਦੇ, ਤੁਸੀਂ ਮੈਨੂੰ ਕੁੜਤੇ ਲਈ ਜੰਜੀਰ ਕਰਵਾ ਦਿਓ, ਬਲਾਊਜ਼ ਦੀ ਤੈਅ ਕਰਦੀ, ਕਿਰਨਜੀਤ ਬੋਲੀ। ਦਾਦੀ ਉਹਦੀ ਨੇ ਹੌਕਾ ਭਰਿਆ ਤੇ ਕਿੰਨਾ ਚਿਰ ਉਹਦੇ ਮੂੰਹ ਵੱਲ ਵੇਖਦੀ ਰਹੀ, ਫਿਰ ਡੱਬੀ ਕੱਢ ਕੇ ਨਸਵਾਰ ਲੈਣ ਲੱਗ ਪਈ। ਕਿਰਨਜੀਤ ਦੇ ਨਾਮ ਸਰਕਾਰ ਨੇ ਜਿਹੜੀ ਪੈਨਸ਼ਨ ਲਾਈ ਉਹ ਵੀ ਉਹਨੇ ਮਰ ਗਏ ਦੇ ਮਾਪਿਆਂ ਵੱਲ ਭੇਜਤੀ, ਉਹਨੂੰ ਕੁਝ ਨਹੀਂ ਸੀ ਚਾਹੀਦਾ। ਅੰਗ 6 ਸਕੂਲਾਂ ਕਾਲਜਾਂ 'ਚ ਗਰਮੀਆਂ ਦੀਆਂ ਛੁੱਟੀਆਂ ਸਨ। ਪਿਛਲੀਆਂ ਛੁੱਟੀਆਂ 'ਚ ਕਿਰਨਜੀਤ ਦਾ ਵਿਆਹ ਹੋਇਆ ਸੀ, ਇਹਨਾਂ ਛੁੱਟੀਆਂ ਵਿੱਚ ਹੀ ਉਹਦਾ ਪਤੀ ਮਰ ਗਿਆ ਸੀ। ਇਸ ਵਾਰੀ ਛੁੱਟੀਆਂ ਖੁੱਲ੍ਹਣ ਉੱਤੇ ਉਹ ਮੁੜ ਕਿਤਾਬਾਂ ਚੁੱਕੀ ਕਾਲਜ ਜਾ ਰਹੀ ਸੀ। ਕਾਲਜ ਉਸੇ ਤਰ੍ਹਾਂ ਸੀ, ਸਿਰਫ ਉਸ 'ਤੇ ਕਲੀ ਕਰ ਦਿੱਤੀ ਗਈ ਸੀ। ਵੱਡੇ ਗੇਟ ਦਾ ਸਿਰਫ ਫਾਟਕ ਬਦਲਿਆ ਸੀ, ਪਹਿਲੇ ਉੱਥੇ ਲੱਕੜ ਦਾ ਫਾਟਕ ਹੁੰਦਾ ਸੀ, ਹੁਣ ਲੋਹੇ ਦਾ ਲੱਗ ਗਿਆ ਸੀ। ਕਿਰਨਜੀਤ ਦੇ ਨਾਲ ਦੇ ਮੁੰਡੇ ਕੁੜੀਆਂ ਉਂਝ ਤਾਂ 1 ਵਰ੍ਹਾ ਹੀ ਅੱਗੇ ਲੰਘੇ ਸਨ, ਪਰ ਕਿਰਨਜੀਤ ਨੂੰ ਲੱਗਿਆ ਉਹ ਕਿੰਨੇ ਹੀ ਵਰ੍ਹੇ ਪਿਛਾਂਹ ਨੂੰ ਮੁੜ ਆਈ ਹੈ। ਵਾਕਫਾਂ ਨਾਵਾਕਫਾਂ ਵਿੱਚੋਂ ਨਾ ਕਿਸੇ ਨੇ ਉਹਨੂੰ ਉਹਦੇ ਵਿਆਹ ਦੀ ਵਧਾਈ ਦਿੱਤੀ ਅਤੇ ਨਾ ਹੀ ਤੇਜਵੰਤ ਦੀ ਮੌਤ ਉੱਤੇ ਕਿਸੇ ਨੇ ਅਫਸੋਸ ਪ੍ਰਗਟ ਕੀਤਾ। ਉਂਝ ਪਤਾ ਸਾਰਿਆਂ ਨੂੰ ਸਭ ਕੁਝ ਸੀ। ਤੀਲੀ ਕਿਰਨਜੀਤ 'ਤੇ ਬੜੀ ਸੱਜਦੀ ਸੀ। ਕਾਲਜ ਵਿੱਚ ਸੋਹਣੀ ਮਹੀਵਾਲ ਦਾ ਡਰਾਮਾ ਹੋਣਾ ਸੀ, ਕਿਰਨਜੀਤ ਸੋਹਣੀ ਬਣੀ। ਡਰਾਮੇ ਵਾਲੀ ਸ਼ਾਮ ਕਿਰਨ ਦੇ ਸਦਕਾ ਨਾ ਜਾਣੇ ਕਿਸ ਕਿਸ ਨੇ ਆਪਣੇ ਆਪ ਨੂੰ ਮਹੀਵਾਲ ਚਿਤਵਿਆ। ਕਦੇ ਕਦੇ ਲੰਘੀ ਜਾਂਦੀ ਕਿਰਨਜੀਤ ਨੂੰ ਪਿੱਛਿਓਂ ਕੋਈ ਸੋਹਣੀ ਆਖ ਕੇ ਆਵਾਜ਼ ਮਾਰਦਾ, ਜਦੋਂ ਭੌਂ ਕੇ ਵੇਖਦੀ ਤਾਂ ਪਤਾ ਹੀ ਨਾ ਲੱਗਦਾ ਆਵਾਜ਼ ਕਿਸ ਨੇ ਦਿੱਤੀ ਹੈ। ਸਭ ਹੀ ਮੁੰਡੇ ਸਾਉ ਮੂੰਹ ਬਣਾਈ ਖੜ੍ਹੇ ਹੁੰਦੇ, ਉਹ ਹੱਸ ਕੇ ਗਾਂਹ ਤੁਰ ਜਾਂਦੀ। ਪ੍ਰੋਫੈਸਰ ਅਵਤਾਰ ਨੂੰ ਲੋਕਾਂ ਦੀ ਇਸ ਕਿਸਮ ਦੀ ਬੇਹੂਦਗੀ ਬਿਲਕੁਲ ਪਸੰਦ ਨਹੀਂ ਸੀ। ਉਹ ਪਤਾ ਲੱਗਣ ਉੱਤੇ ਲੜਕਿਆਂ ਨੂੰ ਵੀ ਝਿੜਕਦਾ ਅਤੇ ਕਿੰਨਾ ਕਿੰਨਾ ਚਿਰ ਜਮਾਤ ਤੋਂ ਬਾਹਰ ਕਿਰਨਜੀਤ ਨੂੰ ਵੀ ਸਮਝਾਉਂਦਾ ਰਹਿੰਦਾ। ਕਿਰਨਜੀਤ ਨਾ ਹਾਂ ਕਹਿੰਦੀ ਨਾ ਨਾ ਕਹਿੰਦੀ, ਕਦੇ ਕਦੇ ਵਿੱਚੋਂ ਹੱਸ ਪੈਂਦੀ। ਪ੍ਰੋਫੈਸਰ ਸੀਤਾ ਰਾਮ ਨੂੰ ਤਾਂ ਜਾਣ ਬੁੱਝ ਕੇ ਤੰਗ ਕਰਦੀ ਸੀ। ਉਹਨੂੰ ਪਤਾ ਸੀ ਜਵਾਨੀ ਪਹਿਰੇ ਉਹਨੇ ਕਿਸੇ ਕੁੜੀ ਨੂੰ ਗੱਡੀ 'ਚ ਛੇੜਿਆ ਸੀ ਅਤੇ ਉਸ ਕੁੜੀ ਨੇ ਉਹਦੇ ਥੱਪੜ ਮਾਰਿਆ ਸੀ, ਜਿਸ ਕਰਕੇ ਹੁਣ ਹਰ ਕੁੜੀ ਉਹਨੂੰ 1 ਥੱਪੜ ਤੋਂ ਵੱਧ ਕੁਝ ਨਹੀਂ ਸੀ ਲੱਗਦੀ। ਕਿਰਨਜੀਤ ਕਿਸੇ ਨਾ ਕਿਸੇ ਬਹਾਨੇ ਉਹਨੂੰ ਜਮਾਤ ਤੋਂ ਬਾਹਰ ਰੋਕ ਲੈਂਦੀ। ਮਾਰਿਆ ਘਬਰਾਹਟ ਦਾ ਉਹ 2 ਮਿੰਟਾਂ 'ਚ 10 ਵਾਰੀ ਜੇਬ 'ਚ ਰੁਮਾਲ ਕੱਢਦਾ ਅਤੇ ਮੂੰਹ ਪੂੰਝ ਕੇ 10 ਵਾਰੀ ਜੇਬ 'ਚ ਪਾਉਂਦਾ। ਇਸ ਨੇ ਤਾਂ ਜਮ੍ਹਾਂ ਹੀ ਸ਼ਰਮ ਲਾ ਛੱਡੀ ਹੈ, ਸੰਸਕ੍ਰਿਤ ਵਾਲੀ ਅਧਖੜ ਜੀ ਪ੍ਰੋਫੈਸਰ ਨਹੀਂ ਆਖਦੀ। 7 ਅੰਗ 2 ਵਰੇ ਲੰਘ ਗਏ। ਕਿਰਨਜੀਤ ਐੱਮ ਏ ਕਰਕੇ ਉਸੇ ਕਾਲਜ 'ਚ ਪੜ੍ਹਾਉਣ ਲੱਗ ਪਈ। ਇੱਕ ਫਾਰਮ ਭਰਨਾ ਸੀ ਇਨਕਮ ਟੈਕਸ ਦਾ, ਕੁਮਾਰੀ ਵਿਆਹੀ ਬੱਚੇ ਸਭ ਕਾਸੇ ਦਾ ਵੇਰਵਾ ਦੇਣਾ ਸੀ। ਕਿਰਨਜੀਤ ਨੇ ਲਿਖਿਆ ਵਿਆਹੀ ਹੋਈ, ਪਰ ਲਿਖ ਕੇ ਕੱਟਤਾ, ਉਹਨੂੰ ਲੱਗਿਆ ਉਹਨੇ ਝੂਠ ਬੋਲਿਆ। ਫਿਰ ਉਹਨੇ ਲਿਖਿਆ ਕੁਮਾਰੀ, ਇਹ ਵੀ ਲਿਖ ਕੇ ਕੱਟਤਾ, ਉਹਨੂੰ ਲੱਗਿਆ ਉਹਨੇ ਇਹ ਵੀ ਝੂਠ ਬੋਲਿਆ। ਮੈਂ ਕੀ ਲਿਖਾਂ? ਉਹਨੇ ਨੇੜੇ ਢੁੱਕ ਢੁੱਕ ਬਹਿੰਦੇ ਆਪਣੇ ਪ੍ਰੋਫੈਸਰ ਪਰ ਹੁਣ ਕੁਲੀਗ ਅਵਤਾਰ ਨੂੰ ਪੁੱਛਿਆ। ਤੂੰ ਕਿਸੇ ਹੋਰ ਮੁਲਕ ਚਲੇ ਜਾ, ਅਵਤਾਰ ਨੇ ਕਿਹਾ। ਕਿਉਂ? ਇਸ 40 ਕਰੋੜ ਦੇਵਤਿਆਂ ਦੇ ਮੁਲਕ 'ਚ ਮੇਰੇ ਜੋਗਾ ਕੁਝ ਨਹੀਂ। ਇੱਥੇ ਦੇਵਤਿਆਂ ਦੇ ਮੁਲਕ 'ਚ ਬੰਦਿਆਂ ਦਾ ਗੁਜ਼ਰ ਬਹੁਤ ਔਖਾ ਹੈ। ਕਿਰਨਜੀਤ ਕੁਝ ਨਾ ਬੋਲੀ। ਜਦੋਂ ਮੈਂ ਤੇਰੇ ਮੂੰਹ ਵੱਲ ਵੇਖਦਾ ਤਾਂ ਮੇਰਾ ਦਿਲ ਖੁੱਸਣ ਲੱਗ ਜਾਂਦਾ ਹੈ ਕਿ ਇਸ ਕੁੜੀ ਦੀ ਬਲੀ ਦਿੱਤੀ ਜਾ ਰਹੀ ਹੈ। ਕਿਰਨਜੀਤ ਫਿਰ ਵੀ ਕੁਝ ਨਾ ਬੋਲੀ, ਪਰ ਉੱਚਾ ਲੰਮਾ ਸਾਬਤੇ ਦਾ ਸਾਬਤਾ ਮਰਦ ਅਵਤਾਰ ਉਹਨੂੰ ਨਾਨਕ ਸਿੰਘ ਦੇ ਕਿਸੇ ਨਾਵਲ ਦਾ ਇੱਕ ਪਾਤਰ ਲੱਗਿਆ, ਜਿਹੜਾ ਪਤਾ ਨਹੀਂ ਕਿਉਂ ਉਹਦੇ ਕੋਲ ਆ ਕੇ ਬੈਠ ਗਿਆ ਸੀ। ਤੂੰ ਵਿਆਹ ਕਿਉਂ ਨਹੀਂ ਕਰ ਲੈਂਦੀ? ਕਿਸ ਨਾਲ? ਹਾਂ ਕਿਸ ਨਾਲ, ਹੈ ਤਾਂ ਮਾੜੀ ਗੱਲ ਹੀ, ਪਰ ਕਦੇ ਕਦੇ ਮੇਰਾ ਮਨ ਕਰਦਾ ਹੈ ਕਿ ਕੋਈ ਅਜਿਹਾ ਭੁਚਾਲ ਆਵੇ, ਬੀਵੀ ਬੱਚੇ ਸਭ ਕਿਧਰੇ ਗਰਕ ਹੋ ਜਾਣ।
ਕਿਰਨਜੀਤ ਹੱਸ ਪਈ। ਕੋਲੋਂ ਲੰਘੇ ਜਾਂਦੇ ਰਾਜਨੀਤੀ ਦੇ ਪ੍ਰੋਫੈਸਰ ਮਿਸਟਰ ਕਾਲੀਆ ਨੇ ਕਿਰਨਜੀਤ ਤੋਂ ਅੱਖ ਬਚਾ ਕੇ ਬੜੇ ਰਾਜ਼ਦਾਰ ਤਰੀਕੇ ਨਾਲ ਅਵਤਾਰ ਨੂੰ ਅੱਖ ਮਾਰੀ। ਮੇਮ ਸਾਹਿਬ ਜੀ, ਆਪਕੋ ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ ਬੁਲਾ ਰਹੇ ਹੈ, ਚਪੜਾਸੀ ਨੇ ਆ ਕੇ ਕਿਰਨਜੀਤ ਨੂੰ ਕਿਹਾ। ਸਟਾਫ ਰੂਮ ਦੇ ਦੂਜੇ ਕੋਨੇ 'ਚ ਬੈਠੀ ਪੜ੍ਹਨ ਦਾ ਬਹਾਨਾ ਕਰ ਰਹੀ ਸੰਸਕ੍ਰਿਤ ਵਾਲੀ ਮੈਡਮ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਨੇ ਆਪਕੋ ਇਸ ਲਈ ਬੁਲਾ ਭੇਜਾ ਹੈ, ਸਟੂਡੈਂਟਸ ਰਿਕੁਐਸਟ ਕਰਤੇ ਹੈ ਕਿ ਮੈਡਮ ਕਿਰਨਜੀਤ ਕੋ ਭੇਜੋ ਹਮਾਰੇ ਸਾਥ, ਕਸ਼ਮੀਰ ਟ੍ਰਿਪ ਜਾਣਾ ਹੈ, ਆਪ ਜਾ ਸਕੇਂਗੀ? ਪ੍ਰਿੰਸੀਪਲ ਨੇ ਪੁੱਛਿਆ। ਜਿਵੇਂ ਤੁਸੀਂ ਆਖੋ ਚਲੇ ਜਾਵਾਂਗੇ, ਸਾਥ ਲੜਕੀਆਂ ਵੀ ਹੈ, ਇਸ ਲਈ ਲੇਡੀ ਟੀਚਰ ਕਾ ਜਾਣਾ ਜ਼ਰੂਰੀ ਹੈ। ਵੈਸੇ ਤਾਂ ਪ੍ਰੋਫੈਸਰ ਅਵਤਾਰ ਜਾ ਹੀ ਰਹੇ ਹੈ। ਕਸ਼ਮੀਰ ਦੇ ਟ੍ਰਿਪ ਤੋਂ ਵਾਪਸ ਆ ਕੇ ਮੁੰਡੇ ਕੁੜੀਆਂ ਦੱਸਦੇ ਸਨ, ਉੱਥੇ ਮੈਡਮ ਕਿਰਨ ਨੇ ਕਸ਼ਮੀਰੀ ਡਰੈਸ ਪਾਈ ਸੀ, ਬੜੀ ਸੋਹਣੀ ਲੱਗਦੀ ਸੀ। ਰਾਤ ਨੂੰ ਜੇਹਲਮ ਦਰਿਆ ਉੱਤੇ ਸ਼ਿਕਾਰੇ 'ਚ ਬੈਠ ਕੇ ਉਹਨੇ ਗੀਤ ਵੀ ਗਾਇਆ ਸੀ। ਉਹ ਇਹ ਵੀ ਦੱਸਦੇ ਸਨ, ਇੱਕ ਅੰਗਰੇਜ਼ ਯਾਤਰੀ ਮੈਡਮ ਕਿਰਨ ਸਦਕਾ ਆਪਣੇ ਸਾਰੇ ਕੰਮ ਛੱਡ ਕੇ ਸਾਡੇ ਨਾਲ ਹੀ ਘੁੰਮਦਾ ਰਿਹਾ। ਕਿੰਨੀਆਂ ਹੀ ਤਸਵੀਰਾਂ ਉਹਨੇ ਕਸ਼ਮੀਰ ਅਤੇ ਮੈਡਮ ਕਿਰਨ ਦੀਆਂ ਖਿੱਚੀਆਂ। ਇੱਕ ਬੜੀ ਖੂਬਸੂਰਤ ਕਿਤਾਬ ਆਉਣ ਲੱਗੀ ਮੈਡਮ ਕਿਰਨ ਨੂੰ ਉਹਨੇ ਦਿੱਤੀ। ਬੱਸ ਦੇ ਬੜੀ ਦੂਰ ਲੰਘ ਆਉਣ ਉੱਤੇ ਵੀ ਉਹ ਪਿੱਛੇ ਖੜਾ ਹੱਥ ਹਿਲਾ ਰਿਹਾ ਸੀ। ਪ੍ਰੋਫੈਸਰ ਅਵਤਾਰ ਨੇ ਨਾ ਜਾਣੇ ਕਿਉਂ ਪਟਿਆਲੇ ਤੋਂ ਆਪਣੀ ਬਦਲੀ ਲੁਧਿਆਣੇ ਦੀ ਕਰਵਾ ਲਈ। ਅੰਗ 8 ਚਿਲਕਵੀਂ ਜੀ, ਧੁੱਪ ਨਿਕਲੀ ਹੋਈ ਸੀ, ਦਿਨ ਦਾ ਤੀਜਾ ਪਹਿਰ ਸੀ। ਸਾਹਮਣੀ ਕੋਠੀ 'ਚ ਨਵੇਂ ਕਿਰਾਏਦਾਰਾਂ ਦਾ ਸਮਾਨ ਆਉਣ ਲੱਗ ਪਿਆ। ਰਾਤ ਤੱਕ ਕਿਰਾਏਦਾਰ ਵੀ ਪਹੁੰਚ ਗਏ, 3 ਬੱਚੇ, ਇੱਕ ਉਹਨਾਂ ਦਾ ਬਾਪ ਅਤੇ ਇੱਕ ਬੱਚਿਆਂ ਦੀ ਸਿਰ ਹਿਲਦੇ ਵਾਲੀ 70-72 ਦਾਦੀ। ਕਿਰਨਜੀਤ ਦੇ ਬਾਪ ਨੇ ਨਵੇਂ ਕਿਰਾਏਦਾਰ ਗੁਆਂਢੀਆਂ ਨੂੰ ਨੌਕਰ ਹੱਥ ਖਵਾ ਭੇਜਿਆ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗਣ ਨਾ। ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਦਾ ਨੌਕਰ ਦੀਆ ਸਲਾਈ ਮੰਗਣ ਆਇਆ। ਇਹਨਾਂ ਦੇ ਨੌਕਰ ਨੂੰ ਦੱਸ ਗਿਆ, ਹਮਾਰਾ ਸਾਹਿਬ ਅਮੀਰ ਆਦਮੀ ਠਹਿਰਾ, ਚੰਡੀਗੜ੍ਹ ਮੇਂ ਬੜੀ ਭਾਰੀ ਕੋਠੀ ਹੈ, 800 ਰੁਪਇਆ ਮਹੀਨਾ ਕਿਰਾਇਆ ਮੇਂ ਹੈ, ਕੁੱਲੂ ਮੇਂ ਸੇਬ ਕਾ ਬਾਗ ਹੈ, ਬਹੁਤ ਬੜਾ ਬੜਾ ਸੇਬ ਠਹਿਰਾ। ਏਕ ਸਾਲ ਪਹਿਲੇ ਬੀਬੀ ਜੀ ਗੁਜ਼ਰ ਗਈ, ਬੁਖਾਰ ਠਹਿਰਾ, ਅਬ ਸਾਹਿਬ ਮੇਰੀ ਜਾ ਚੌਰ ਸ਼ਾਦੀ ਕਰੇਗਾ। ਆਥਣੇ ਨਵੇਂ ਕਿਰਾਏਦਾਰ ਗੁਆਂਢੀਆਂ ਦਾ ਸਭ ਤੋਂ ਛੋਟਾ ਬੱਚਾ ਬਿੰਟੂ ਦੇ ਨਾਲ ਕਿਰਨਜੀਤ ਹੋਰਾਂ ਵੱਲ ਖੇਡਣ ਵੀ ਆ ਗਿਆ। ਬੱਚੇ ਨੂੰ ਲੈਣ ਆਇਆ ਬੱਚੇ ਦਾ ਪਿਓ ਕਿੰਨਾ ਚਿਰ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਕਿਰਨਜੀਤ ਦੇ ਬਾਪ ਕੋਲ ਬੈਠਾ ਰਿਹਾ। ਕੁਝ ਦਿਨਾਂ ਮਗਰੋਂ ਉਹਨੇ ਕੁੱਲੂ ਦੇ ਸੇਬਾਂ ਦੀ ਇੱਕ ਪੇਟੀ ਕਿਰਨਜੀਤ ਹੋਰਾਂ ਵੱਲ ਭੇਜੀ। ਆਪਾਂ ਉਹਨਾਂ ਨੂੰ ਰੋਟੀ ਉੱਤੇ ਤਾਂ ਸੱਦ ਲਓ, ਕੀ ਆਖਣਗੇ ਸਾਡੇ ਗਵਾਂਢੀ ਕਿਹੋ ਜਿਹੇ ਨੇ? ਕਿਰਨਜੀਤ ਦੀ ਮਾਂ ਨੇ ਸੇਬ ਕੱਟਦੀ ਨੇ ਕਿਰਨਜੀਤ ਦੇ ਪਿਓ ਨੂੰ ਯਾਦ ਕਰਵਾਇਆ। ਰੋਟੀ ਉੱਤੇ ਆਇਆ ਉਹ ਗੁਆਂਢੀ ਕਿਰਾਏਦਾਰ, ਕਿੰਨਾ ਚਿਰ ਪਿੱਛੋਂ ਤੱਕ ਬੈਠਾ ਕਿਰਨਜੀਤ ਦੇ ਬਾਪ ਨਾਲ ਕਿਰਨ ਦੇ ਵਿਆਹ, ਤੇਜਵੰਤ ਦੀ ਮੌਤ, ਫੌਜੀ ਨੌਕਰੀ, ਕਿਰਨ ਦੀ ਭਰੀ ਉਮਰ ਬਾਰੇ ਬੜੀ ਹਮਦਰਦੀ ਭਰੇ ਲਹਿਜੇ 'ਚ ਗੱਲਾਂ ਕਰਦਾ ਰਿਹਾ। ਪਰ ਮੇਰਾ ਬੇਟਾ ਕਿਰਨ ਬੜੀ ਬਹਾਦਰ ਹੈ, ਵੀਰ ਚੱਕਰ ਦਿੰਦੇ ਪ੍ਰਧਾਨ ਨੇ ਕਿਹਾ ਸੀ ਸਾਡੇ ਸਾਰੇ ਫੌਜੀਆਂ ਦੀਆਂ ਬੀਵੀਆਂ ਇਹੋ ਜਿਹੀਆਂ ਹੀ ਹੋਣੀਆਂ ਚਾਹੀਦੀਆਂ ਨੇ। ਉਹ ਤਾਂ ਦਰੁਸਤ ਹੈ ਜਨਾਬ, ਮਗਰ ਇਹ ਤਾਂ ਸਾਰੀ ਉਮਰ ਕੀ ਬਾਤ ਹੈ, ਰੱਬ ਦਾ ਭਾਣਾ ਹੈ, ਕੀ ਕੀਤਾ ਜਾ ਸਕਦਾ ਹੈ। ਤੇਜਵੰਤ ਸਿੰਘ ਗਿੱਲ ਨੂੰ ਤੁਸੀਂ ਜੇ ਕਿਤੇ ਦੇਖਦੇ, ਇਹੋ ਜਿਹਾ ਦਰਸ਼ਨੀ ਜਵਾਨ ਕੋਈ ਵਿਰਲਾ ਹੀ ਹੁੰਦਾ ਹੈ। ਫਿਰ ਵੀ ਮਰਗਿਆਂ ਦੇ ਸਾਥ ਤਾਂ ਨਹੀਂ ਮਰਿਆ ਜਾਂਦਾ, ਤੁਸੀਂ ਕਿਰਨ ਦੇ ਸੰਬੰਧ 'ਚ ਬਿਹਤਰ ਹੈ ਜ਼ਰੂਰ ਕੁਝ ਸੋਚੋ। ਕਿਰਨ ਦਾ ਬਾਪ ਸੱਚਮੁੱਚ ਹੀ ਉਸ ਰਾਤ ਬੜੀ ਦੇਰ ਤੱਕ ਸੋਚਦਾ ਰਿਹਾ। ਇਹਨਾਂ ਗੱਲਾਂ ਤੋਂ ਮਗਰੋਂ ਉਹਦਾ ਬਾਪ ਬੜਾ ਚਿਰ ਸੋਚਾਂ 'ਚ ਡੁੱਬਿਆ ਰਿਹਾ। ਮਾਂ ਵੀ ਚੌਖੀ ਰਾਤ ਦੀ ਇੱਕ ਪਾਸੇ ਪਲਟਦੀ ਰਹੀ। ਅਜੇ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਨਵੇਂ ਕਿਰਾਏਦਾਰ ਆਇਆਂ ਨੂੰ, ਜਦੋਂ ਉਹਨੇ ਬੜੀ ਹਮਦਰਦੀ ਭਰੇ ਲਹਿਜੇ ਵਿੱਚ ਕਿਰਨਜੀਤ ਨਾਲ ਵਿਆਹ ਕਰ ਲੈਣ ਦੀ ਮਰਜ਼ੀ ਦੱਸ ਭੇਜੀ। ਕਿਰਨਜੀਤ ਸੁਣ ਕੇ ਜਿਉਂ ਲੱਗੀ ਹੱਸਣ ਹੱਸੀ ਜਾਏ, ਬੰਦਾ ਤਾਂ ਮਾੜਾ ਨਹੀਂ। ਕਿਰਨਜੀਤ ਦੀ ਮਾਂ ਨੇ ਝਕਦੀ ਝਕਦੀ ਨੇ ਕਿਹਾ, ਦੇਖੀ ਬੀਬੀ, ਕਿਤੇ ਮੇਰੇ ਮਾਪੇ ਦਾ ਘਰ ਪੱਟ ਜੇ, ਉਸ ਵਿਚਾਰੇ ਨੂੰ ਤਾਂ ਹੁਣ ਹੋਰ ਜਨਾਨੀ ਜੁੜਨੀ ਵੀ ਨਹੀਂ। ਕਿਰਨਜੀਤ ਨੇ ਮਾਂ ਨੂੰ ਮਖੌਲ ਕੀਤਾ ਅਤੇ ਹੱਸਦੀ ਕਿਤਾਬਾਂ ਚੁੱਕ ਕੇ ਕਾਲਜ ਨੂੰ ਤੁਰ ਪਈ। ਬਾਹਰਲਾ ਬਗੀਚੀ ਦਾ ਫਾਟਕ ਲੰਘ ਕੇ ਉਹ ਸੜਕ 'ਤੇ ਆ ਗਈ। ਸਾਹਮਣੀ ਕੋਠੀ ਵਾਲਾ 3 ਬੱਚਿਆਂ ਦਾ ਬਾਪ ਨਵਾਂ ਕਿਰਾਏਦਾਰ ਪਤਾ ਨਹੀਂ ਕਦੋਂ ਦਾ ਤਾਕ ਲਾਈ ਬੈਠਾ ਸੀ। ਕਾਰ ਸਟਾਰਟ ਕਰਕੇ ਆ ਗਿਆ, ਬਰਾਬਰ ਵਾਲੀ ਤਾਕੀ ਖੋਲ੍ਹ ਕੇ ਕਿਰਨ ਦੇ ਕੋਲ ਕਾਰ ਰੋਕ ਕੇ ਉਹਨੇ ਨਿਹਾਇਤ ਸੱਭਿਆ ਤਰੀਕੇ ਨਾਲ ਉਹਨੂੰ ਕਾਲਜ ਤੱਕ ਛੱਡਣ ਆਉਣ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਮਿਹਰਬਾਨੀ ਅੰਕਲ ਜੀ, ਬਹੁਤ ਸ਼ੁਕਰੀਆ, ਕਾਰ ਤਾਂ ਸਾਡੀ ਵੀ ਖੜ੍ਹੀ ਸੀ, ਪਰ ਮੈਨੂੰ ਕਾਲਜ ਪੈਦਲ ਜਾਣਾ ਹੀ ਚੰਗਾ ਲੱਗਦਾ। ਆਖੋ ਗਾਂ ਲੰਘ ਗਈ, ਉਹ ਕਿੰਨਾ ਚਿਰ ਉੱਥੇ ਗੱਡਿਆ ਖੜਾ ਪਿੱਛਿਓਂ ਘੂਰਦਾ ਰਹੇ। ਅੰਗ 9 ਅਸਮਾਨ ਉੱਤੇ ਤਾਰੇ ਡੁੱਬ ਡੁਬਾ ਰਹੇ ਸਨ, ਸਟੇਸ਼ਨ ਉੱਤੇ ਲੰਘੀ ਜਾ ਰਹੀ ਗੱਡੀ ਨੇ ਚੀਕ ਮਾਰੀ।
ਰੇਡੀਓ ਉੱਤੇ ਬੜੇ ਗੁਲਾਮ ਅਲੀ ਖਾਨ ਦਾ ਸੰਗੀਤ ਚੱਲ ਰਿਹਾ ਸੀ। ਕਿਰਨਜੀਤ ਆਪਣੇ ਬਾਪ ਦਾ ਸਵੈਟਰ ਉਣ ਰਹੀ ਸੀ। ਸੌਣ ਤੋਂ ਪਹਿਲਾਂ ਦੁੱਧ ਪੀਣਾ ਨਾ ਭੁੱਲ ਜਾਇਓ, ਉਹਦੀ ਮਾਂ ਨੇ ਉਹਦੇ ਪਿਓ ਨੂੰ ਕਿਹਾ। ਚੰਗਾ, ਉਹ ਅਖਬਾਰ ਪੜ੍ਹਦਾ ਹੀ ਬੋਲਿਆ, ਪਾਪਾ ਸਾਡੇ ਕਾਲਜ 'ਚ ਫਿਲਾਸਫੀ ਦਾ ਇੱਕ ਨਵਾਂ ਪ੍ਰੋਫੈਸਰ ਆਇਆ, ਬਸ ਕੀ ਦੱਸਾਂ ਤੁਹਾਨੂੰ, ਜਿਵੇਂ ਰੱਬ ਨੇ ਵਿਹਲਾ ਬੈਠ ਕੇ ਘੜਿਆ ਹੋਵੇ। ਸ਼ਰੀਫ ਵੀ ਬੇਹੱਦ ਕਿਰਨਜੀਤ ਡਿੱਗ ਪਏ ਕੁੰਡੇ ਨੂੰ ਚੁੱਕਦੀ ਬੋਲੀ। ਅੱਛਾ, ਬਾਪ ਉਹਦਾ ਅਖਬਾਰ ਪਰੇ ਰੱਖ ਕੇ ਬੋਲਿਆ, ਮਾਂ ਉਹਦੀ ਤੇ 7 ਤਿਊੜੀਆਂ ਮੱਥੇ 'ਚ ਪੈ ਗਈਆਂ। ਮੈਂ ਤੈਨੂੰ ਕਿੰਨੀ ਵਾਰੀ ਆਖਿਆ ਵੀ ਵੇਲੇ ਕੁ ਵੇਲੇ ਪਾਠ ਕਰਿਆ ਕਰ ਮਾੜਾ ਮੋਟਾ, ਕਿਰਨ ਦੀ ਮਾਂ ਦੁੱਧ ਨੂੰ ਜਾਗ ਲਾਉਂਦੀ ਬੋਲੀ। ਰੱਬ ਨਾਲ ਨਜਿੱਠਣ ਨੂੰ ਅਜੇ ਬਥੇਰੀ ਉਮਰ ਪਈ ਹੈ ਬੀਬੀ, ਆਖੂ ਪੈਰ ਨਾਲ ਸਤਾਰ ਦੀ ਤਾਲ ਦੇਣ ਲੱਗੇ। ਤੂੰ ਸਿਆਣੀ ਬਣ ਕੇ ਰਿਹਾ ਕਰ, ਦੇਖੇ ਨਾ ਤੇਰੇ ਪਾਪਾ ਜੀ ਨੂੰ ਸਾਰਾ ਸ਼ਹਿਰ ਜਾਣਦਾ ਹੈ ਅਤੇ ਅੱਗੋਂ ਤੋਂ ਕੁਝ ਨਾ ਆਖੋਇਆ। ਅੱਛਾ ਬੀਬੀ ਜੀ, ਮਹਾਰਾਜ ਭਾਸ਼ਣ ਬੰਦ ਕਰੋ। ਹੈ ਪਾਪਾ, ਉਹ ਜਿਹੜਾ ਪ੍ਰੋਫੈਸਰ ਹੈ ਨਾ ਫਿਲਾਸਫੀ ਵਾਲਾ, ਜੇ ਮੈਂ ਉਸ ਨਾਲ ਕਦੇ ਭੱਜ ਜਾਂ ਭਲਾ, ਕਿਰਨਜੀਤ ਨੇ ਹੱਸ ਕੇ ਕਿਹਾ। ਭੱਜਣ ਦੀ ਕੀ ਲੋੜ ਹੈ, ਤੁਰ ਕੇ ਹੀ ਵਗ ਜੀ, ਉਹਦੇ ਪਾਪਾ ਨੇ ਮਖੌਲ ਕੀਤਾ। ਤੁਸੀਂ ਤਾਂ ਪਿਓ ਧੀ ਨੇ ਸ਼ਰਮ ਹੀ ਲਾ ਛੱਡੀ ਹੈ, ਕੋਈ ਸੁਣੇ ਤਾਂ ਕੀ ਆਖੇ, ਇਹੋ ਜਿਹੀਆਂ ਮਜ਼ਾਕਾਂ ਵੀ ਕਰੀਦੀਆਂ ਨੇ ਕੋਈ। ਮਾਂ ਉਹਦੀ ਖਿੱਚ ਕੇ ਪਈ, ਮਜ਼ਾਕਾਂ ਕੌਣ ਕਰਦਾ, ਮੈਂ ਤਾਂ ਸੱਚਮੁੱਚ ਹੀ ਆਖਦੀ ਹਾਂ। ਅਤੇ ਸੱਚਮੁੱਚ ਹੀ ਉਸ ਫਿਲਾਸਫੀ ਦੇ ਪ੍ਰੋਫੈਸਰ ਨੇ ਇੱਕ ਦਿਨ ਕਿਰਨਜੀਤ ਨੂੰ ਖੱਤ ਲਿਖ ਦਿੱਤਾ। ਕਿਰਨ ਦੀਆਂ ਅੱਖਾਂ 'ਚ ਦੋ ਦੀਵੇ ਜਗ ਪਏ। ਫਿਰ ਇੱਕ ਦਿਨ ਉਹਨੇ ਕਿਰਨਜੀਤ ਨੂੰ ਸਿਨੇਮਾ ਚੱਲਣ ਲਈ ਆਖਿਆ। ਜਾਣਦੇ ਹੋ ਮੈਂ ਕੌਣ ਹਾਂ, ਕਿਰਨਜੀਤ ਨੇ ਠਕੋਰਨਾ ਚਾਹਿਆ। ਕੀ ਮਰਗਿਆਂ ਦੇ ਹੱਕ ਜਿਉਂਦਿਆਂ ਦੇ ਹੱਕਾਂ ਨਾਲੋਂ ਬਹੁਤੇ ਹੁੰਦੇ ਨੇ, ਜਵਾਬ ਦੀ ਥਾਂ ਉਸ ਫਿਲਾਸਫੀ ਦੇ ਪ੍ਰੋਫੈਸਰ ਨੇ ਸਵਾਲ ਕੀਤਾ। ਕਿਰਨ ਆਪਦੇ ਬਾਪ ਨੂੰ ਦੱਸ ਕੇ ਉਸ ਨਾਲ ਸਿਨੇਮਾ ਚਲੀ ਗਈ। ਸਿਨੇਮਾ ਦੇਖਦੇ ਨੇ ਕੁਰਸੀ ਦੀ ਬਾਂਹ ਉੱਤੇ ਪਏ ਕਿਰਨ ਦੇ ਹੱਥ ਉੱਤੇ ਉਹਨੇ ਹੱਥ ਰੱਖਤਾ। ਕਿਰਨ ਦੀਆਂ ਅੱਖਾਂ 'ਚ ਜਗਦੇ ਦੀਵੇ ਸੂਰਜ ਬਣ ਗਏ, ਉਹਦੇ ਸਾਰੇ ਜਿਸਮ 'ਚੋਂ ਸੇਕ ਆਉਣ ਲੱਗ ਪਿਆ। ਫਿਲਮ ਦੀ ਉਹਨੂੰ ਕੱਖ ਸਮਝ ਨਹੀਂ ਸੀ ਆ ਰਹੀ। ਸਿਨੇਮੇ ਤੋਂ ਬਾਹਰ ਆ ਕੇ ਉਹ ਫਿਲਾਸਫੀ ਦਾ ਪ੍ਰੋਫੈਸਰ ਕਿਰਨ ਦੇ ਨਾਲ ਤੁਰਨੋਂ ਕੁਝ ਕਤਰਾਉਂਦਾ ਪ੍ਰਤੀਤ ਹੁੰਦਾ ਸੀ, ਸ਼ਾਇਦ ਜਾਣੂ ਲੋਕਾਂ ਤੋਂ ਘਬਰਾਉਂਦਾ ਸੀ, ਪਰ ਕਿਰਨ ਨੂੰ ਇਹ ਗੱਲ ਚੰਗੀ ਨਾ ਲੱਗੀ। ਫਿਰ ਵੀ ਉਹਨੂੰ ਲੱਗਿਆ ਇਹ ਚੰਗਾ ਮਾੜਾ ਸੋਚਣ ਦਾ ਵੇਲਾ ਨਹੀਂ। ਉਹਦਾ ਪਾਪਾ ਕਿਸੇ ਬਹਾਨੇ ਕਾਲਜ ਜਾ ਕੇ ਉਹਨੂੰ ਵੇਖ ਵੀ ਆਇਆ ਸੀ। ਇੱਕ ਦਿਨ ਉਹਨੇ ਕਿਰਨਜੀਤ ਨੂੰ ਆਗਰਾ ਦੇਖਣ ਚੱਲਣ ਲਈ ਕਿਹਾ। ਦੋ ਛੁੱਟੀਆਂ ਦੀਵਾਲੀ ਦੀਆਂ ਸਨ, ਉਹ ਜਾ ਤਾਂ ਸਕਦੇ ਸੀ ਪਰ ਨਾ ਜਾਣੇ ਕਿਉਂ ਕਿਰਨਜੀਤ ਨੇ ਆਖਤਾ ਫਿਰ ਕਦੇ ਚੱਲਾਂਗੇ। ਫਿਲਾਸਫੀ ਦਾ ਪ੍ਰੋਫੈਸਰ ਦੀਵਾਲੀ ਮਨਾਉਣ ਆਪਣੇ ਸ਼ਹਿਰ ਚਲਾ ਗਿਆ। ਅੱਜ ਦੀਵਾਲੀ ਸੀ, ਕਈ 100 ਸਾਲ ਪਹਿਲਾਂ ਅੱਜ ਦੇ ਦਿਨ ਰਾਮ ਰਾਵਣ ਨੂੰ ਹਰਾ ਕੇ ਬਨਵਾਸ ਕੱਟ ਕੇ ਘਰ ਮੁੜਿਆ ਸੀ। ਕਿਰਨ ਦਾ ਮਨ ਕੀਤਾ ਉਹ ਜੇ ਆ ਜਾਵੇ, ਸੂਰਜ ਦੇ ਦੁਆਲੇ ਚੱਕਰ ਕੱਟਦੀ ਕੱਟਦੀ ਧਰਤੀ ਇੱਕ ਦਿਨ ਮੁੜ ਉਸੇ ਦਿਨ ਉੱਤੇ ਹੀ ਪਹੁੰਚ ਜਾਂਦੀ ਹੈ ਜਿਸ ਦਿਨ ਇਨਸਾਫ ਨੇ ਬੇਇਨਸਾਫੀ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਲਈ ਅੱਜ ਵੀ ਲੋਕ ਮਠਿਆਈਆਂ ਵੰਡਦੇ, ਦੀਵੇ ਡੰਗਦੇ ਹਨ, ਲਕਸ਼ਮੀ ਪੂਜਾ ਹੁੰਦੀ ਹੈ, ਲੋਕ ਘਰ ਦੇ ਦੁਕਾਨਾਂ ਸਜਾਉਂਦੇ ਹਨ ਲੋਕ ਘਰ 'ਤੇ ਦੁਕਾਨਾਂ ਸਜਾਉਂਦੇ ਹਨ, ਬੱਚੇ ਫੁੱਲ ਝੜੀਆਂ ਪਟਾਕੇ ਚਲਾਉਂਦੇ ਨੇ। ਕਿਰਨ ਨੇ ਵੀ ਸਾਰੇ ਘਰ ਉੱਤੇ ਰੋਸ਼ਨੀ ਕੀਤੀ, ਸਾਰਾ ਸ਼ਹਿਰ ਜਗਮਗ ਜਗਮਗ ਕਰ ਰਿਹਾ ਸੀ। ਪਰ ਰਾਤ ਅਜੇ ਅੱਧੀ ਵੀ ਨਹੀਂ ਸੀ ਬੀਤੀ, ਗਲੀ ਮਹੱਲੇ ਦੇ ਟੱਪਦੇ ਨੱਚਦੇ ਬਾਲ ਸੌਂ ਚੁੱਕੇ ਸਨ, ਦੀਵੇ ਜਲ ਕੇ ਬੁੱਝ ਚੁੱਕੇ ਸਨ, ਪਹਾੜ ਜਿੱਡੀ ਮਹਾਂਕਾਲੀ ਰਾਤ ਦਾ ਰਾਜ ਮੁੜ ਸਥਾਪਿਤ ਹੋ ਗਿਆ ਸੀ। ਕਿਰਨ ਦਾ ਉਹ ਮਿੱਤਰ ਪ੍ਰੋਫੈਸਰ ਦੀਵਾਲੀ ਤੋਂ ਵੀ 2-3 ਦਿਨ ਮਗਰੋਂ ਆਇਆ। ਕਿਰਨ ਬੜਾ ਫਿਕਰ ਕਰਦੀ ਰਹੀ ਕਿਧਰੇ ਬਿਮਾਰ ਹੀ ਨਾ ਹੋ ਗਿਆ ਹੋਵੇ। ਉਹਦੇ ਹੱਥ 'ਚ ਨਵਾਂ ਸੋਨੇ ਦਾ ਕੜਾ ਸੀ, ਉਹ ਬੜੀ ਉੱਚੀ ਉੱਚੀ ਹੱਸ ਕੇ ਗੱਲਾਂ ਕਰ ਰਿਹਾ। ਕਿਰਨ ਨੂੰ ਕੁਝ ਓਪਰਾ ਲੱਗਿਆ, ਬੜੇ ਦਿਨ ਲਾ ਕੇ ਆਏ ਕਿ ਕੜਾ ਕਢਵਾਉਂਦੇ ਰਹੇ। ਕਿਰਨ ਨੇ ਮਜ਼ਾਕ ਕੀਤਾ, ਹਾਂ ਸੱਚ ਦੱਸਣਾ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ, ਇਸ ਵਾਰੀ ਘਰਦਿਆਂ ਨੇ ਜ਼ਬਰਦਸਤੀ ਮੇਰਾ ਮੰਗਣਾ ਕਰਤਾ। ਆਖਣ ਲੱਗੇ ਜੱਜ ਦੀ ਧੀ ਹੈ, ਅਸੀਂ ਤਾਂ ਹਾਂ ਕਰ ਬੈਠੇ ਹਾਂ, ਉਂਝ ਹੈ ਤਾਂ 10ਵੀਂ ਪਾਸ ਹੀ, ਉਂਝ ਦੇਖਣ ਨੂੰ ਚੰਗੀ ਹੈ, ਪਰ ਛੱਡੋ ਇਹ ਫਜ਼ੂਲ ਗੱਲਾਂ, ਦੱਸੋ ਆਗਰਾ ਦੇਖਣ ਕਦੋਂ ਚੱਲਣਾ, ਉਹ ਬੋਲਿਆ। ਕਿਰਨ ਦੀਆਂ ਅੱਖਾਂ ਵਿੱਚੋਂ ਜਗਦੇ ਦੀਵੇ ਜਿਵੇਂ ਕਿਸੇ ਨੇ ਇੱਕੋ ਫੂਕ ਨਾਲ ਬੁਝਾ ਦਿੱਤੇ। ਪੀਰੀਅਡ ਮੁਕਾ ਕੇ ਵੰਨਿਆਂ ਵਾਂਗ ਥਾਂ ਕੁ ਥਾਂ ਟਿਕਦੇ ਕਦਮਾਂ ਨਾਲ ਘਰ ਨੂੰ ਮੁੜੀ ਆ ਰਹੀ ਸੀ। ਅੰਗ 10, ਉਂਝ ਤਾਂ ਹੋਰਨਾਂ ਦਿਨਾਂ ਵਰਗਾ ਹੀ ਇਹ ਦਿਨ ਸੀ, ਪਰ ਰਾਤ ਦਿੱਲੀ ਤੋਂ ਆਉਂਦਿਆਂ ਡਰਾਈਵਰ ਦੀ ਕਿਤੇ ਅੱਖ ਲੱਗ ਗਈ ਅਤੇ ਕਿਰਨਜੀਤ ਦੇ ਬਾਪ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ ਸੀ। ਡਰਾਈਵਰ ਵੀ ਅਤੇ ਉਸਦਾ ਬਾਪ ਵੀ ਦੋਨੋਂ ਮਰ ਗਏ ਸਨ। ਕਿਰਨਜੀਤ ਦੇ ਸਾਹਮਣੇ ਉਹਦੀ ਮਾਂ ਨੇ ਆਪਣੀਆਂ ਬਾਹਾਂ ਵਿੱਚੋਂ ਚੂੜੀਆਂ ਭੰਨੀਆਂ, ਨੱਕ 'ਚੋਂ ਕੋਕਾ ਲਾਇਆ ਅਤੇ ਉੱਚੀ ਉੱਚੀ ਵੈਣ ਪਾ ਕੇ ਰੋਂਦੀ ਰਹੀ। ਕਿਰਨਜੀਤ ਨੇ ਆਪਣੀਆਂ ਬਾਹਾਂ ਵਿਚਲੀਆਂ ਚੂੜੀਆਂ ਵੱਲ ਵੇਖਿਆ, ਆਪਣੇ ਨੱਕ 'ਚ ਪਾਈ ਹੀਰੇ ਦੀ ਤੀਲੀ ਨੂੰ ਟੋਇਆ, ਰੋ ਵੀ ਨਹੀਂ ਸੀ ਰਹੀ। ਮੁਕਾਣਾ ਆਉਂਦੀਆਂ ਰਹੀਆਂ ਜਨਾਨੀਆਂ ਉਹਦੀ ਮਾਂ ਨਾਲੋਂ ਬਹੁਤਾ ਉਹਦਾ ਕਿਰਨਜੀਤ ਦਾ ਨਾਂ ਲੈ ਕੇ ਰੋਂਦੀਆਂ ਸਨ। ਕਿਰਨਜੀਤ ਗੋਡਿਆਂ 'ਚ ਸਿਰ ਦੇ ਡੁੰਨ ਵੱਟਾ ਜਿਹਾ ਬਣੀ ਬੈਠੀ ਰਹਿੰਦੀ।
ਕਦੀ ਕੋਈ ਜਨਾਨੀ ਜਦੋਂ ਉਹਦੇ ਵੀ ਗਲ ਨਾਲ ਆ ਚੰਬੜਦੀ ਤੇ ਵੈਣ ਪਾਉਣ ਲੱਗ ਜਾਂਦੀ ਤਾਂ ਉਹਨੂੰ ਬੜੀ ਅਕਲਕਾਨ ਜੀ ਆਉਂਦੀ। ਇਉਂ ਹਊ ਕਲਾਪ ਵਿੱਚ 10 ਦਿਨ ਲੰਘ ਗਏ, ਭੋਗ ਪੈ ਗਿਆ, ਖੇਡ ਖਤਮ ਹੋ ਗਈ। ਮਰ ਗਏ ਦੇ ਪੈਂਦੇ ਪੁਚੱਕਿਆਂ ਤੋਂ ਬਿਨਾਂ ਉਹਦਾ ਕੁਝ ਬਾਕੀ ਨਹੀਂ ਸੀ ਰਹਿ ਗਿਆ। ਕਿਰਨਜੀਤ ਫਿਰ ਵੀ ਨਾ ਜਾਣੇ ਕਿਉਂ ਆਪਣੇ ਬਾਪ ਦਾ ਅੱਧ ਵਿਚਕਾਰ ਪਿਆ ਸਵੈਟਰ ਵੇਲੇ ਕੁ ਵੇਲੇ ਬੁਣਨ ਲੱਗ ਜਾਂਦੀ। ਬੰਦਾ ਉਈ ਮੇਰੀ ਮੇਰੀ ਕਰਦਾ ਫਿਰਦਾ, ਉਹ ਬਿੰਦ ਦਾ ਵਸਾਹ ਨਹੀਂ। ਕਿਰਨਜੀਤ ਦੀ ਮਾਂ ਨੇ ਹੌਕਾ ਭਰ ਕੇ ਨਾ ਜਾਣੇ ਕਿਹਨੂੰ ਕਿਹਾ, ਪਰ ਇਸ ਮੇਰੀ ਮੇਰੀ ਤੋਂ ਬਿਨਾਂ ਪਲ ਪੂਰੇ ਵੀ ਤਾਂ ਨਹੀਂ ਹੁੰਦੇ। ਆਖ ਉਹਨੇ ਆਪਣੀ ਗੱਲ ਦਾ ਜਿਵੇਂ ਆਪ ਹੀ ਜਵਾਬ ਦਿੱਤਾ, ਦੇਖ ਬਹੂ ਅੱਜ ਤਾਈਂ ਤੂੰ ਆਪਣੀ ਹੀ ਭੁਗਾਉਂਦੀ ਰਹੀ, ਹੁਣ ਰਾਹ ਸਿਰ ਦੀ ਮੰਨਣੀ ਪਊ। ਬਈ ਜਾਂ ਤਾਂ ਪਿੰਡ ਚੱਲ ਰਹੋ ਜਾਂ ਬੀਬੀ ਦਾ ਕਾਕਾ ਇੱਥੇ ਤੁਹਾਡੇ ਕੋਲ ਰਹੂ। 8ਵੀਂ ਜਮਾਤ 'ਚ ਪੜ੍ਹਦਾ ਹੈ, ਨਾਲ ਘਰ ਦੇ ਨਿੱਕੇ ਮੋਟੇ ਕੰਮ ਕਰਦਿਆ ਕਰੂ, ਇਕੱਲਿਆਂ ਰਹਿਣ ਦੀ ਕਿਤੇ ਸਮੋ ਆ। ਕਿਰਨਜੀਤ ਦੀ ਦਾਦੀ ਉਹਦੀ ਮਾਂ ਨੂੰ ਕਹਿਣ ਲੱਗੀ, ਅਸੀਂ ਆਪਣਾ ਵਕਤ ਆਪ ਕੱਟਾਂਗੇ, ਕਿਸੇ ਦਾ ਧੀ ਪੁੱਤ ਲੈਕ ਨਿਕਲੇ ਨਲੈਕ ਨਿਕਲੇ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦੀ। ਕਿਰਨ ਦੀ ਮਾਂ ਬੋਲੀ, ਸੁਣ ਲੈ ਜੀ ਸੁਣਦਾ ਮੈਂ, ਇਸ ਕੜਮੀ ਨੇ ਆ ਕੇ ਮੇਰੀ ਤਾਂ ਕੁੱਲ ਡੋਬਤੀ, ਪੱਟਤੀ ਦੋਵਾਂ ਜਹਾਨਾਂ 'ਤੇ, ਅੱਗਾ ਖੜਾਤਾ। ਹੁਣ ਕਹਿੰਦੀ ਹੈ ਇਸ ਘਰ ਦੀਵਾ ਜਗਦਾ ਨਾ ਰਹਿ ਜੇ, ਆਖਦੀ ਹੈ ਮੁੰਡਾ ਨਹੀਂ ਰੱਖਣਾ, ਭਾਈਆਂ ਭਤੀਜੀਆਂ ਦੇ ਘਰ ਮੈਂ ਵੀ ਨਹੀਂ ਭਰਨ ਦੇਣੇ, ਇੱਥੇ ਬਹਿ ਜੂੰ ਡੰਡਾ ਲੈ ਕੇ। ਹੈ ਨਹੀਂ ਲੋੜਾ, ਇਹਨੇ ਗਏ ਖਲਨੇ ਦੀ ਨੇ ਸਾਨੂੰ ਸਾਰਿਆਂ ਨੂੰ ਮਰੇ ਹੀ ਭਾਲ ਲਿਆ। ਉਹ ਕਿਰਨਜੀਤ ਦੇ ਦਾਦੇ ਵੱਲ ਮੂੰਹ ਕਰਕੇ ਬੋਲੀ ਗਈ। ਕਿਰਨਜੀਤ ਡਿਡਰਿਆਂ ਵਾਂਗ ਦਾਦੀ ਦੇ ਮੂੰਹ ਵੱਲ ਵੇਖ ਰਹੀ ਸੀ, ਜਿਹਨੂੰ ਪੁੱਤਰ ਦੀ ਨਹੀਂ ਪੁੱਤਰ ਦੀ ਜਾਇਦਾਦ ਦੀ ਪੈ ਗਈ ਸੀ। ਨਹੀਂ ਅਸੀਂ ਨਹੀਂ ਰੱਖਣਾ ਕਿਸੇ ਨੂੰ, ਮੈਂ ਅਜੇ ਜਿਉਂਦਿਆਂ ਮਰ ਨਹੀਂ ਗਈ, ਕਿਰਨ ਦਾਦੀ ਨੂੰ ਝਿੜਕ ਕੇ ਪਈ। ਦਾਦੀ ਉਹਦੀ ਨੇ ਆਪਣਾ ਸਿਰ ਹੀ ਪਿੱਟ ਲਿਆ ਅਤੇ ਉੱਚੀ ਉੱਚੀ ਰੋਂਦੀ ਕਿਰਨੇ ਪਾਉਂਦੀ ਆਪਣੇ ਦੋਹਤੇ ਨੂੰ ਜਿਹਨੂੰ ਇੱਥੇ ਛੱਡਣਾ ਚਾਹੁੰਦੀ ਸੀ ਨਾਲ ਲੈ ਕੇ ਪਿੰਡ ਨੂੰ ਚਲੀ ਗਈ। ਦਾਦਾ ਉਹਦਾ ਜਗੋ ਤਕੋ 'ਚ ਸੀ ਕਿ ਉਹ ਕਰੇ ਤਾਂ ਕੀ ਕਰੇ। ਅੰਗ 11ਵਾਂ। ਹੌਲੀ ਹੌਲੀ ਤੁਰਦੇ ਦਿਨ ਲੰਘ ਗਏ ਸਨ। ਪਟਿਆਲੇ ਕਿਸੇ ਕੰਮ ਆਇਆ ਪ੍ਰੋਫੈਸਰ ਅਵਤਾਰ ਕਿਰਨਜੀਤ ਨੂੰ ਘਰ ਮਿਲਣ ਆਇਆ। ਕੁਛ ਰਸਮੀ ਤੌਰ ਉੱਤੇ ਉਹ ਕਿਰਨਜੀਤ ਦੇ ਬਾਪ ਬਾਰੇ ਗੱਲਾਂ ਕਰਦਾ ਰਿਹਾ ਕਿ ਕਿਵੇਂ ਐਕਸੀਡੈਂਟ ਹੋ ਗਿਆ, ਕਿੱਥੇ ਹੋਇਆ, ਸੱਟਾਂ ਕਿੱਥੇ ਕਿੱਥੇ ਲੱਗੀਆਂ, ਟਰੱਕ ਵਾਲਾ ਫੜਿਆ ਗਿਆ ਜਾਂ ਭੱਜ ਗਿਆ। ਫਿਰ ਉਹ ਕੁਝ ਪਲ ਧਿਆਨ ਨਾਲ ਕਿਰਨਜੀਤ ਵੱਲ ਦੇਖਦਾ ਰਿਹਾ। ਚਾਹ ਪੀਓਗੇ, ਕਿਰਨਜੀਤ ਨੇ ਪੁੱਛਿਆ। ਪੀ ਲਵਾਂਗਾ। ਕਿਰਨਜੀਤ ਆਪਣੀ ਬੀਬੀ ਨੂੰ ਚਾਹ ਲਈ ਆਖਣ ਬਣਾਉਣ ਲਈ ਆਖ ਕੇ ਜਦੋਂ ਮੁੜੀ ਅਵਤਾਰ ਨੇ ਆਪਣਾ ਸੱਜਾ ਹੱਥ ਉਹਦੇ ਅੱਗੇ ਫੈਲਾਤਾ, ਕਿਰਨਜੀਤ ਘਬਰਾ ਜੀ ਗਈ ਅਤੇ ਪਰੇ ਕੁਰਸੀ 'ਤੇ ਜਾ ਬੈਠੀ। ਇੱਕ ਗੱਲ ਆਖਾਂ, ਇਹ ਆਦਰਸ਼ਵਾਦ 15ਵੀਂ ਸਦੀ ਦੀਆਂ ਗੱਲਾਂ ਨੇ, ਇਹ ਜਨਮ ਮੁੜ ਕੇ ਨਹੀਂ ਮਿਲਣਾ, ਕਿਉਂ ਗਵਾਇਆ ਜਾਵੇ? ਕਿਰਨਜੀਤ ਨੇ ਕੋਈ ਉੱਤਰ ਨਾ ਦਿੱਤਾ। ਇਸ ਤਰ੍ਹਾਂ ਭੁੱਖੀ ਧਿਆਈ ਬੈਠੀ ਰਹੇਗੀ ਤਾਂ ਕਿਸੇ ਨੇ ਕੀ ਦੇ ਦੇਣਾ ਅਤੇ ਦੂਜੀ ਤਰ੍ਹਾਂ ਕੀ ਖੋਹ ਲੈਣਾ, ਫਿਰ ਪਰਵਾਹ ਹੀ ਕਿਉਂ ਕੀਤੀ ਜਾਵੇ ਕਿਸੇ ਦੀ? ਕਿਰਨਜੀਤ ਅਜੇ ਵੀ ਚੁੱਪ ਸੀ, ਪਰ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ। ਤੇਰੇ ਕੋਲ ਇੰਨਾ ਪੈਸਾ ਹੈ, ਕੀ ਕਰਨਾ? ਵਾਧੂ ਲੋਕ ਹੀ ਸਾਂਭਣਗੇ, ਵਧੀਆ ਅੰਗਰੇਜ਼ੀ ਸ਼ਰਾਬ ਮੰਗਾ ਕੇ ਰੱਖ, ਸ਼ਾਮ ਨੂੰ ਆਰਾਮ ਨਾਲ ਪੀਤੀ, ਕਾਰ ਚਲਾਉਣੀ ਆਪ ਸਿੱਖ ਲੈ, ਡਰਾਈਵਰ ਨੂੰ ਕਰ ਛੁੱਟੀ, ਕਿਸੇ ਦੀ ਪੂਰੇ ਤੌਰ 'ਤੇ ਹੋ ਕੇ ਦੇਖ, ਕਿਸੇ ਨੂੰ ਆਪਣਾ ਬਣਾ ਕੇ ਦੇਖ, ਫਿਰ ਨਹੀਂ ਤਾਂ 5-7 ਸਾਲ ਨੂੰ ਜਦ ਉਮਰ ਲੰਘ ਗਈ ਪਛਤਾਏਂਗੀ, ਮੁੜ ਕੇ ਇਹ ਵੇਲਾ ਨਹੀਂ ਆਉਣਾ। ਨਹੀਂ ਤਾਂ ਵਿਲਾਇਤ ਚਲੀ ਜਾ, ਕਿਸੇ ਅੰਗਰੇਜ਼ ਨਾਲ ਵਿਆਹ ਕਰ ਲੈ, ਇੱਕ ਅੱਧਾ ਬੱਚਾ ਜਦੋਂ ਹੋ ਗਿਆ ਬੇਸ਼ੱਕ ਵਾਪਸ ਆ ਜਾਈ, ਪਰ 2 ਦਿਨ ਜਿਉਂ ਕੇ ਤਾਂ ਦੇਖ। ਕਿਰਨਜੀਤ ਬਿਟ ਬਿਟ ਅਵਤਾਰ ਦੇ ਮੂੰਹ ਵੱਲ ਵੇਖ ਰਹੀ ਸੀ। ਮੈਂ ਸੱਚ ਕਹਿਣਾ, ਇਉਂ ਅੰਦਰ ਵੜ ਕੇ ਬੈਠੀ ਰਹਿਣ ਨਾਲ ਤੈਨੂੰ ਕਿਸੇ ਨੇ ਨਹੀਂ ਪੁੱਛਣਾ, ਹਿੰਮਤ ਕਰ। ਹੋਰ ਨਾ ਸੀ, 4 ਦਿਨ ਜਿਉਂ ਤਾਂ ਚੱਜ ਨਾਲ ਲੈ, ਮੈਂ ਨਹੀਂ ਕਹਿੰਦਾ ਮੇਰੇ ਨਾਲ, ਜਿਸ ਨਾਲ ਵੀ ਤੇਰਾ ਜੀ ਕਰੇ। ਬੰਬਈ ਕਲਕੱਤੇ 10-20 ਦਿਨ ਦੀ ਸੈਰ ਨੂੰ ਚਲੀ ਗਈ। ਇਹ 10-20 ਦਿਨ ਹੀ ਸਹੀ ਆਪਣੇ, ਜੇ ਤੂੰ ਇਹ ਸੋਚਦੀ ਹੈ ਕਿ ਕੋਈ ਸੁਪਨਿਆਂ ਦਾ ਸ਼ਹਿਜ਼ਾਦਾ ਆਊ ਅਤੇ ਖੰਭਾਂ ਵਾਲੇ ਘੋੜੇ 'ਤੇ ਬਿਠਾ ਕੇ ਪਰੀ ਦੇਸ ਨੂੰ ਲੈ ਜਾਊ ਤਾਂ ਇਹ ਤੇਰੀ ਭੁੱਲ ਹੈ। ਹਿੰਦੁਸਤਾਨੀ ਤਾਂ ਜਿਉਂਦੇ ਹੀ ਬਹੁਤਾ ਭੂਤ ਵਿੱਚ ਹਨ, ਕੋਈ ਤੇਰੇ ਭੂਤ ਨੂੰ ਭੁਲਾ ਕੇ ਤੈਨੂੰ ਕਿਵੇਂ ਦੇਖ ਸਕਦਾ? ਸੋ ਅਜੇ ਵੀ ਵੇਲਾ ਹੈ ਜਾਗ ਪੈਣ ਦਾ। ਅੱਛਾ, ਕਿਰਨਜੀਤ ਨੇ ਬੇਦਲੀ ਨਾਲ ਕਿਹਾ। ਚਾਹ ਆ ਗਈ। ਕਿਰਨਜੀਤ ਨੇ ਇੱਕ ਕੱਪ ਵਿੱਚ ਪਾ ਕੇ ਅਵਤਾਰ ਨੂੰ ਦੇ ਦਿੱਤੀ ਅਤੇ ਦੂਜੇ 'ਚ ਆਪਣੇ ਲਈ ਪਾ ਕੇ ਨੀਵੀਂ ਪਾਈ ਪੀਂਦੀ ਰਹੀ। ਮੇਰੀ ਬੀਵੀ ਬੱਚੇ ਅਜੇ ਕੱਲ੍ਹ ਮਹੀਨੇ ਲਈ ਨਾਨਕੀ ਗਏ ਹੋਏ ਹਨ, ਲੁਧਿਆਣੇ ਮੈਂ ਇਕੱਲਾ ਹੀ ਹਾਂ। C13 ਮਾਲ ਟਾਊਨ ਮੇਰਾ ਘਰ ਦਾ ਪਤਾ ਹੈ। ਹਾਂ ਸੱਚ, ਫਿਲੋਸਫੀ ਵਾਲੇ ਪ੍ਰੋਫੈਸਰ ਨਾਲ ਸੁਣਿਆ ਤੇਰੀ ਬੜੀ ਬਣਦੀ ਹੈ। ਕਿਰਨਜੀਤ ਨੇ ਕੋਈ ਉੱਤਰ ਨਾ ਦਿੱਤਾ। ਅੱਛਾ ਮੈਂ ਚੱਲਦਾ, ਕਈ ਲੋਕਾਂ ਨੂੰ ਮਿਲਣਾ, ਆਖਦਾ ਅਵਤਾਰ ਖਾਲੀ ਕੱਪ ਰੱਖ ਕੇ ਉੱਠ ਖੜਾ ਹੋਇਆ। ਕਿਰਨਜੀਤ ਨੇ ਹੱਥ ਜੋੜੇ। ਅਵਤਾਰ ਦੀਆਂ ਗੱਲਾਂ ਨਾ ਕਿਰਨਜੀਤ ਨੂੰ ਸੱਚ ਲੱਗਦੀਆਂ ਸਨ ਅਤੇ ਨਾ ਹੀ ਝੂਠ ਲੱਗਦੀਆਂ ਸਨ। ਸਾਰੀ ਰਾਤ ਉਹਨੂੰ ਨੀਂਦ ਨਾ ਆਈ।
ਅੰਗ 12 ਦਿਨ ਲੰਘਦੇ ਗਏ। ਅੱਸੂ ਦਾ ਮਹੀਨਾ ਆ ਗਿਆ, ਸ਼ਰਾਧ ਚੜ੍ਹ ਪਏ। ਇਹਨਾਂ ਦਿਨਾਂ 'ਚ ਲੋਕ ਆਪਣੇ ਮੋਇਆਂ ਮੁੱਕਿਆਂ ਦੀ ਗਤੀ ਕਰਵਾਉਣ ਪਹੋਏ ਜਾਂਦੇ ਹਨ। ਮੱਸਿਆ ਵਾਲੇ ਦਿਨ ਆਪਾਂ ਵੀ ਪਹੋਏ ਚੱਲਣਾ, ਕਿਰਨਜੀਤ ਦੀ ਮਾਂ ਨੇ ਉਹਨੂੰ ਦੱਸਿਆ। ਇਨ੍ਹੀਂ ਦਿਨੀ ਮਾਂ ਨਾਲ ਕੋਈ ਬਹਿਸ ਨਹੀਂ ਸੀ ਕੀਤੀ ਜਾ ਸਕਦੀ। 14 ਦੀ ਰਾਤ ਨੂੰ 2 ਵਜੇ ਉੱਠ ਕੇ ਉਹਦੀ ਮਾਂ ਨੇ ਖੀਰ ਪ੍ਰਸ਼ਾਦ ਆਲੂਆਂ ਦੀ ਭਾਜੀ ਅਤੇ ਭੜਥਾ ਤਿਆਰ ਕੀਤੇ। ਭੜਥਾ ਉਹਦੇ ਪਿਓ ਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਦਿਨ ਚੜ੍ਹਦੇ ਨੂੰ ਉਹਨਾਂ ਨੇ ਅੱਡੇ 'ਚੋਂ ਪਹੋਏ ਨੂੰ ਜਾਣ ਵਾਲੀ ਬੱਸ ਫੜ ਲਈ। ਬੱਸ ਚੜ੍ਹਨ ਲੱਗਿਆਂ 5 ਪੈਸੇ ਹੇਠਾਂ ਸੁੱਟ ਕੇ ਕਿਰਨਜੀਤ ਦੀ ਮਾਂ ਨੇ ਉਹਦੇ ਪਿਓ ਦੀ ਰੂਹ ਨੂੰ ਨਾਲ ਬੱਸ ਚੜ੍ਹਾਉਣ ਲਈ ਕਿਹਾ। ਸਾਰੇ ਰਾਹ ਉਹਦੀ ਮਾਂ ਪਾਠ ਕਰਦੀ ਗਈ, ਪਰ ਉਹ ਆਪ ਮਰਿਆਂ ਮੁੱਕਿਆਂ ਦੀ ਗੱਤ ਕਰਵਾਉਣ ਜਾ ਰਹੇ ਵਾਰਸਾਂ ਦੇ ਮੂੰਹਾਂ ਵੱਲ ਤੱਕਦੀ ਰਹੀ। ਪਲ ਦੇ ਪਲ ਲਈ ਉਹਨੂੰ ਲੱਗਿਆ ਪਹੋਏ ਤਾਂ ਰੂਹਾਂ ਦੀ ਬਸੰਤ ਪੰਚਮੀ ਦੇ ਮੇਲੇ ਜਿੰਨੀ ਭੀੜ ਹੋਣੀ ਹੈ। ਪਹੋਆ ਪੁਰਾਣੇ ਵੇਲਿਆਂ ਦਾ ਸ਼ਹਿਰ ਹੈ ਜਿੱਥੇ ਨਵੇਂ ਜਿਹੇ ਲੋਕ ਵੱਸਦੇ ਹਨ। ਕਿਰਨਜੀਤ ਹੋਰਾਂ ਦੇ ਆਪਣੇ ਸ਼ਹਿਰ ਦੇ ਗੋਤ ਦੱਸਣ ਪਿੱਛੋਂ ਕੁੱਲ ਪੁਰੋਹਿਤ ਨੇ ਧਰਮਰਾਜ ਦੇ ਖਾਤੇ ਵਰਗੀ ਮਣ ਸਵਾ ਮਣ ਦੀ ਵਹੀ 'ਚੋਂ ਫਟਾਫਟ ਕੁੱਲ ਪੱਤਰਾ ਲੱਭਿਆ। ਇਸ ਪੱਤਰੇ ਨੂੰ ਉਠਾਲ ਕੇ ਉਹ ਹੋ ਹੋ ਤੁਰ ਗਏ ਪਿੱਤਰਾਂ ਦੇ ਨਾਂ ਪੜ ਪੜ ਸੁਣਾਉਂਦਾ ਰਿਹਾ। ਹੀਰੇ ਦਾ ਪੱਤਰ ਵਜ਼ੀਰਾ ਭਾਦੋਂ ਦੀ ਤੀਜ ਨੂੰ ਹੀਰੇ ਦੀ ਗੱਤ ਕਰਵਾਉਣ ਆਇਆ। ਵਹੀ ਉੱਤੇ ਵਜ਼ੀਰ ਦੇ ਆਪਣੇ ਹੱਥਾਂ ਨਾਲ ਕੀਤੇ ਦਸਖਤ ਪੰਡਿਤ ਨੇ ਨੇੜੇ ਹੋ ਕੇ ਦੇਖਣ ਲਈ ਕਿਹਾ। ਅੱਗੇ ਉਸੇ ਵਰਕੇ ਉੱਤੇ ਵਜ਼ੀਰੇ ਦੇ ਪੁੱਤਰ ਹਜੂਰਾ ਸਿੰਘ ਦੇ ਦਸਖਤ ਸਨ। ਫਿਰ ਹਜੂਰਾ ਸਿੰਘ ਦੇ ਪੁੱਤਰ ਉੱਤਮ ਸਿੰਘ ਦੇ, ਜੋ ਆਪਣੇ ਬਾਪ ਹਜੂਰਾ ਸਿੰਘ ਦੀ ਗੱਤ ਕਰਵਾਉਣ ਹੁਣ ਕੁਝ ਵਰੇ ਹੋਏ ਆਇਆ ਸੀ। ਹੁਣ ਕਿਰਨਜੀਤ ਅਤੇ ਉਹਦੀ ਮਾਂ ਸਰਦਾਰ ਉੱਤਮ ਸਿੰਘ ਦੀ ਗੱਤ ਕਰਵਾਉਣ ਆਈਆਂ ਸਨ। ਕਿਰਨਜੀਤ ਨੂੰ ਦੇ ਇੱਕ ਹਾਲ ਜਿਹਾ ਪਿਆ। ਰੀਤ ਅਨੁਸਾਰ ਉਹ ਵੀ ਆਪਣੇ ਬਾਪ ਦੀ ਰੂਹ ਇੱਥੇ ਛੱਡਣ ਆਈ ਸੀ। ਪਹੋਏ ਸਾਹਮਣੇ ਗੰਧਲੇ ਪਾਣੀ ਦਾ ਇੱਕ ਛੱਪੜ ਹੈ ਜਿਸ 'ਚ ਯਾਤਰੀ ਇਸ਼ਨਾਨ ਕਰ ਰਹੇ ਸਨ। ਛੱਪੜ ਕੰਢੇ ਨਿੱਕੀਆਂ ਇੱਟਾਂ ਦਾ ਭੀੜਾ ਜਿਹਾ ਮੰਦਰ ਹੈ। ਮੰਦਰ ਦੇ ਅੰਦਰ ਧੂਫ ਗੁੱਗਲ ਦੇ ਧੂੰਏ 'ਤੇ ਬੁੱਢੇ ਠੇਰੇ ਯਾਤਰੀਆਂ ਦੇ ਵਿਚਕਾਰ ਬੈਠਾ ਪਾਟੇ ਗਲੇ ਵਾਲਾ ਪੰਡਿਤ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਰਿਹਾ। ਆਪਣੀ ਡਿਊਟੀ ਦਾ ਇਹ ਘੰਟਾ ਆਖਿਰ ਤਾਂ ਉਹਨੇ ਕਿਵੇਂ ਨਾ ਕਿਵੇਂ ਲੰਘਾਉਣਾ ਹੀ ਹੈ। ਬਾਹਰ ਮੈਲੇ ਕੁਚੈਲੇ ਮੰਗਤੇ ਮੰਗਤੀਆਂ ਯਾਤਰੀਆਂ ਦੇ ਮਗਰ ਹਰਲ ਹਰਲ ਕਰਦੇ ਫਿਰ ਰਹੇ ਸਨ। ਕੁੱਲ ਪੁਰੋਹਿਤ ਕਿਰਨਜੀਤ ਅਤੇ ਉਹਦੀ ਮਾਂ ਦੇ ਨਾਲ ਛੱਪੜ ਦੇ ਕੰਢੇ ਆ ਬੈਠਾ ਪੂਜਾ ਕਰਵਾਉਣ। ਪੂਜਾ ਕਰਨ ਵੇਲੇ ਉਹਨੇ ਆਪਣੀ ਜੁੱਤੀ ਚੁੱਕ ਕੇ ਹੀ ਸਮੱਗਰੀ ਦੇ ਕੋਲ ਰੱਖ ਲਈ, ਮਤਾ ਕੋਈ ਚੁੱਕ ਕੇ ਲੈ ਜਾਏ। ਇੰਨੇ ਨੂੰ ਉਹਦਾ ਇੱਕ ਹੋਰ ਜਜਮਾਨ ਉਹਨੂੰ ਲੱਭਦਾ ਲੱਭਦਾ ਉੱਥੇ ਆ ਗਿਆ। ਉਹਨੇ ਵੀ ਕਿਸੇ ਦੀ ਗੱਤ ਕਰਾਉਣੀ ਸੀ। ਕੁੱਲ ਪੁਰੋਹਿਤ ਦੇ ਨਾਲ ਦੇ ਵਿਹਲੇ ਬੈਠੇ ਪੰਡਿਤਾਂ ਨੂੰ 1 ਰੁਪਈਆ ਭਾੜਾ ਦੇ ਕੇ ਕਿਹਾ ਕਿ ਉਹਦੇ ਬੰਦਿਆਂ ਦਾ ਪੂਜਾ ਕਰਵਾ ਦੇ। ਪੂਜਾ ਦਾ ਸਾਰਾ ਮਾਲ ਉਹਨੇ ਕੁੱਲ ਪੁਰੋਹਿਤ ਨੂੰ ਲਿਆ ਕੇ ਦੇਣਾ ਹੁੰਦਾ ਹੈ। ਘਰੋਂ ਲਿਆਂਦੇ ਸਿੱਧੇ ਪੱਤੇ ਦੇ ਨਾਲ ਮਰਗਿਆਂ ਦੇ ਨਿਮਿਤ ਲਿਆਂਦੇ ਨਵੇਂ ਪੁਰਾਣੇ ਕੱਪੜਿਆਂ ਤੋਂ ਬਿਨਾਂ ਚਾਵਲ ਸੰਧੂਰ ਆਟਾ ਆਦਿ ਕੁਛ ਪੰਡਿਤ ਤੁਹਾਡੇ ਕੋਲੋਂ ਪੈਸੇ ਲੈ ਕੇ ਨਾਲ ਲੱਗਦੀ ਦੁਕਾਨ ਤੋਂ ਖਰੀਦ ਲਿਆਉਂਦਾ। ਫਿਰ ਉਹਨੇ ਆਟੇ ਨਾਲ ਧਰਤੀ 'ਤੇ ਲੀਕਾਂ ਵਾਹ ਕੇ ਕੁੰਡਲੀ ਬਣਾਈ। ਕੁੰਡਲੀ 'ਚ ਹਰ ਘਰ 'ਚ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਚਿੰਨ੍ਹ ਬਣਾਇਆ। ਕਿਰਨਜੀਤ ਸਾਰਾ ਵੇਲਾ ਇਹੀ ਦੇਖਦੀ ਰਹੀ। ਪੰਡਿਤ ਨੇ ਕਿੱਡੀ ਫੁਰਤੀ ਨਾਲ ਅਤੇ ਕਿੰਨਾ ਠੀਕ ਇਹ ਸਭ ਕੁਝ ਬਣਾ ਲਿਆ ਸੀ। ਫਿਰ ਮੰਤਰ ਪੜ੍ਹ ਕੇ ਸੰਧੂਰ 'ਤੇ ਹਲਦੀ ਲੱਗੇ ਚਾਵਲ ਵਾਰੋ ਵਾਰੀ ਸਾਰੇ ਦੇਵੀ ਦੇਵਤਿਆਂ ਦੇ ਘਰਾਂ 'ਚ ਸੁਟਵਾ ਕੇ ਮੱਥਾ ਟਿਕਵਾਉਂਦਾ ਰਿਹਾ। ਅਖੀਰ ਆਟੇ ਦੀਆਂ ਗੋਲੀਆਂ ਉਸ ਛੱਪੜ 'ਚ ਸੁਟਵਾ ਦਿੱਤੀਆਂ ਅਤੇ ਸੂਰਜ ਨੂੰ ਪਾਣੀ ਦੇਣ ਨੂੰ ਕਿਹਾ। ਪਿੰਡ ਭਰੇ ਗਏ, ਪਿੱਤਰ ਪੂਜੇ ਗਏ। ਹੁਣ ਦੱਖਣਾ ਦੇਣੀ ਹੁੰਦੀ ਹੈ। ਉਹ ਗਾਹਕ ਦੀ ਹੈਸੀਅਤ ਅਨੁਸਾਰ ਲੈ ਲੈਣ ਦੀ ਪੰਡਿਤ ਨੂੰ ਬੜੀ ਜਾਚ ਆਉਂਦੀ ਹੁੰਦੀ ਹੈ। ਦਾਨ ਦੱਖਣਾ ਸਮੇਟਦੇ ਪੰਡਿਤ ਦੇ ਨਾਲ ਦੇ ਮੰਦਰ ਤੇਲ ਪਾਉਣ ਪਿੱਛੋਂ ਕੁਝ ਖਾ ਪੀ ਲੈਣ ਲਈ ਕਿਹਾ। ਇਹ ਖਾਣਾ ਪੀਣਾ ਪਿੱਤਰੋਂ ਕੋ ਪ੍ਰਾਪਤ ਹੋਗਾ, ਉਸਨੇ ਦੱਸਿਆ। ਤੇਲ ਮੰਦਰ ਪਾ ਕੇ ਕਿਰਨਜੀਤ ਨੇ ਅਤੇ ਉਹਦੀ ਮਾਂ ਬਾਜ਼ਾਰ ਵੱਲ ਆ ਗਈਆਂ, ਜੋ ਨਾਲ ਹੀ ਸੀ। ਤੂੰ ਕੁਝ ਖਾ ਪੀ ਲੈ, ਕਿਰਨਜੀਤ ਦੀ ਮਾਂ ਨੇ ਇੱਕ ਹੋਟਲ ਕਿਸਮ ਦੇ ਢਾਬੇ ਅੱਗੇ ਖੜੋਂਦੀ ਨੇ ਕਿਹਾ। ਕਿਰਨਜੀਤ ਨੇ ਦੁੱਧ 'ਚ ਜਲੇਬੀਆਂ ਪਵਾ ਲਈਆਂ। ਉਹਦੇ ਬਾਪ ਨੂੰ ਦੁੱਧ 'ਚ ਜਲੇਬੀਆਂ ਬਹੁਤ ਪਸੰਦ ਸਨ। ਮੰਗਤੇ ਮੰਗਤੀਆਂ ਇੱਥੇ ਵੀ ਆ ਉਹਨਾਂ ਦੇ ਦੁਆਲੇ ਹੋਏ। ਦੇ ਜਾ ਇਹ ਬੀਬੀ ਦੇ ਜਾ, ਉਹਨਾਂ ਦੀ ਨਿਮਿੱਤ ਜਿਨ੍ਹਾਂ ਆ ਪਾ ਕੇ ਕਦੇ ਕੁਛ ਨਹੀਂ ਮੰਗਣਾ, ਇੱਕ ਮੰਗਤੀ ਨੇ ਕਿਹਾ। ਕਿਰਨਜੀਤ ਨੇ ਨਾ ਜਾਣੇ ਕਿਸ ਕਿਸ ਦੀ ਰੂਹ ਨੇ ਮੰਗਤੇ ਮੰਗਤੀਆਂ ਵੀ, ਕਿਰਨਜੀਤ ਨੇ ਸੋਚਿਆ ਅਤੇ ਦੁੱਧ ਦੀ ਘੁੱਟ ਉਹਦੇ ਸੰਗ 'ਚ ਅੜਨ ਲੱਗ ਪਈ। ਉਹਨੂੰ ਆਪਣੇ ਬਾਪ ਦੀ ਰੂਹ ਵੀ ਇਹਨਾਂ ਮੰਗਤੇ ਮੰਗਤੀਆਂ ਦੇ ਨਾਲ ਤੁਰੀ ਫਿਰਦੀ ਲੱਗੀ। ਉਹਦਾ ਮਨ ਭਰ ਆਇਆ। ਆਪਾਂ ਕਾਹਨੂੰ ਆਉਣਾ ਸੀ ਗੱਤ ਕਰਵਾਉਣ, ਉਹਨੇ ਆਪਣੀ ਮਾਂ ਨੂੰ ਕਿਹਾ। ਜਿਹਦੀ ਗੱਤ ਨਾ ਹੋਵੇ, ਰੂਹ ਭੂਤ ਪ੍ਰੇਤ ਬਣੀ ਭਟਕਦੀ ਰਹਿੰਦੀ ਹੈ, ਉਹਨੂੰ ਕੋਈ ਵੀ ਜੂਨ ਨਸੀਬ ਨਹੀਂ ਹੁੰਦੀ। ਇਹੋ ਤਾਂ ਇੱਕ ਕੰਮ ਮਰ ਗਿਆ, ਜਿਉਂਦਿਆਂ ਜੰਮੇ ਲਾ ਕੇ ਜਾਂਦੇ ਨੇ, ਹੋਰ ਦੁਨੀਆਂ ਆਸ ਔਲਾਦ ਕਾਹਦੇ ਪਿੱਛੇ ਭਾਲਦੀ ਹੈ।
ਕਿਸੇ ਬੇਗਾਨੇ ਦੇ ਹੱਥੋਂ ਗੱਤ ਨਹੀਂ ਨਾ ਹੁੰਦੀ? ਹੈ ਤਾਂ ਫੇਰ ਨਹੀਂ ਚੰਗਾ ਆਹੋ। ਕਿਰਨਜੀਤ ਨਾ ਜਾਣੇ ਮਾਨੀ ਮਨ ਕੀ ਕੀ ਗੱਲਾਂ ਕਹਿ ਗਈ। ਮਾਂ ਉਹਦੀ ਨੇ ਕੁਝ ਅੱਖਰ ਹੀ ਸੁਣੇ। ਦੁੱਧ ਤੇ ਜਲੇਬੀਆਂ ਦਾ ਗਲਾਸ ਉਹਨੇ ਇੱਕ ਮੰਗਤੇ ਦੀ ਬਾਟੀ 'ਚ ਪਾਤਾ, ਜਿਹੜਾ ਕਿੰਨੇ ਚਿਰਾਂ ਤੋਂ ਪਰਾਂ ਖੜਾ ਉਸ ਵੱਲ ਬਿਟ ਬਿਟ ਤੱਕ ਰਿਹਾ ਸੀ। ਦੁੱਧ ਜਲੇਬੀਆਂ ਪਵਾਉਂਦਾ ਉਹ ਪਾਗਲਾਂ ਵਰਗਾ ਬੇਮਤਲਬ ਜਿਹਾ ਹਾਸਾ ਹੱਸਿਆ। ਦੁੱਧ ਜਲੇਬੀਆਂ ਦੇ ਪੈਸੇ ਦੇ ਕੇ ਕਿਰਨਜੀਤ ਦੀ ਮਾਂ ਉੱਥੋਂ ਤੁਰ ਪਈ ਸੀ, ਪਰ ਕਿਰਨਜੀਤ ਜੱਕੋ ਤੱਕੋ ਕਰਦੀ ਅਜੇ ਉੱਥੇ ਹੀ ਖੜੀ ਸੀ। ਕੀ ਗੱਲ? ਉਹਦੀ ਮਾਂ ਨੇ ਮੁੜ ਕੇ ਪੁੱਛਿਆ। ਕਿਰਨਜੀਤ ਕੁਝ ਝਿਜਕੀ, ਕੁਝ ਸਿਮਟੀ ਅਤੇ ਉਹਨੇ ਆਪਣੇ ਨੱਕ 'ਚ ਪਾਈ ਹੀਰੇ ਦੀ ਤੀਲੀ ਟੋਈ। ਮਾਂ ਬਿਟ ਬਿਟ ਉਹਦੇ ਮੂੰਹ ਵੱਲ ਤੱਕ ਰਹੀ ਸੀ। ਕਿਰਨਜੀਤ ਨੇ ਖੱਬੇ ਹੱਥ 'ਚ ਪਾਈਆਂ ਸੋਨੇ ਦੀਆਂ ਦੋ ਜੜਾਊ ਚੂੜੀਆਂ ਲਾ ਕੇ ਪਰਸ 'ਚ ਪਾ ਲਈਆਂ। ਮਾਂ ਉਹਦੀ ਕੁਝ ਨਹੀਂ ਸਮਝੀ। ਲੋਕ ਘਰਾਂ ਨੂੰ ਮੁੜਨ ਦੀ ਤਿਆਰੀ ਵਿੱਚ ਖਿੱਲਾਂ ਮਖਾਣੇ ਖਰੀਦ ਰਹੇ ਸਨ, ਪਹੁੰਚੀਆਂ ਗਾਨੀਆਂ ਪਸੰਦ ਕਰ ਰਹੇ ਸਨ। ਇੱਕ ਗੱਭਰੂ ਕਾਲੀ ਡੋਰ 'ਚ ਪਰੋਈ ਪਿੱਤਲ ਦੀ ਗਾਨੀ ਦਾ ਭਾਅ ਪੁੱਛ ਰਿਹਾ ਸੀ। ਆਪਾਂ ਗਿੱਲਾਂ ਦੇ ਪੰਡਿਤ ਨੂੰ ਵੀ ਲੱਭ ਲਈਏ, ਕਿਰਨਜੀਤ ਨੇ ਝੱਕਦੇ ਜੇ ਕਿਹਾ। ਮਾਂ ਉਹਦੀ ਨੂੰ ਇੱਕ ਤੌਣੀ ਆ ਗਈ, ਉਹ ਧੀ ਦੇ ਮੂਹਰੇ ਲੱਗ ਤੁਰੇ। ਗਿੱਲਾਂ ਦੇ ਪੰਡਿਤ ਦੀ ਹੱਟ ਜਦੋਂ ਲੱਭੀ, ਮਾਂ ਉਹਦੀ ਨੇ ਪਿੱਛੇ ਭੌਂ ਕੇ ਦੇਖਿਆ। ਕਿਰਨਜੀਤ ਨੇ ਚੁੰਨੀ ਨਾਲ ਸਿਰ ਢੱਕਿਆ ਹੋਇਆ ਸੀ ਅਤੇ ਨੱਕ ਵਿੱਚੋਂ ਹੀਰੇ ਦੀ ਤੀਲੀ ਲਾਹ ਲਈ ਸੀ। ਬਸ ਤੀਲੀ ਦਾ ਨਿਸ਼ਾਨ ਹੀ ਬਾਕੀ ਸੀ। ਡਾਇਰੀ। ਕੁਝ ਚਿਰ ਕਿਰਨਜੀਤ ਡਾਇਰੀ ਲਿਖਦੀ ਰਹੀ। ਉਹ ਇਸ ਤਰ੍ਹਾਂ ਸੀ। 15-7, 1 ਸਾਲ ਹੋ ਗਿਆ, ਨਹੀਂ ਸੱਚ 1 ਸਦੀ ਹੋ ਗਈ। ਕੌਣ ਵੇਲਿਆਂ ਦੀ ਤੁਰੀ ਹੋਈਆਂ, ਸੂਰਜ ਚੜ੍ਹੇ ਨੂੰ ਜੁਗੜੇ ਬੀਤ ਗਏ ਨੇ, ਨਾ ਜਾਣੇ ਕਦੋਂ ਢਲੇਗਾ। ਲੋਕ ਜਦੋਂ ਵੀ ਗੱਲ ਕਰਦੇ ਨੇ ਤੇਜਵੰਦ ਦੀ ਗੱਲ ਕਰਦੇ ਨੇ, ਜਿਵੇਂ ਉਹ ਜਿਉਂਦਾ ਹੋਵੇ ਅਤੇ ਮੈਂ ਮਰ ਗਈ ਹੋਵਾਂ। ਸ਼ਾਇਦ ਇਹ ਠੀਕ ਹੀ ਹੋਵੇ। ਉਹ ਜੰਗ 'ਚ ਸ਼ਹੀਦ ਹੋਇਆ, ਪਰ ਅਸਲ 'ਚ ਤਾਂ ਮਰਿਆ ਹੀ ਹੈ ਨਾ। ਉਹਦੀਆਂ ਹੱਡੀਆਂ ਅਜੇ ਤੱਕ ਉੱਥੇ ਖਿਲ ਰਹੀਆਂ ਪਈਆਂ ਹੋਣਗੀਆਂ। ਮੈਂ ਕਦੇ ਜਾਵਾਂਗੀ ਉੱਥੇ, ਪਰ ਇੰਨੀਆਂ ਸਾਰੀਆਂ ਹੱਡੀਆਂ 'ਚੋਂ ਕਿਵੇਂ ਪਹਿਚਾਣਾਂਗੀ? 27-7, ਰਾਤ ਹੈ, ਬੱਦਲ ਨੇ, ਬੇਚੈਨ ਜਿਹੀ ਹਵਾ ਬੂਹੇ ਬਾਰੀਆਂ 'ਚੋਂ ਵੱਜਦੀ ਲੰਘੀ ਜਾ ਰਹੀ ਹੈ। ਕਿਹੜੇ ਦੇਸ਼ ਨੂੰ, ਹਵਾ ਨੂੰ ਆਖੋ ਜਦੋਂ ਇਸ ਦੇਸ਼ 'ਚ ਦੀ ਲੰਘੇ, ਕੀ ਸੂਰਜ ਅਜੇ ਵੀ ਨਿੱਤ ਚੜ੍ਹਦਾ? ਸਕਾਰਲੈਟ ਲੈਟਰ ਦੀ ਹੈਸਟਰ ਲਈ ਮੈਂ ਰੋਣਾ ਚਾਹੁੰਦੀ ਹਾਂ, ਪਰ ਰੋ ਨਹੀਂ ਸਕਦੀ। ਅਸਮਾਨ ਉੱਤੇ ਕੂੰਜਾਂ ਦੀ ਡਾਰ ਲੰਘੀ ਜਾ ਰਹੀ ਹੈ। ਇੱਕ ਪਲ ਮਨ ਕੀਤਾ ਇਹਨਾਂ ਨੂੰ ਆਖਾਂ ਮੇਰਾ ਸੁਨੇਹਾ ਲੈ ਜਾਓ, ਬਿਨਾਂ ਪਰਮਟੇ ਸਰਹੱਦ ਤੋਂ ਕਿਵੇਂ ਲੰਘਣਗੀਆਂ? ਮੋਰ ਕੂੰਜਾਂ ਨੂੰ ਆਖਦੇ, ਤੁਹਾਡੀ ਰਹਿੰਦੀ ਨਿੱਤ ਤਿਆਰੀ, ਜਾਂ ਕੂੰਜੋ ਤੁਹਾਡਾ ਦੇਸ਼ ਕੁਛ ਜੜਾ ਜਾਂ ਕਿਸੇ ਨਾਲ ਯਾਰੀ। ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ ਹੈ। ਬਹੁਤ ਲੋਕ ਇਸ ਗੱਡੀ 'ਚ ਆਏ ਹੋਣਗੇ, ਬਹੁਤ ਲੋਕ ਇਸ ਗੱਡੀ 'ਚ ਚਲੇ ਜਾਣਗੇ। ਨਾ ਜਾਣੇ ਲੋਕ ਕਿੱਧਰੋਂ ਆਉਂਦੇ ਨੇ, ਕਿੱਧਰ ਨੂੰ ਚਲੇ ਜਾਂਦੇ ਨੇ। ਰੇਡੀਓ ਉੱਤੇ ਪੱਕਾ ਰਾਗ ਵੱਜ ਰਿਹਾ, ਮੋਰੀ ਰੁਣ ਝੁਣ ਲਾਇਆ। ਕੀ ਮੋਰਾਂ ਨੂੰ ਕਿਸੇ ਨੇ ਨਹੀਂ ਦੱਸਿਆ? 1-8, ਅੱਜ ਇੱਕ ਸਾਡਾ ਰਿਸ਼ਤੇਦਾਰ ਲੜਕਾ ਆਇਆ, ਆਖਦਾ ਸੀ ਦਾਖਲੇ ਲਈ ਪ੍ਰਿੰਸੀਪਲ ਕੋਲ ਸਿਫਾਰਿਸ਼ ਕਰ ਦਿਓ। ਅੱਛਾ, ਮੈਂ ਆਖਿਆ, ਪਰ ਮੁੜ ਮੁੜ ਸੋਚਣ ਉੱਤੇ ਵੀ ਮੈਨੂੰ ਉਹਦਾ ਨਾਂ ਯਾਦ ਨਾ ਆਇਆ। ਤੇਰਾ ਨਾਂ ਕੀ ਹੈ? ਮੈਂ ਪੁੱਛਿਆ। ਉਹ ਹੱਸਣ ਲੱਗ ਪੈਂਦਾ ਅਤੇ ਕਹਿੰਦਾ, ਕੱਲ੍ਹ ਨੂੰ ਕਿਸੇ ਤੋਂ ਆਪਣਾ ਨਾਂ ਨਾ ਪੁੱਛਣ ਲੱਗ ਜਾਇਓ। ਉਹ ਬਿਨਾਂ ਨਾਂ ਦੱਸਿਆਂ ਹੀ ਚਲਾ ਗਿਆ। 6-8, ਅੱਜ ਡਾਕਟਰ ਨੂੰ ਅੱਖਾਂ ਵਿਖਾਉਣ ਗਈ। ਕਦੇ ਕਦੇ ਧੁੱਪ ਜਿਵੇਂ ਬਹੁਤ ਜ਼ਿਆਦਾ ਚਮਕੀਲੀ ਹੋ ਕੇ ਮੇਰੀਆਂ ਅੱਖਾਂ 'ਚ ਚੁਭਣ ਲੱਗ ਜਾਂਦੀ ਹੈ, ਜਿਵੇਂ ਸੂਰਜ ਮੇਰੀਆਂ ਅੱਖਾਂ 'ਚ ਆ ਕੇ ਬੈਠ ਗਿਆ ਹੋਵੇ। ਪਰ ਕਦੇ ਕਦੇ ਸਭ ਕੁਝ ਧੁੰਦਲਾ ਧੁੰਦਲਾ ਦਿਸਦਾ, ਜਿਵੇਂ ਕਾਲੀ ਪੂਲੀ ਹਨੇਰੀ ਚੜ੍ਹਾਈ ਹੋਵੇ। ਕਦੇ ਕਦੇ ਪੜ੍ਹਦੀ ਦੇ ਅੱਖਰ ਜਿਵੇਂ ਨੱਚਣ ਲੱਗ ਜਾਂਦੇ ਹੈ ਅਤੇ ਫਿਰ ਨੱਚਦੇ ਨੱਚਦੇ ਦਿਸਣੋਂ ਹੀ ਹਟ ਜਾਂਦੇ ਨੇ। ਮੈਂ ਡਾਕਟਰ ਨੂੰ ਦੱਸਿਆ। ਡਾਕਟਰ ਮੁਸਕਰਾਇਆ ਅਤੇ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਪਾ ਪਾ ਧਿਆਨ ਨਾਲ ਦੇਖਦਾ ਰਿਹਾ। ਫਿਰ ਉਹਨੇ ਅੱਖਰ ਪੜ੍ਹਾ ਕੇ ਵੇਖੀ। ਨਿਗਾਹ ਤਾਂ ਠੀਕ ਹੈ, ਮੈਨੂੰ ਲੱਗਦਾ ਤੇਰੀਆਂ ਅੱਖਾਂ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ, ਉਹਨੇ ਹੱਸ ਕੇ ਕਿਹਾ। ਉਹਦੇ ਹਾਸੇ ਤੋਂ ਮੈਨੂੰ ਯਾਦ ਆਇਆ, ਉਹ ਮੁੰਡਾ ਤਾਂ 10ਵੀਂ 'ਚ ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਹੱਥ ਹੌਲਾ ਕਰਾ, ਕਿਸੇ ਸਿਆਣੇ ਤੋਂ ਫਿਰ ਮਜ਼ਾਕ ਕਰਦਾ ਹੈ। ਮੈਂ ਸੱਚ ਆਖਦੀ ਹਾਂ ਡਾਕਟਰ ਸਾਹਿਬ, ਮੇਰੀ ਅੱਖਾਂ ਨੂੰ ਜ਼ਰੂਰ ਕੁਛ ਹੋ ਗਿਆ। ਮੈਂ ਦੱਸਿਆ ਨਜ਼ਰ ਲੱਗ ਗਈ, ਫਿਰ ਵੀ ਦਵਾਈ ਲਿਖ ਦੇਣਾ, ਸੌਣ ਲੱਗੀ ਪਾ ਲਿਆ ਕਰੇ। ਦਵਾਈ ਵਾਲੀ ਪਰਚੀ ਫੜ, ਮੈਂ ਪਰਸ 'ਚੋਂ ਪੈਸੇ ਕੱਢੇ। ਪੈਸੇ ਨਹੀਂ, ਫੀਸ ਵਿੱਚ ਮੈਂ ਤੈਨੂੰ ਹੀ ਰੱਖ ਲੈਣਾ। ਮੈਂ ਕੋਈ ਜਵਾਬ ਨਹੀਂ ਦਿੱਤਾ। ਮੈਂ ਸੋਚ ਰਹੀ ਸੀ ਜਦੋਂ ਇਹਨੂੰ ਪਤਾ ਲੱਗੇਗਾ ਫਿਰ ਇਹ ਮੇਰੀ ਵੱਲ ਹੋਰ ਹੀ ਤਰ੍ਹਾਂ ਵੇਖੇਗਾ, ਹੋਰ ਹੀ ਤਰ੍ਹਾਂ ਗੱਲ ਕਰੇਗਾ। ਮੇਰੀ ਮਾਮੀ ਇੱਕ ਗੀਤ ਗਾਉਂਦੀ ਹੁੰਦੀ ਹੈ, ਭਰਿਆ ਟੋਕਰਾ ਅੰਬੀਆਂ ਦਾ ਨੀ ਕਿੱਥੇ ਲਾਹੇਂਗੀ,
ਕਿੱਥੇ ਲਾਹੇਂਗੀ ਇਹ ਰਾਜ ਫਰੰਗੀਆਂ ਦਾ ਕਿੱਥੇ ਲਾਹੇਂਗੀ। 15-8 ਅੰਮ੍ਰਿਤ ਦਾ ਖੱਤ ਆਇਆ, 3 ਮਹੀਨੇ ਹੋ ਗਏ ਨੇ, ਲਿਖਿਆ ਸੀ ਮਾਂ ਮਰ ਗਈ ਹੈ। ਇਹਨਾਂ ਮਹੀਨਿਆਂ 'ਚ ਨਾ ਮੈਂ ਉਹਨੂੰ ਖੱਤ ਲਿਖਿਆ ਨਾ ਹੀ ਅਫਸੋਸ ਕਰਨ ਗਈ ਹਾਂ। ਉਂਝ ਚੰਡੀਗੜ੍ਹ ਭਾਵੇਂ ਸਾਰਾ 2 ਘੰਟਿਆਂ ਦਾ ਰਸਤਾ ਹੈ, ਪਰ ਇਹ 2 ਘੰਟੇ ਮੇਰੇ ਕੋਲੋਂ 3 ਮਹੀਨਿਆਂ 'ਚ ਵੀ ਲੰਘੇ ਨਹੀਂ ਗਏ। ਇਹ ਗੁਸਤਾਖੀ ਨਹੀਂ ਅੰਮ੍ਰਿਤ ਜਾਣਦੀ ਹੈ, ਉਹ ਮੇਰੇ ਨਾਲ ਨਾਰਾਜ਼ ਨਹੀਂ, ਇਸ ਲਈ ਅੱਜ ਉਹਦਾ ਇੱਕ ਹੋਰ ਖੱਤ ਆਇਆ। ਪੱਕੇ ਫਲ ਨੇ ਤਾਂ ਝੜਨਾ ਹੀ ਸੀ, ਜ਼ਿੰਦਗੀ ਇਸ ਰਾਹੋਂ ਹੀ ਗੁਜ਼ਰਦੀ ਹੈ, ਉਹਨੇ ਲਿਖਿਆ। ਜਿਵੇਂ ਤਸੱਲੀ ਦੀ ਉਸ ਨਾਲੋਂ ਵੱਧ ਲੋੜ ਮੈਨੂੰ ਹੋਵੇ, ਮੈਂ ਉਹਨੂੰ ਲਿਖਣਾ ਚਾਹੁੰਦੀ ਹਾਂ। ਪਿਛਲਾ ਸਾਰਾ ਵਰ੍ਹਾ ਮੇਰੇ ਉੱਪਰ ਦੀ ਤੁਰ ਕੇ ਲੰਘਿਆ, ਮੈਨੂੰ ਆਪਣੇ ਆਪ ਦੀ ਵੀ ਕੋਈ ਖਬਰ ਨਹੀਂ ਆਉਂਦੀ ਰਹੀ। 20-8 ਉਹ ਇੱਕ ਲੇਖਕ ਹੈ, ਕਹਿੰਦਾ ਸੀ ਤੇਰੇ ਉੱਤੇ ਨੋਵਲ ਲਿਖਾਂਗਾ ਅਤੇ ਤੂੰ ਇਮੋਰਟਲ ਹੋ ਜਾਏਂਗੀ। ਉਹਨੂੰ ਕਹੋ ਜਾ ਕੇ ਅਸੂਰਸ ਨੂੰ ਹਮੇਸ਼ਾ ਜਿਉਂਦੇ ਰਹਿਣ ਦੇ ਸਰਾਪ ਦੀ ਕਹਾਣੀ ਮੈਨੂੰ ਯਾਦ ਹੈ। ਕੌਣ ਜਾਣੇ ਕਿੰਨੇ ਯਤਨਾਂ ਨਾਲ ਪਾਰ ਲਾਗੈ ਕੁਵਿਸਟ ਅਸੂਰਸ ਦੀ ਇਸ ਕਹਾਣੀ ਨੂੰ ਬਾਈਬਲ ਵਿੱਚੋਂ ਤੋਰ ਕੇ 20ਵੀਂ ਸਦੀ 'ਚ ਲਿਆਇਆ ਤਾਂ ਜੋ ਅਸੂਰਸ ਮਰ ਸਕੇ। 1-9 ਤੇਜਵੰਤ ਦਾ ਭਰਾ ਅਤੇ ਉਹਦੀ ਵਹੁਟੀ ਮਿਲਣ ਆਏ। ਬੇਜੀ ਤੁਹਾਨੂੰ ਯਾਦ ਕਰਦੇ ਸੀ, ਉਹ ਬੋਲਿਆ। ਮੈਂ ਉਹਨੂੰ ਆਖਣਾ ਚਾਹੁੰਦੀ ਸੀ ਮੈਂ ਤੈਨੂੰ ਨਹੀਂ ਜਾਣਦੀ, ਤੇਰੀ ਬੇਜੀ ਨੂੰ ਵੀ ਨਹੀਂ ਜਾਣਦੀ, ਮੈਂ ਇਹ ਵੀ ਨਹੀਂ ਜਾਣਦੀ ਤੇਰਾ ਭਰਾ ਤੇਜਵੰਤ ਕੌਣ ਸੀ, ਪਰ ਕੁਝ ਨਾ ਆਖਿਆ। ਲੁਧਿਆਣੇ ਤੋਂ ਆਪਣੇ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ, ਸਾਰੇ ਪਿੰਡ ਦੀਆਂ ਪੰਚਾਇਤਾਂ ਨੇ ਉਹਦਾ ਨਾਮ ਤੇਜਵੰਤ ਸਿੰਘ ਰੋਡ ਰੱਖ ਦਿੱਤਾ ਹੈ। ਉਹ ਖੁਸ਼ ਹੋ ਕੇ ਦੱਸਦਾ, ਮੈਨੂੰ ਰਾਈਡਰਸ ਟੂ ਦ ਸੀ ਵਿਚਲੀ ਬੁੱਢੀ ਯਾਦ ਆਉਂਦੀ ਹੈ, ਜਿਹੜੀ ਸੋਚਦੀ ਹੈ ਹੁਣ ਜਦੋਂ ਸਮੁੰਦਰ 'ਚ ਤੂਫਾਨ ਆਇਆ ਕਰਨਗੇ, ਹੋਰ ਨਾ ਔਰਤਾਂ ਵਾਂਗ ਮੈਂ ਪ੍ਰਾਰਥਨਾ ਨਹੀਂ ਕਰ ਰਹੀ ਹੋਇਆ ਕਰਾਂਗੀ, ਕਿਉਂਕਿ ਮੇਰਾ ਤਾਂ ਅੱਜ 4ਵਾਂ ਪੁੱਤਰ ਵੀ ਡੁੱਬ ਕੇ ਮਰ ਗਿਆ। ਮੈਂ ਹੁਣ ਕਿਸ ਲਈ ਪ੍ਰਾਰਥਨਾ ਕਰਨੀ ਹੈ, ਮੈਂ ਬੇਫਿਕਰ ਸੌਂ ਰਿਹਾ ਕਰਾਂਗੀ। ਅੱਛਾ, ਮੇਰਾ ਤਾਂ ਕਾਲਜ ਜਾਣ ਦਾ ਵੇਲਾ ਹੋ ਗਿਆ, ਆ ਕੇ ਉੱਠ ਖੜੀ ਹੁੰਦੀ ਹੈ। ਚੰਗਾ ਮੈਂ ਛੱਡ ਆਉਂਦਾ, ਪ੍ਰਿੰਟ ਦੀ ਜੇਬ 'ਚੋਂ ਕਾਰ ਦੀ ਚਾਬੀ ਢੋਂਦਾ ਬੋਲਿਆ। ਮੈਂ ਵੀ ਨਾਲ ਚੱਲਦੀ ਹਾਂ, ਉਹਦੀ ਜਨਾਨੀ ਉੱਠ ਖੜੀ ਹੋਈ। ਤੂੰ ਬੈਠ, ਮੈਂ ਹੁਣੇ ਆਇਆ। ਲੋਚਾ ਬੀਬੀ ਨੇ ਕੱਪ ਉਹਦੇ ਅੱਗੇ ਕੀਤਾ, ਕਿਉਂਕਿ ਉਹਨੇ ਸ਼ਰਬਤ ਨਹੀਂ ਸੀ ਪੀਤਾ, ਉਹ ਗਰਮੀਆਂ ਵਿੱਚ ਹੀ ਚਾਹ ਪੀਂਦੀ ਸੀ। ਨਹੀਂ, ਚਾਹ ਦੀ ਹੁਣ ਲੋੜ ਨਹੀਂ, ਉਹ ਨਾਲ ਤੁਰ ਪਈ। ਮੈਂ ਆਪੇ ਜਾਵਾਂਗੀ, ਮੈਂ ਦੋਹਾਂ ਨੂੰ ਕਿਹਾ। ਨਹੀਂ, ਛੱਡ ਆਉਂਦਾ, ਮੈਂ ਤਾਂ ਨਾਲ ਹੀ ਚੱਲਾਂਗੀ, ਉਹ ਤਕਰਾਰ ਕਰਦੀ ਹੈ। ਤੁਸੀਂ ਦੋਵੇਂ ਰਹੋ, ਮੈਂ ਤੁਹਾਡੇ ਨਾਲ ਨਹੀਂ ਜਾਣਾ, ਆ ਕੇ ਮੈਂ ਪੌੜੀਆਂ ਉਤਰ ਜਾਂਦੀ ਹਾਂ। ਕਾਲਜ ਤੱਕ ਦਾ ਰਾਹ ਅੱਜ ਕਿੱਡਾ ਲੰਮਾ ਹੋ ਗਿਆ, ਇੰਨੀ ਤਾਂ ਰਾਹੀ ਮਾਏ ਸਾਥੋਂ ਕਦਮ ਨਾ ਪੁੱਟਿਆ ਜਾਏ। 6-9 ਮੈਨੂੰ ਕਿਸਨੇ ਆਵਾਜ਼ ਦਿੱਤੀ ਹੈ? ਰਾਤ ਨਹੀਂ, ਏਡੀ ਰਾਤ ਗਈ, ਦੀਵਾ ਕਿਹਦੇ ਘਰ ਬਲ ਰਿਹਾ? ਉਹ ਜਿਹੜਾ ਜਾਗ ਰਿਹਾ ਉਹਨੂੰ ਆਖੋ ਸੌਂ ਜਾਵੇ, ਜਿਹੜੇ ਲੋਕ ਰਾਤ ਨੂੰ ਜਾਗਦੇ ਨੇ, ਦਿਨ ਦਾ ਚਾਨਣ ਉਹਨਾਂ ਨੂੰ ਢੋਈ ਨਹੀਂ ਦਿੰਦਾ। ਧਰਤੀਏ ਨਹੀਂ ਧਰਤੀਏ, ਮੈਂ ਤੇਰੇ ਘਰ ਪ੍ਰਾਹੁਣੀ ਆਈ, ਤੂੰ ਇਹ ਕਿਹੀ ਕੀਤੀ? ਧਰਤੀ ਦੇ ਵਾਲਾਂ 'ਚ ਕੌਣ ਸੂਰਜ ਦਾ ਫੁੱਲ ਆ ਗਿਆ? ਮੇਰੇ ਵਾਲਾਂ 'ਚ ਇੱਕ ਸਫੈਦ ਵਾਲ ਉੱਗਾ ਹੈ, ਕੋਈ ਉਹਨੂੰ ਕਹੋ ਜਾ ਕੇ। 10-9 ਸ਼ਹਿਰ ਨੀਂਦ 'ਚ ਡੁੱਬਿਆ ਹੋਇਆ, ਦਰਵਾਜ਼ੇ 'ਚ ਖੜੀ ਮੈਂ ਕਿਸ ਨੂੰ ਉਡੀਕ ਰਹੀ ਹਾਂ? ਦੂਰੋਂ ਤਾਂ ਆਈ ਮੈਂ ਚੱਲ ਕੇ ਬੂਹੇ 'ਤੇ ਰਹੀਆਂ ਖਲੋ, ਦੂਰ ਦੂਰ ਤੱਕ ਮਾਰੂਥਲ ਹੈ, ਇਹ ਮਾਰੂਥਲ ਰੁੱਖ ਉੱਪਰ ਵੀ ਚੜ੍ਹ ਆਏ ਨੇ, ਹਰੇ ਹਰੇ ਦਰਖਤ ਮਾਰੂਥਲ ਹੇਠਾਂ ਦੱਬ ਗਏ ਨੇ, ਮੈਂ ਵੀ ਦੱਬ ਗਈ ਹਾਂ, ਤਦ ਹੀ ਮੇਰਾ ਦਮ ਘੁੱਟਦਾ। ਕੀ ਇਸ ਦੇਸ਼ 'ਚ ਕਦੇ ਮੀਂਹ ਨਹੀਂ ਪੈਂਦਾ? ਫਿਰ ਮੋਰ ਆਪਣੀਆਂ ਪਹਿਲਾਂ ਦਾ ਕੀ ਕਰਦੇ ਹੋਣਗੇ? ਮੇਰਾ ਇਸ ਧਰਤੀ ਨੂੰ ਸਰਾਪ ਦੇਣ ਨੂੰ ਦਿਲ ਕਰਦਾ, ਪਰ ਸ਼ਾਇਦ ਧਰਤੀ ਮੈਂ ਆਪ ਹੀ ਹਾਂ। 13-9 ਸੁਬਹਾ ਹੈ, ਦੁਪਹਿਰ ਹੈ ਕਿ ਸ਼ਾਮ ਹੈ, ਕਿੱਥੋਂ ਤੁਰੇ ਸੀ, ਕਿੱਥੇ ਅੱਪੜਨਾ ਹੈ, ਕਿਹੜਾ ਮੁਕਾਮ ਹੈ? 18-9 ਸਰਾਪ ਨਾਲ ਅਹਲਿਆ ਸਿਲ ਪੱਥਰ ਹੋ ਗਈ, ਉਹ ਗੁਨਾਹਗਾਰ ਕਦੋਂ ਸੀ? ਸਿਖਰ ਦੁਪਹਿਰੇ ਸੂਰਜ ਨੂੰ ਗ੍ਰਹਿਣ ਲੱਗ ਗਿਆ, ਲਹਿਣੇਦਾਰਾਂ ਨੇ ਘੇਰ ਲਿਆ, ਕਰੋ ਵੀ ਕੋਈ ਪੁੰਨ ਦਾਨ ਇਹਦੀ ਖਲਾਸੀ ਹੋਵੇ। ਦੁਸ਼ਯੰਤ ਸ਼ਕੁੰਤਲਾ ਨੂੰ ਨਹੀਂ ਪਛਾਣਦਾ, ਉਹ ਕਿਹੜਾ ਪਾਕਿਸਤਾਨ ਰਹਿ ਆਈ ਔਰਤ ਹੈ ਜੋ ਪਹਿਚਾਨਣ ਲੱਗਿਆਂ ਸੰਗ ਲੱਗਦੀ ਹੈ? ਸੀਤਾ ਬਨਵਾਸ ਵਿੱਚ ਹੈ, ਨਹੀਂ ਬਨਵਾਸ ਸੀਤਾ ਵਿੱਚ ਹੈ। ਦ੍ਰੋਪਦੀ ਦੇ ਚੀਰ ਨਾ ਹਰੋ, ਕਿਸੇ ਕ੍ਰਿਸ਼ਨ ਨਹੀਂ ਬੋਲਣਾ। ਸਵੈਤਲਾਨਾ ਦੇ ਚੌਥੇ ਵਿਆਹ ਦੀ ਖਬਰ ਆਈ ਹੈ, ਬਿਧ ਮਾਤਾ ਦਾ ਕਸੂਰ ਹੈ। 20-9 ਮੋਹ ਵਾਸ ਇੱਕ ਔਰਤ ਆਪਣਾ ਮਰਿਆ ਬੱਚਾ ਮਹਾਤਮਾ ਬੁੱਧ ਕੋਲ ਲੈ ਗਈ, ਰੋ ਰੋ ਆਖੇ ਇਸ 'ਚ ਜਾਨ ਪਾ ਦਿਓ। ਬੁੱਧ ਨੇ ਆਖਿਆ ਜਾਨ ਪਾ ਦਿੰਦਾ,
ਪਰ ਇਸ ਲਈ ਮੁੱਠੀ ਭਰ ਰਾਈ ਦੇ ਦਾਣੇ ਚਾਹੀਦੇ ਹਨ। ਪਰ ਹੁਣ ਉਸ ਘਰੋਂ ਜਿੱਥੇ ਕਦੇ ਕੋਈ ਮਰਿਆ ਨਾ ਹੋਵੇ, ਦੁਖੀ ਮਾਂ ਘਰ ਘਰ ਮੁੱਠੀ ਭਰ ਰਾਈ ਦੇ ਦਾਣੇ ਮੰਗਦੀ ਫਿਰੀ, ਪਰ ਉਹਨੂੰ ਕੋਈ ਅਜਿਹਾ ਘਰ ਨਾ ਮਿਲਿਆ ਜਿੱਥੇ ਕਦੇ ਕੋਈ ਮਰਿਆ ਨਾ ਹੋਵੇ। ਨਿਰਾਸ਼ ਪਰਤ ਆਈ। ਮਹਾਤਮਾ ਬੁੱਧ ਨੇ ਸਮਝਾਇਆ, ਮਾਤਾ ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ। ਹਾਂ, ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ। ਕੋਈ ਜਾ ਕੇ ਸਭ ਨੂੰ ਦੱਸੇ ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ। ਪੰਛੀ ਵਸੀਤਾਂ ਨਹੀਂ ਕਰਦੇ, ਬੱਦਲ ਆਲਣੇ ਨਹੀਂ ਪਾਉਂਦੇ, ਕਿਉਂ ਬੰਨਦੇ ਹੋ ਪੰਛੀਆਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਸੂਰਜਾਂ ਦੀ ਜਿੰਦ ਮੇਰੀ। 21 9 ਕੁਝ ਅਰਥ ਜੋ ਕਦੇ ਸ਼ਬਦ ਨਾ ਬਣਦੇ, ਕੁਝ ਸ਼ਬਦ ਨੇ ਜੋ ਅਰਥਾਂ ਤੋਂ ਖਾਲੀ। ਤੇਰੀ ਥਾਵੇਂ ਮੇਰੀ ਥਾਵੇਂ, ਤੇਰੇ ਰਾਹੀਂ ਮੇਰੇ ਰਾਹੀਂ, ਇਸ ਜੱਗ ਉੱਤੇ ਜਿਉਂਦੇ ਤੂੰ ਮੈਂ ਬਿਨ ਜਿਉਂਆਂ ਮਰ ਜਾਣਾ, ਆਪਣੀ ਛਾਵੇਂ ਕੋਈ ਬੈਠ ਨਾ ਸਕਦਾ। 22 9 ਓਮ ਸ਼ਬਦ ਵਿੱਚ ਸਾਰੀ ਸ੍ਰਿਸ਼ਟੀ ਬੰਨੀ ਹੋਈ ਹੈ। ਅਕਲ ਤਾਂ ਨਹੀਂ ਹੈ, ਕੌਣ ਕਹਿੰਦਾ ਕੱਲ ਜ਼ਰੂਰ ਆਏਗਾ। ਰੂਹ ਕਦੇ ਨਹੀਂ ਮਰਦੀ, ਬਸ ਕੱਪੜੇ ਬਦਲਦੀ ਹੈ। ਮਨੁੱਖ ਦੇ ਕੱਪੜਿਆਂ ਨੂੰ ਜਾਂ ਆਖੋ ਸਰੀਰ ਨੂੰ, ਨਾ ਜਾਣੇ ਕਿਸ ਕਿਸ ਦੀ ਰੂਹ ਹੰਢਾਉਂਦੀ ਹੈ। ਸੱਪ ਦੀ, ਸ਼ੇਰ ਦੀ, ਗਿੱਦੜ ਦੀ, ਲੂੰਬੜ ਦੀ, ਕੁੱਤੇ ਦੀ ਅਤੇ ਹੋਰ ਨਾ ਜਾਣੇ ਕਿਸ ਕਿਸ ਦੀ। ਅਤੇ ਰੱਬ ਦੀ ਰੂਹ ਵੀ ਤਾਂ ਹਾਂ, ਪਰ ਗਿੱਦੜ ਦੀ ਰੂਹ ਕਦੇ ਸ਼ੇਰ ਦੀ ਇੱਛਾ ਨਹੀਂ ਹੰਢਾ ਸਕਦੀ, ਇਹ ਉਹਦੀ ਮਜਬੂਰੀ ਹੈ। ਅਸੀਂ ਸਭ ਪੰਚ ਤੰਤਰ ਦੀਆਂ ਕਹਾਣੀਆਂ ਵਿੱਚੋਂ ਭੱਜ ਕੇ ਆਏ ਹੋਏ ਹਾਂ। ਪੰਚ ਤੰਤਰ ਦੇ ਪਾਤਰਾਂ 'ਚ ਹੁਣ ਅਸੀਂ ਨਹੀਂ ਜਿਉਂਦੇ, ਪੰਚ ਤੰਤਰ ਦੇ ਪਾਤਰ ਸਾਡੇ ਅੰਦਰ ਜਿਉਂਦੇ ਹਨ। ਇੰਨੇ 100 ਸਾਲਾਂ 'ਚ ਅਸੀਂ ਸਿਰਫ ਕਰਵਟ ਹੀ ਬਦਲੀ ਹੈ। 23 9 ਨਿੱਤ ਸੂਰਜ ਆ ਕੇ ਪੁੱਛਦਾ ਅੱਜ ਦਾ ਦਿਨ ਕਿਸ ਅਰਥ ਲਾਉਣਾ ਹੈ। ਨਿੱਤ ਤਾਰਿਆਂ ਨੂੰ ਮੈਂ ਦੱਸਦੀ ਅੱਜ ਦਾ ਦਿਨ ਬੇਅਰਥ ਗਵਾਇਆ, ਅਰਥ ਤੋਂ ਬੇਅਰਥ ਤੱਕ ਦਾ ਪੈਂਡਾ ਨਿੱਤ ਹੰਢਾਵਾਂ। ਹਰ ਰਾਹ ਵਿੱਚ ਵਿਸ਼ਵਾਸ ਹੈ, ਹਰ ਵਿਸ਼ਵਾਸ ਵਿੱਚ ਧੋਖਾ, ਆਪਣੀ ਛਾਵੇਂ ਕੋਈ ਬੈਠ ਨਾ ਸਕਦਾ। 25 9 ਮੇਰੀਆਂ ਅੱਖਾਂ ਨੂੰ ਜ਼ਰੂਰ ਕੁਝ ਹੋ ਗਿਆ ਹੈ, ਹੁਣ ਇਹ ਸੈਂਕੜੇ ਹਜ਼ਾਰਾਂ ਲੱਖਾਂ ਮੀਲਾਂ ਤੱਕ ਦੇਖ ਸਕਦੀਆਂ ਨੇ। ਕਦੇ ਕਦੇ ਇਹ ਇਤਿਹਾਸ ਤੋਂ ਵੀ ਪਾਰ ਲੰਘ ਜਾਂਦੀਆਂ ਨੇ। ਉੱਥੋਂ ਦੇ ਲੋਕ ਨਾ ਜਾਣੇ ਕਿਵੇਂ ਜਾਣ ਜਾਂਦੇ ਨੇ, ਉਹ ਮੇਰਾ ਹਾਲ ਪੁੱਛਦੇ ਨੇ, ਮੈਨੂੰ ਕੁਝ ਯਾਦ ਨਹੀਂ ਆਉਂਦਾ, ਫਿਰ ਉਹ ਧਰਤੀ ਉੱਤੇ ਮੇਰੇ ਘਰ ਬਾਰੇ ਪੁੱਛਦੇ ਨੇ। ਉਹਨੂੰ ਤਾਇਲਾਂ ਚੁੱਕ ਕੇ ਲੈ ਗਈਆਂ ਨੇ, ਮੈਂ ਦੱਸਦੀ ਹਾਂ, ਉਹ ਸਮਝ ਜਾਂਦੇ ਨੇ। ਮੁੜਨ ਲੱਗੀ ਨੂੰ ਉਹ ਕੁਝ ਸੁਪਨੇ ਮੇਰੇ ਪੱਲੇ ਬੰਨ੍ਹ ਦਿੰਦੇ ਨੇ। ਮੈਂ ਬਥੇਰਾ ਆਖਦੀ ਹਾਂ, ਉਸ ਧਰਤੀ ਉੱਤੇ ਮੈਂ ਇਹਨਾਂ ਨੂੰ ਕਿੱਥੇ ਲੁਕੋ ਕੇ ਰੱਖਾਂਗੀ, ਇਹਨਾਂ ਨੂੰ ਵੀ ਇਲਾਂ ਚੁੱਕ ਕੇ ਲੈ ਜਾਣਗੀਆਂ। ਸੁਪਨਿਆਂ ਬਿਨਾਂ ਏਡੀ ਵੱਡੀ ਕਾਲੀ ਰਾਤ ਅੱਖਾਂ ਵਿੱਚੋਂ ਦੀ ਕਿਵੇਂ ਲੰਘੇਗੀ, ਉਹ ਪੁੱਛਦੇ ਨੇ। ਟਟਹਿਣਿਆਂ ਵਰਗੇ ਸੁਪਨਿਆਂ ਨਾਲ ਗੱਲਾਂ ਕਰਦੀ ਮੈਂ ਮੁੜ ਆਉਂਦੀ ਹਾਂ, ਪਰ ਇਹ ਕੀ, ਉਹ ਇੱਕ ਇੱਕ ਕਰਕੇ ਮਗਰ ਲੱਗ ਜਾਂਦੇ ਨੇ, ਜਾਂ ਖਬਰੇ ਕੋਈ ਉਹਨਾਂ ਨੂੰ ਮਾਰ ਜਾਂਦਾ, ਜਾਂ ਇਸ ਧਰਤੀ ਦਾ ਪੌਣ ਪਾਣੀ ਉਹਨਾਂ ਨੂੰ ਰਾਸ ਨਹੀਂ ਆਇਆ। ਮੈਂ ਇੱਕ ਇੱਕ ਕਰਕੇ ਦਫ਼ਨ ਕਰਦੀ ਰਹਿੰਦੀ ਹਾਂ ਅਤੇ ਸੋਚਦੀਆਂ ਇਹਨਾਂ ਸਭਨਾਂ ਦੀਆਂ ਨਿੱਕੀਆਂ ਨਿੱਕੀਆਂ ਕਬਰਾਂ ਬਣਾਵਾਂਗੀ ਅਤੇ ਉਹਨਾਂ ਕਬਰਾਂ ਉੱਤੇ ਕਿਹੜੇ ਸ਼ੇਰ ਲਿਖਾਂਗੀ। 1 10 ਬੀਬੀ ਹਰ ਰੋਜ਼ ਪਾਠ ਕਰਕੇ ਅਰਦਾਸ ਕਰਦੀ ਹੈ, ਕੀ ਮੰਗਦੀ ਹੋਏਗੀ ਰੱਬ ਕੋਲੋਂ। ਇਹ ਲੋਕ ਵਿਚਾਰੇ ਰੱਬ ਨੂੰ ਕਿਉਂ ਸ਼ਰਮਿੰਦਾ ਕਰਦੇ ਰਹਿੰਦੇ ਨੇ, ਉਹ ਕੋਈ ਦਾਲਮੀਆਂ ਬਿਰਲਾ ਤੋੜੀ ਹੈ। ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਕਣੀਆਂ ਉੱਤਰ ਆਈਆਂ ਨੇ, ਮੇਰੀ ਨਾਨੀ ਬਾਤ ਪਾਉਂਦੀ ਹੁੰਦੀ ਸੀ, ਰੜੇ ਮੈਦਾਨ ਦੋ ਢਾਂਗੇ ਗੱਡੇ ਉੱਪਰ ਨੀਲੇ ਧਾਗੇ, ਰਾਮ ਜੀ ਨੇ ਸੁਨੇਹੇ ਭੇਜੇ ਸੁੱਤੇ ਲੋਕ ਜਾਗੇ। ਕੀ ਲੋਕ ਜਾਗ ਪਏ ਨੇ, ਨਹੀਂ ਤਾਂ ਰਾਮ ਜੀ ਦੇ ਭੇਜੇ ਸੁਨੇਹਿਆਂ ਦਾ ਕੀ ਬਣੇਗਾ। 4 10 ਮੇਰਾ ਛੋਟੀ ਹੁੰਦੀ ਦਾ ਇੱਕ ਵਾਰੀ ਹੱਥ ਸੜ ਗਿਆ ਸੀ, ਸੋਚਦੀ ਹਾਂ ਸ਼ਾਇਦ ਹੱਥ ਉੱਪਰਲੀਆਂ ਰੇਖਾਵਾਂ ਵੀ ਸੜ ਗਈਆਂ ਸਨ। ਅੱਗ ਨਾਲ ਦੁਸ਼ਮਣੀ ਨਹੀਂ ਕੀਤੀ ਜਾ ਸਕਦੀ, ਆਖਰ ਨੂੰ ਤਾਂ ਇਸੇ ਨੇ ਪਨਾਹ ਦੇਣੀ ਹੈ। ਅਗਨੀ ਨੂੰ ਮੇਰੀ ਨਮਸਕਾਰ, ਸਾਰੇ ਸੂਰਜਾਂ ਨੂੰ ਮੇਰੀ ਨਮਸਕਾਰ। ਹੁਕਮ ਬਿਨਾਂ ਪੱਤਾ ਨਹੀਂ ਝੂਲਦਾ। ਇੱਕ ਬਿਧ ਮਾਤਾ ਹੈ, ਉਹ ਇੱਕ ਦਰਿਆ ਦੇ ਕੰਢੇ ਬੈਠੀ ਦੋ ਦੋ ਪੱਤੇ ਇੱਕ ਇੱਕ ਸੂਲ 'ਚ ਪਰੋ ਦਰਿਆ 'ਚ ਹੜਾ ਰਹੀ ਹੈ। ਇਹ ਪੱਤੇ ਨਹੀਂ, ਉਹ ਤਾਂ ਬੰਦਿਆਂ ਦੇ ਸੰਜੋਗ ਮੇਲ ਰਹੀ ਹੈ, ਵਿਆਹ ਸ਼ਾਦੀਆਂ ਰਚਾ ਰਹੀ ਹੈ। ਕਦੇ ਕਦੇ ਬੇਧਿਆਨੇ ਉਹ ਬੇਮੇਲ ਪੱਤੇ ਵੀ ਮੇਲ ਦਿੰਦੀ ਹੈ, ਕਦੇ ਕਦੇ ਚੰਗੇ ਭਲੇ ਪੱਤੇ ਵੀ ਨੇੜੇ ਹੀ ਜਾ ਕੇ ਅਲੱਗ ਅਲੱਗ ਹੋ ਜਾਂਦੇ ਹਨ। ਪਤਾ ਨਹੀਂ ਕਦੋਂ ਅਤੇ ਕਿੱਥੇ ਸੰਜੋਗਾਂ ਵਾਲੀ ਸੂਲ ਡਿੱਗ ਪੈਂਦੀ ਹੈ, ਦਗਾ ਦੇ ਜਾਂਦੀ ਹੈ। ਪੱਛਮੀ ਮੁਲਕਾਂ ਵਿੱਚ ਤਾਂ ਵਿਚਾਰੀ ਵਿਧ ਮਾਤਾ ਨੂੰ ਓਵਰ ਟਾਈਮ ਲਾਉਣਾ ਪੈਂਦਾ ਹੋਏਗਾ, ਨਿਤ ਨਿਤ ਵਿਆਹ ਜੁੜਨਾ, ਨਿਤ ਨਿਤ ਵਿਆਹ ਟੁੱਟਣੇ ਜੋ ਹੋਏ, ਜੇ ਕਿਤੇ ਟੱਕਰੇ ਤਾਂ ਪੁੱਛਾਂ। 7 10
ਤੇਜਵੰਤ ਨੇ ਅਖੀਰ ਵੇਲੇ ਕਿਹਨੂੰ ਯਾਦ ਕੀਤਾ ਸੀ? ਇਸ ਧਰਤੀ ਉੱਤੇ ਤਾਂ ਬੜੇ ਹਾੜ ਬੋਲਦੇ ਹੋਣੇ ਨੇ, ਕਦੇ ਕਦੇ ਪਰਲੇ ਪਾਰ ਦੇ ਭੂਤ ਉਰਲੇ ਪਾਰ ਦੇ ਭੂਤਾਂ ਨਾਲ ਉਲਝ ਵੀ ਪੈਂਦੇ ਹੋਣੇ ਨੇ। ਮਿੱਟੀ 'ਚ ਰਲਗਿਆਂ ਨੂੰ ਕੌਣ ਦੱਸੇ? ਨਹੀਂ, ਮੈਂ ਕਿਸੇ ਨੂੰ ਯਾਦ ਨਹੀਂ ਕਰਦੀ, ਆਪਣੇ ਆਪ ਨੂੰ ਵੀ ਨਹੀਂ। ਅਸਮਾਨ ਉੱਤੇ ਇੱਕ ਤਾਰਾ ਉੱਗ ਆਇਆ ਹੈ, ਸ਼ੁਕਰ ਹੈ ਤਾਰਿਆਂ ਨੂੰ ਅਜੇ ਕਿਸੇ ਨੇ ਨਹੀਂ ਦੱਸਿਆ। 15-10 ਇਹ ਤਾਰੇ ਕਦੇ ਕਦੇ ਮੇਰੀਆਂ ਅੱਖਾਂ 'ਚ ਆ ਕੇ ਬੈਠ ਜਾਂਦੇ ਨੇ। ਮੇਰਾ ਤਾਂ ਕੁਝ ਨਹੀਂ, ਇਹ ਤਾਰੇ ਨਾ ਬੁਝਾਓ, ਇੰਨਾ ਧੂੰਆਂ ਕਿੱਥੋਂ ਆ ਗਿਆ? ਟਨ 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 ਘੜਿਆਲ ਨੇ 12 ਵਜਾਏ ਨੇ, ਹੁਣ ਪਹਿਰਾ ਬਦਲੇਗਾ ਤੇ ਦੇਵਤਿਆਂ ਦਾ ਪਹਿਰਾ ਹੋ ਜਾਏਗਾ। ਪਰ ਰਾਤ ਅੱਧ ਵਿੱਚ ਘਰ ਕਿਉਂ ਖੜੋ ਗਈ ਹੈ? ਕਾਲ ਨੂੰ ਕਿਹਨੇ ਪਾਵੇ ਨਾਲ ਬੰਨ ਲਿਆ? ਕੀ ਹੁਣ ਕਦੇ ਪਹਿਰਾ ਨਹੀਂ ਬਦਲੇਗਾ? ਕੋਈ ਚੰਡੀ ਹੋਰ ਉਗਾਓ, ਕੋਈ ਰਾਮ ਹੋਰ ਲਿਆਓ, ਰਾਤ ਅੱਧ ਵਿੱਚ ਘਰ ਖੜੋ ਗਈ। 18-10 ਜੇ ਬਿਰਖ ਤੁਰ ਸਕਦੇ ਹੁੰਦੇ, ਕੋਈ ਲੋੜ ਨਹੀਂ ਹੋਰ ਬਿਰਖ, ਆਪਣੇ ਲਈ ਆਪ ਹੀ ਸੁਨੇਹ ਘੱਲਦਾ ਹੈ। ਰਾਤ ਕਿਸ ਨਾਲ ਗੱਲਾਂ ਕਰਦੀ ਹੈ? ਸੂਰਜ ਨੂੰ ਆਖੋ, ਉਹ ਹੀ ਨਹੀਂ ਹਰ ਉਹ ਇਕੱਲਾ ਹੈ ਜਿਹਦੇ ਅੰਦਰਲੀ ਅੱਗ ਕਿਸੇ ਨੂੰ ਨੇੜੇ ਨਹੀਂ ਢੁੱਕਣ ਦਿੰਦੀ। ਜਾਂ ਤਾਂ ਆਪਣੀ ਅੰਦਰਲੀ ਅੱਗ ਬੁਝਾ ਲਿਓ, ਜਾਂ ਫਿਰ ਸੂਰਜ ਬਣ ਕੇ ਜੀਓ ਇਕੱਲੇ ਕਰੇ। ਹਮਾਰੇ ਨਾ ਹੋਣੇ ਪੇ ਕਿਸ ਕੋ ਗਿਲਾ ਹੈ। ਦਾਦੀ ਆਖਦੀ ਸੀ, ਵਕਤ ਡੰਗਰਾਂ ਪਸ਼ੂਆਂ ਉੱਤੇ ਨਹੀਂ ਬੰਦਿਆਂ ਉੱਤੇ ਹੀ ਪੈਂਦਾ ਹੈ। ਪਿਓ ਦੀ ਪੱਗ ਨੂੰ ਦਾਗ ਨਾ ਲਾਈ। ਮੈਂ ਪੁੱਛਣਾ ਹੀ ਭੁੱਲ ਗਈ ਕਿ ਮੇਰੇ ਪਿਓ ਦੀ ਉਹ ਪੱਗ ਹੈ ਕਿੱਥੇ ਅਤੇ ਉਹਦਾ ਰੰਗ ਕਿਹੜਾ। 20-10 ਆਥਣੇ ਭਾਸ਼ਣ ਹੈ, ਅੱਜ ਘਰ ਨਾ ਹੀ ਜਾਓ, ਉਹ ਆਖਦਾ ਹੈ। ਇੱਥੇ ਵੀ ਕੀ ਕਰਾਂਗੀ? ਮੈਂ ਕਿਹਾ। ਉੱਥੇ ਵੀ ਕੀ ਕਰੋਗੇ? ਉਹਨੇ ਦੱਸਿਆ। ਕਿਤੇ ਵੀ ਮੈਂ ਕੀ ਕਰਨਾ, ਮੈਂ ਸੋਚਦੀ ਹਾਂ। ਮੈਂ ਤੈਨੂੰ ਮੁਹੱਬਤ ਕਰਦਾ, ਪਰ ਤੂੰ ਬੜੀ ਜ਼ਾਲਮ ਔਰਤ ਹੈ, ਤੈਨੂੰ ਕਿਸੇ ਦੀ ਪਰਵਾਹ ਨਹੀਂ। ਜੇ ਮੇਰੇ ਬੀਵੀ ਬੱਚੇ ਨਾ ਹੁੰਦੇ। ਮੇਰੇ ਮਨ 'ਚੋਂ ਇੱਕ ਕਹਾਣੀ ਲੰਘੀ। ਇੱਕ ਟਿੱਡਾ ਪਰਵਾਨੇ ਨੂੰ ਆਖਣ ਲੱਗਾ, ਮੈਂ ਸ਼ਮਾ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ। ਪਰਵਾਨੇ ਨੇ ਦੱਸਿਆ, ਕਮਲਾ ਨਾ ਬਣ, ਸ਼ਮਾ ਨੂੰ ਉਹੀ ਗੱਲ ਆ ਸਕਦਾ ਜਿਹੜਾ ਜਲ ਜਾਣ ਤੋਂ ਨਾ ਡਰੇ। ਟਿੱਡਾ ਬੋਲਿਆ, ਮੈਂ ਸ਼ਮਾ ਨੂੰ ਪਰਵਾਨਿਆਂ ਨਾਲੋਂ ਵੀ ਵੱਧ ਮੁਹੱਬਤ ਕਰਦਾ। ਪਰਵਾਨਾ ਬੋਲਿਆ, ਚਲੋ ਮੰਨ ਲੈਂਦੇ ਹਾਂ, ਤੇਰੀ ਸਿਫਾਰਿਸ਼ ਸ਼ਮਾ ਕੋਲ ਕਰ ਦਿਆਂਗਾ, ਜਾ ਕੇ ਦੇਖ ਕੇ ਆ ਕਿ ਮਹਿਲ ਅੰਦਰ ਸ਼ਮਾ ਜਗ ਪਈ ਹੈ। ਟਿੱਡਾ ਜਾ ਕੇ ਦੇਖ ਆਇਆ ਤੇ ਆ ਕੇ ਬੋਲਿਆ, ਜਗ ਪਈ ਹੈ। ਪਰਵਾਨੇ ਨੇ ਕਿਹਾ, ਜੇ ਜਗ ਪਈ ਸੀ ਤੂੰ ਮੁੜ ਕਿਸ ਲਈ ਆਇਆ? ਮੈਂ ਉਸ ਭਲੇ ਪੁਰਸ਼ ਨੂੰ ਕਹਿਣਾ ਚਾਹੁੰਦੀ ਸੀ, ਤੂੰ ਹੱਥ ਸੇਕਣ ਲਈ ਅੱਗ ਮੰਗਦਾ, ਅੱਗ ਦਾ ਹੱਥ ਫੜਨ ਜੋਗਾ ਤੂੰ ਨਹੀਂ, ਪਰ ਕੁਝ ਨਾ ਕਿਹਾ। 25-10 ਇੱਕ ਬਹੁਤ ਵੱਡਾ ਦਰਿਆ ਹੈ, ਸ਼ਾਇਦ ਅੱਗ ਦਾ ਦਰਿਆ, ਪਾਰ ਲੰਘਣਾ ਤਦ ਹੀ ਤਾਂ ਮਰਨ ਤੋਂ ਪਹਿਲਾਂ ਗਊ ਪੁੰਨ ਕਰਵਾਈ ਜਾਂਦੀ ਹੈ, ਲੇਖਾ ਪੱਤਾ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਧਰਮਰਾਜ ਨੂੰ ਆਪਣਾ ਵਹੀ ਖਾਤਾ ਸਮਗਲਰਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ, ਪਰ ਕਿਸੇ ਨੇ ਪਰਲੇ ਪਾਰ ਜਾਣਾ ਹੀ ਕਿਸ ਲਈ ਹੈ? ਜਾਣਾ ਤਾਂ ਹੈ ਹੀ, ਵਕਤ ਨੂੰ ਥੰਮਿਆ ਨਹੀਂ ਜਾ ਸਕਦਾ, ਹਵਾ ਨੂੰ ਕੌਣ ਗੰਢ ਮਾਰੇ? 2000 ਸਾਲ ਦੀ ਤੁਰੀ ਹੋਈ ਹਾਂ, ਤੁਰਦਿਆਂ ਪੈਰ ਵੀ ਹੰਭ ਗਏ ਨੇ, ਰਾਹ 'ਚ ਇੰਨੀਆਂ ਮੂਰਤੀਆਂ ਕਿਉਂ ਖੜੀਆਂ ਕੀਤੀਆਂ ਹੋਈਆਂ ਨੇ? ਰਾਹ ਦੱਸਣ ਲਈ? ਪਰ ਹੋਰ ਕਿੰਨਾ ਕੁ ਚਿਰ ਮੋਈਆਂ ਮੂਰਤੀਆਂ ਜਿਉਂਦੇ ਬੰਦਿਆਂ ਨੂੰ ਰਾਹ ਦੱਸਦੀਆਂ ਰਹਿਣਗੀਆਂ? ਇਹ ਜੋ ਦਿਸਦਾ ਹੈ ਸਭ ਮਾਇਆ ਹੈ, ਬਿਰਖ ਦੀ ਛਾਇਆ ਹੈ, ਪਰ ਬਿਰਖ ਵੀ ਕਿੱਥੇ ਨੇ? 1-11 ਅੱਜ ਇਸ ਰਾਹੋਂ ਕੌਣ ਲੰਘਿਆ? ਫਿਜ਼ਾ 'ਚ ਬੇਚੈਨੀ ਜੀ ਘੁਲ ਗਈ ਹੈ। ਆਖਦੇ ਨੇ ਇੱਕ ਦਿਨ ਭੁਚਾਲ ਆਇਆ ਸੀ, ਕੀ ਮੈਂ ਮਲਬੇ ਹੇਠ ਦੱਬ ਗਈ ਹਾਂ? ਕੀ ਕੋਈ ਕੱਢਣ ਆਏਗਾ? ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ, ਬੜੇ ਵਰ੍ਹਿਆਂ ਮਗਰੋਂ ਖੋਜ ਵਿਦਿਆਰਥੀ ਥੇ ਪੁੱਟਣਗੇ, ਬੜਾ ਕੁਝ ਲੱਭੇਗਾ, ਖੰਡਰ, ਟੁੱਟੇ ਹੋਏ ਭਾਂਡੇ, ਗਹਿਣੇ, ਸਿੱਕੇ, ਹੱਡੀ, ਅਤੇ ਮੈਂ ਵੀ ਉਹਨਾਂ ਵਿੱਚੋਂ ਕਿਸੇ ਇੱਕ ਦੇ। ਇਹਨਾਂ ਚੀਜ਼ਾਂ ਨੂੰ ਛੋਹਦਿਆਂ ਹੱਥ ਕੰਬਣਗੇ, ਅੱਖਾਂ ਦੇ ਕੋਇਆਂ 'ਚ ਸਿੱਲ ਉੱਤਰ ਆਏਗੀ, ਕਮਲਾ ਮਿੱਟੀ ਹੱਸੇਗੀ। ਜਿਸ ਮਿੱਟੀ 'ਚ ਮੈਂ ਰਲੀ ਹੋਵਾਂਗੀ, ਉਸ ਮਿੱਟੀ ਵਿੱਚੋਂ ਭਲਾ ਕੀ ਉੱਗੇਗਾ? ਲਾਲੜੀਆਂ ਦਾ ਬੂਟਾ। 3-11 ਧੋਬੀ ਨੂੰ 10 ਰੁਪਏ ਦਿੱਤੇ, ਸਭ ਲੈਣੇ ਦੇਣੇ ਦੇ ਸੰਬੰਧ ਨੇ। 3 ਸਾੜੀਆਂ ਦਰੋਪਦੀ ਦੀਆਂ ਨਹੀਂ, ਮੇਰੀਆਂ। 6 ਚਾਦਰਾਂ ਕਫਨ ਲਈ ਤਾਂ 2 ਹੀ ਕਾਫੀ ਹੁੰਦੀਆਂ ਨੇ, 2 ਰਜਾਈਆਂ ਦੇ ਉਛਾੜ ਨਹੀਂ, ਬੰਦਿਆਂ ਦੇ ਨਹੀਂ। 10 ਪਰਦੇ, 10 ਹੀ ਕਿਉਂ ਅਨੇਕ ਪਰਦੇ? 4 ਕਮੀਜ਼ ਜੋ ਮੈਨੂੰ ਪਹਿਨਦੇ ਨੇ। ਹਨੇਰੀ ਵਗ ਰਹੀ ਹੈ, ਸੁੱਕੇ ਪੱਤੇ ਝੜ ਜਾਣਗੇ, ਪਰ ਹਨੇਰੀ ਨਾਲ ਕਦੇ ਕਦੇ ਹਰੇ ਪੱਤੇ ਵੀ ਝੜ ਜਾਂਦੇ ਨੇ। ਦਰਖਤ ਪੱਤਿਆਂ ਲਈ ਰੋਂਦਾ ਨਹੀਂ, ਝੜੇ ਪੱਤੇ ਮਿੱਟੀ 'ਚ ਰਲ ਜਾਂਦੇ ਨੇ। ਮਿੱਟੀ ਵਿੱਚੋਂ ਹੀ ਤਾਂ ਉਹ ਗਏ ਸੀ, ਨਹੀਂ ਮਿੱਟੀ ਹੀ ਪੱਤੇ ਬਣ ਗਈ ਸੀ। ਬਸ ਇੰਨੀ ਕੁ ਹੀ ਤਾਂ ਸਾਰੀ ਕਹਾਣੀ ਹੈ, ਮਿੱਟੀ ਦੇ ਪੱਤੇ ਅਤੇ ਪੱਤਿਆਂ ਦੀ ਮਿੱਟੀ ਬਣ ਜਾਣ ਦੀ, ਫਿਰ ਇਹ ਹੰਗਾਮਾ ਕਿਸ ਲਈ?
ਸਭ ਬੂਹੇ ਬਾਰੀਆਂ ਬੰਦ ਕਰ ਦਿਓ, ਮਤਾਂ ਪੌਣ ਕੋਈ ਸੁਨੇਹਾ ਲੈ ਆਵੇ। ਕਾਫਲੇ ਵਾਲਿਆਂ ਨੂੰ ਆਖੋ ਅਸੀਂ ਆ ਰਹੇ ਹਾਂ। ਰਾਧਾ ਦੀ ਗੱਲ ਨਾ ਕਰੋ, ਉਹ ਜ਼ਮਾਨਾ ਹੋਰ ਸੀ, ਨਾਲੇ ਕ੍ਰਿਸ਼ਨ ਤਾਂ ਪਰਮੇਸ਼ਰ ਵੀ ਸੀ। 6:11 ਮੈਂ ਆਪਣੇ ਆਪ ਨੂੰ ਕਿੱਥੇ ਭੁੱਲ ਆਈ ਹਾਂ, ਇਸ ਘਰ ਦੇ ਸਭ ਲੋਕ ਕਿੱਥੇ ਚਲੇ ਗਏ ਨੇ, ਏਡੀ ਸੁੰਨਸਾਨ ਕਿਸ ਲਈ ਹੈ, ਕੌਣ ਰੋ ਰਿਹਾ, ਕਿਤੇ ਮੈਂ ਤਾਂ ਨਹੀਂ ਮਰ ਗਈ, ਨਹੀਂ ਮੈਨੂੰ ਸਭ ਸੁਰਤ ਹੈ, ਇਹ ਕੌਣ ਦਰਵਾਜ਼ੇ ਉੱਤੇ ਦਸਤਕ ਦਿੱਤੇ ਬਿਨਾਂ ਪਰਤ ਗਿਆ, ਮੈਨੂੰ ਅਜੇ ਵੀ ਉਹਦੀ ਪੈਰ ਚਾਲ ਸੁਣਾਈ ਦੇ ਰਹੀ ਹੈ। 15:11 ਸਾਨੂੰ ਤਾਂ ਇੱਕ ਸਾਥ ਚੱਲਦਿਆਂ ਡੰਡੀ ਨਗਰੀ ਹੋਈ, ਨਹੀਂ ਆਖੋ ਸਾਨੂੰ ਤਾਂ ਬਿਨ ਸਾਥ ਚੱਲਦਿਆਂ ਨਗਰੀ ਡੰਡੀ ਹੋਈ। ਬਠਿੰਡੇ ਵਾਲਾ ਹਰਭਜਨ ਹੱਸ ਪੈਂਦਾ, ਮੈਂ ਹੈਰਾਨ ਹੁੰਦੀ ਹਾਂ ਲੋਕ ਅਜੇ ਵੀ ਹੱਸ ਸਕਦੇ ਨੇ। ਮੈਂ ਧਿਆਨ ਨਾਲ ਉਸ ਵੱਲ ਵੇਖਿਆ, ਸ਼ਾਇਦ ਉਹ ਇੱਕ ਇੱਕ ਵਰੇ 'ਚ ਕਈ ਵਰੇ ਲੰਘ ਗਿਆ। ਤਦੀ ਤਦੀ ਮੇਰਾ ਖਿਆਲ ਸੀ ਹੁਣ ਮੈਂ ਕਦੀ ਨਹੀਂ ਰੋਵਾਂਗੀ, ਮੇਰੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸਿੰਮ ਆਇਆ। ਉਹ ਫਿਰ ਹੱਸ ਪਿਆ, ਇਹ ਰੋਣ ਦਾ ਵੇਲਾ ਨਹੀਂ, ਰੋ ਕਦੇ ਫੇਰ ਲਵਾਂਗੇ ਜਦੋਂ ਵਿਹਲੇ ਹੋਏ, ਅਜੇ ਤਾਂ ਟੋਏ ਟਿੱਬੇ ਪੱਧਰੇ ਕਰਨ ਅਤੇ ਹਨੇਰੇ 'ਚ ਦੀਵੇ ਡੰਗਣ ਦਾ ਵੇਲਾ, ਅੱਗੋਂ ਰਾਹ ਗੁਆਚ ਗਿਆ। ਮੈਂ ਨਾ ਜਾਣੇ ਉਹਨੂੰ ਕਿ ਆਪਣੇ ਆਪ ਨੂੰ ਆਖਦੀ ਹਾਂ, ਗੱਲ ਤੁਰਦੇ ਜਾਣ ਦੀ ਹੈ, ਜਿੱਧਰ ਦੀ ਵੀ ਲੰਘੋਗੇ ਰਾਹ ਆਪ ਹੀ ਬਣਦਾ ਜਾਏਗਾ, ਆਖੋ ਤੁਰ ਜਾਂਦਾ। 18:11 ਇਹ ਚੀਕ ਚਹਾੜੇ ਦੀਆਂ ਆਵਾਜ਼ਾਂ ਕਿੱਥੋਂ ਆ ਰਹੀਆਂ ਨੇ, ਕੀ ਆਖਦੇ ਹੋ, ਕੁਝ ਲੋਕ ਰੱਬ ਦੀਆਂ ਗਲਤੀਆਂ ਦਰੁਸਤ ਕਰ ਰਹੇ ਨੇ, ਅਣ ਭਾਰਤੀ ਭਾਰਤੀਆਂ ਦਾ ਭਾਰਤੀਕਰਨ ਹੋ ਰਿਹਾ, ਪਰ ਮੈਂ ਤਾਂ ਸੁਣਿਆ ਸੀ ਇਹ ਔਰੰਗਜ਼ੇਬ ਦਾ ਜ਼ਮਾਨਾ ਨਹੀਂ। ਕੋਹਲੂ ਦਾ ਬਲਦ ਸਾਰਾ ਦਿਨ ਤੁਰ ਕੇ ਵੀ ਕਿਤੇ ਨਹੀਂ ਅੱਪੜਦਾ, ਡੁੱਬ ਮਰੋ ਸਾਰੇ, ਇਹ ਨੀਰੋ ਦਾ ਜ਼ਮਾਨਾ ਤਾਂ ਨਹੀਂ ਕਿ ਖੜ੍ਹੇ ਤਮਾਸ਼ਾ ਦੇਖਦੇ ਰਹੋ। ਬੱਦਲ ਗਰਜੇ ਆ, ਨਹੀਂ ਅਮਰੀਕਨਾਂ ਨੇ ਵੀਤਨਾਮ 'ਚ ਬੱਚਿਆਂ ਦੇ ਸਕੂਲ 'ਤੇ ਬੰਬ ਸੁੱਟੇ ਨੇ, ਅੱਜ ਛੁੱਟੀ ਹੋਣ ਉੱਤੇ ਬੱਚੇ ਘਰ ਨਹੀਂ ਪਰਤਣਗੇ, ਉਹਨਾਂ ਨੂੰ ਆਪਣੀਆਂ ਟੰਗਾਂ ਬਾਹਾਂ ਹੀ ਨਹੀਂ ਲੱਭਣੀਆਂ, ਸਭਨਾਂ ਦੀ ਸਾਂਝੀ ਕਬਰ ਹੋਏਗੀ, ਉਸ ਉੱਤੇ ਕਿਸ ਚੀਜ਼ ਦੇ ਫੁੱਲ ਉੱਗਿਆ ਕਰਨਗੇ, ਉੱਥੇ ਬੰਬ ਉੱਗਣਗੇ। 21:11 ਨਾ ਮੇਰੇ ਸਾਡਾ ਦੇਸ਼ ਕੁਛ ਚੱਜੜਾ, ਨਾ ਕਿਸੇ ਨਾਲ ਯਾਰੀ, ਬੱਚੜੇ ਛੋੜ ਪਰਦੇਸਣਾ ਹੋਈਆਂ, ਰੱਬ ਨੇ ਚੋਗ ਖਿਲਾਰੀ। ਕੁੰਜੇ ਕਿਉਂ ਝੂਠ ਬੋਲਦੀਆਂ, ਤੁਹਾਨੂੰ ਕਿਵੇਂ ਪਤਾ ਹੈ ਕਿ ਕਿਧਰੇ ਰੱਬ ਹੈ, ਜੇ ਹੈ ਤਾਂ ਵੀ ਤੁਹਾਨੂੰ ਕਿਵੇਂ ਪਤਾ ਹੈ ਕਿ ਤੁਹਾਡੀ ਚੋਗ ਖਿਲਾਰਨ ਵਰਗੇ ਨਿੱਕੇ ਮੋਟੇ ਕੰਮ ਕਰਨ ਦੀ ਉਹਨੂੰ ਵੇਲ ਹੈ। ਝੂਠ ਬੋਲਣਾ ਚੰਗਾ ਨਹੀਂ, ਤੁਹਾਡੀ ਕਸਮ ਉਹ ਕਿਤੇ ਨਹੀਂ, ਮੈਂ ਸੱਚ ਆਖਦੀ ਹਾਂ ਕਿਤੇ ਨਹੀਂ, ਜੇ ਕਿਧਰੇ ਹੁੰਦਾ ਤਾਂ। 29:11 ਟਿੱਕੀ ਰਾਤ ਹੈ, ਗੋਲੀ ਚੱਲਦੀ ਹੈ, ਪੰਛੀ ਤ੍ਰਭ ਕੇ ਉੱਡਦੇ ਨੇ, ਹਵਾ 'ਚ ਸਹਿਮ ਘੁਲ ਗਿਆ, ਗੋਲੀ ਕਿਸਨੇ ਚਲਾਈ ਹੈ, ਕਿਤੇ ਤੇਜਵੰਤ ਦੇ ਜਿਹੜੀ ਗੋਲੀ ਲੱਗੀ ਸੀ ਇਹ ਉਹੀ ਤਾਂ ਨਹੀਂ ਸੀ, ਕਿ ਸਿਲਾਈ ਮਸ਼ੀਨਾਂ ਦੀ ਵਿਕਰੀ ਲਈ ਤਾਂ ਨਹੀਂ ਗੋਲੀਆਂ ਚਲਾਈਆਂ ਜਾਂਦੀਆਂ, ਗੋਲੀਆਂ ਚਲਾਈਆਂ ਨਾ ਜਾਣ ਤਾਂ ਕੀ ਕੀਤਾ ਜਾਵੇ, ਨਹੀਂ ਤਾਂ ਗੋਲੀਆਂ ਬਣਨ ਵਾਲਿਆਂ ਵਿਚਾਰਿਆਂ ਦਾ ਰੁਜ਼ਗਾਰ ਮਾਰਿਆ ਜਾਏਗਾ। ਤੇਰੀਆਂ ਅੱਖਾਂ 'ਚ ਚਮਕ ਕੱਸਦੀ ਹੈ, ਕੋਈ ਪੁੱਛਦਾ ਹੈ, ਮੈਂ ਦੱਸਣਾ ਚਾਹੁੰਦੀ ਹਾਂ ਉਹ ਜਿਹੜੇ ਜੰਗ 'ਚ ਮਰੇ ਸੀ ਉਹਨਾਂ ਨੂੰ ਜਲਾਇਆ ਨਹੀਂ ਸੀ ਗਿਆ, ਨਾ ਥਾਂ ਸੀ ਕਿਧਰੇ, ਨਾ ਵਕਤ ਸੀ, ਦੁਸ਼ਮਣ ਜੋ ਸਿਰ 'ਤੇ ਸੀ, ਉਹਨਾਂ ਸਾਰਿਆਂ ਦਾ ਇੱਕ ਸਿਵਾ ਮੇਰੇ ਅੰਦਰ ਜਲ ਰਿਹਾ, ਇਹ ਉਸੇ ਦਾ ਚਾਨਣ ਹੋਣਾ, ਪਰ ਮੈਂ ਕੋਈ ਜਵਾਬ ਨਹੀਂ ਦਿੰਦੀ, ਬਹੁਤ ਗਰਮੀ ਹੈ, ਕੌਣ ਵੇਲਿਆਂ ਦਾ ਸੂਰਜ ਚੜ੍ਹਿਆ, ਨਾ ਜਾਣੇ ਕਦੋਂ ਢਲੇਗਾ, ਆਖਦੇ ਨੇ ਨਹਿਰ ਦਾ ਪਾਣੀ ਬੜਾ ਠੰਡਾ ਹੈ, ਸ਼ੁਕਰ ਹੈ ਪਾਣੀ ਨੂੰ ਅਜੇ ਪਤਾ ਨਹੀਂ ਲੱਗਿਆ। 21:12 ਹੁਣ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ, ਰਾਤ ਕੁੜੀ ਮੈਨੂੰ ਪੁੱਛਦੀ ਕਿੱਥੇ ਤਾਂ ਗਈਆਂ ਨੇ ਤੇਰੀਆਂ ਨੀਂਦਰਾਂ, ਦਿਓਂ ਵੀ ਉਲਾਂਭੇ ਦਿੰਦਾ ਕਿੱਥੇ ਤਾਂ ਗਈਆਂ ਨੇ ਤੇਰੀਆਂ ਸੁਰਤਾਂ, ਦੇ ਜਵਾਬ ਨਹੀਂ ਮੇਰੀ ਏ ਜੰਮਣ ਵਾਲੀ ਏ ਮਾਈ, ਨਾ ਰੋ ਮੇਰੇ ਬਾਬਲਾ ਧੀਆਂ ਦੇ ਦੁੱਖ ਬੁਰੇ, ਮੈਂ ਕਦੋਂ ਨਦੀ ਸੀ ਜੋ ਮਾਰੂ ਥਲ ਵੱਲ ਤੁਰ ਪਈ, ਮੈਂ ਕਦੋਂ ਪੌਣ ਸੀ ਜੋ ਤੁਸੀਂ ਸਭ ਬੂਹੇ ਬਾਰੀਆਂ ਢੋ ਲਏ, ਮੈਂ ਕਦੋਂ ਤੇਰੀ ਕਾਇਨਾਤ ਮੰਗੀ ਸੀ ਜੋ ਤੂੰ ਘਬਰਾ ਗਿਆ, ਤੁਸੀਂ ਹੱਥ ਨਾ ਕੱਢਿਓ ਜੀ, ਔਤਾਂ ਪ੍ਰੇਤਾਂ ਦਾ ਨਾਂ ਕਿਸੇ ਨਹੀਂ ਲੈਣਾ, ਕਿਸੇ ਨੇ ਵੈਣ ਪਾਇਆ, ਮੈਂ ਕਦੋਂ ਹੱਥ ਕੱਢਿਆ ਸੀ, ਮੇਰੇ ਹੱਥ ਹੈ ਨਹੀਂ ਕਿੱਥੇ, ਦੀਵਾ ਜਗਾ ਦਿਓ ਬਹੁਤ ਹਨੇਰਾ ਹੈ, ਕੀ ਕੋਈ ਮਰਗ ਹੋ ਗਈ ਹੈ, ਮੈਂ ਮਰ ਗਈ, ਪਰ ਜੰਗ ਤਾਂ ਸਰਹੱਦ ਉੱਤੇ ਹੋਈ ਹੈ। 5:12 ਸਭ ਬੂਹੇ ਬਾਰੀਆਂ ਬੰਦ ਕਰ ਦਿਓ, ਮਤਾਂ ਪੌਣ ਕੋਈ ਸੁਨੇਹਾ ਲੈ ਆਵੇ, ਇੱਛਾ ਦੁੱਖ ਦਾ ਕਾਰਨ ਹੈ, ਅੱਖਾਂ ਵਿਚਲੇ ਸੂਰਜ ਬੁਝਾ ਦਿਓ, ਜੱਗ ਚਲੋ ਚਲੀ ਦਾ ਮੇਲਾ, ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਮਰਨ ਨਾਲ ਮੇਰੇ ਪਿਓ ਦੇ ਘਰ ਨੂੰ ਪੱਥਰ ਦਾ ਜੰਦਰਾ ਲੱਗ ਜਾਣਾ, ਅਤੇ ਮੇਰੇ ਆਪਣੇ ਘਰ ਨੂੰ
ਉਹਨੂੰ ਪਹਿਲਾਂ ਚੁੱਕ ਕੇ ਲੈ ਗਈਆਂ ਸਨ। ਮੈਂ ਪਾਗਲ ਨੇ, ਕਿਤੇ ਕੁਝ ਉਧਾਰ ਨਹੀਂ ਮਿਲ ਜਾਏਗਾ। ਸੁਣਿਆ ਇਸ ਮੁਲਕ ਵਿੱਚ ਤਾਂ ਲੇਖੇ ਜਨਮਾਂ ਜਨਮਾਂਤਰਾਂ ਤੱਕ ਚਲੇ ਜਾਂਦੇ ਨੇ। 10-12 ਦਰਵਾਜ਼ੇ ਉੱਤੇ ਦਸਤਕ ਹੋਈ। ਮੈਂ ਦਰਵਾਜ਼ਾ ਖੋਲ੍ਹਿਆ। ਬਾਹਰ ਕੋਈ ਨਹੀਂ, ਸਿਰਫ ਕਾਲੀ ਬੋਲੀ ਸਿਆਹ ਰਾਤ ਸੀ। ਸ਼ਾਇਦ ਕੋਈ ਉਹਨਾਂ ਵਿੱਚੋਂ ਆਇਆ ਹੋਵੇ ਜਿਹੜੇ ਬਹੁਤ ਸਾਲ ਪਹਿਲਾਂ ਇੱਥੇ ਰਹਿੰਦੇ ਸਨ ਅਤੇ ਹੁਣ ਦੁਨੀਆਂ 'ਚ ਨਹੀਂ। ਵਰਤਮਾਨ ਤੋਂ ਪਾਰ ਲੰਘ ਮੇਰੀਆਂ ਅੱਖਾਂ ਉਹਨਾਂ ਲੋਕਾਂ ਨੂੰ ਲੱਭ ਲੈਂਦੀਆਂ ਨੇ ਮੇਰੇ ਵਾਂਗ ਹੀ, ਜਿਹੜੇ ਕਦੇ ਇਸ ਘਰ 'ਚ ਰਹਿੰਦੇ ਸਨ ਅਤੇ ਇਸ ਘਰ ਨੂੰ ਆਪਣਾ ਘਰ ਕਹਿੰਦੇ ਸਨ। ਉਹ ਵੀ ਸਵੇਰੇ ਜਾਗਦੇ, ਦੁੱਧ ਚਾਹ ਪੀਂਦੇ, ਦਿਨ ਭਰ ਕੰਮ ਕਾਜ ਕਰਦੇ, ਰੋਟੀ ਖਾਂਦੇ, ਰਾਤ ਨੂੰ ਬਾਤਾਂ ਪਾਉਂਦੇ ਹੋਣਗੇ। ਅਤੇ ਫਿਰ ਇੱਕ ਇੱਕ ਕਰਕੇ ਪਤਾ ਨਹੀਂ ਉਹ ਸਭ ਕਿੱਧਰ ਚਲੇ ਗਏ, ਅਤੇ ਇੱਕ ਇੱਕ ਕਰਕੇ ਉਹਨਾਂ ਦੀ ਥਾਂ ਹੋਰ ਲੋਕ ਆਉਂਦੇ ਗਏ। ਕਦੇ ਕਦੇ ਕਿਸੇ ਦੇ ਤੁਰ ਜਾਣ ਉੱਤੇ ਘਰ 'ਚ 2-4 ਦਿਨ ਹਊ ਕਲਾਪ ਹੁੰਦਾ, ਅਤੇ ਕਦੇ ਕਿਸੇ ਦੇ ਆ ਜਾਣ ਉੱਤੇ ਘਰ ਦੇ ਦਰਵਾਜ਼ੇ ਉੱਤੇ ਬੰਧਨਵਾਰ ਬੰਨ੍ਹ ਦਿੱਤਾ ਜਾਂਦਾ ਸੀ। ਘਰ ਹੈਰਾਨ ਪਰੇਸ਼ਾਨ ਦੇਖਦਾ ਰਹਿੰਦਾ ਕਿ ਜਾਣ ਵਾਲੇ ਕਿੱਧਰ ਚਲੇ ਜਾਂਦੇ ਨੇ ਅਤੇ ਆਉਣ ਵਾਲੇ ਕਿੱਧਰੋਂ ਆ ਜਾਂਦੇ ਨੇ। ਜਾਣ ਵਾਲਿਆਂ ਵਿੱਚੋਂ ਕਦੇ ਕਦੇ ਕਿਸੇ ਨੂੰ ਇਹ ਘਰ ਜਦੋਂ ਯਾਦ ਆਉਂਦਾ ਹੈ ਤਾਂ ਉਹ ਪਰਤਦਾ ਹੈ, ਆ ਕੇ ਦੇਖਦਾ ਕੋਈ ਹੋਰ ਹੀ ਲੋਕ ਵੱਸਦੇ ਨੇ ਹੁਣ ਇਸ ਘਰ 'ਚ। ਜਿਹੜਾ ਸਫੈਦੇ ਦਾ ਬੂਟਾ ਕਿਸੇ ਨੇ ਲਾਇਆ ਸੀ ਹੁਣ ਦਰਖਤ ਬਣ ਚੁੱਕਿਆ ਅਤੇ ਉਹਦਾ ਇੱਕ ਟਾਹਣ ਖਿੜਕੀ ਵੱਲ ਉੱਲਰ ਆਇਆ। ਉਦੋਂ ਸਭ ਤੋਂ ਉੱਪਰਲੀ ਛੱਤ ਉੱਤੇ ਕਮਰੇ ਨਹੀਂ ਸਨ ਅਤੇ ਉੱਥੇ ਖਲੋਤਿਆਂ ਤਾਰੇ ਦਿਸਿਆ ਕਰਦੇ ਸਨ। ਨਲਕੇ 'ਚੋਂ ਤ੍ਰਿਪ ਤ੍ਰਿਪ ਪਾਣੀ ਉਦੋਂ ਵੀ ਇਉਂ ਹੀ ਡਿੱਗਦਾ ਹੁੰਦਾ ਸੀ, ਬੂਹੇ ਬਾਰੀਆਂ ਦਾ ਰੰਗ ਬਦਲਿਆ ਹੋਇਆ। ਉਹਦੇ ਰੋਸ਼ਨਦਾਨ 'ਚ ਇੱਕ ਚਿੜੀ ਰਹਿੰਦੀ ਹੁੰਦੀ ਸੀ, ਪਰ ਇਸ ਘਰ 'ਚ ਕੋਈ ਹੋਰ ਵੱਸਦੇ ਹਨ। ਉਸ ਆਉਣ ਵਾਲੇ ਨੂੰ ਨਹੀਂ ਜਾਣਦੇ, ਉਹਨਾਂ ਨੂੰ ਕੀ ਪਤਾ ਹੈ ਕਿ ਉਹ ਘਰ ਕਦੇ ਉਹਦਾ ਸੀ। ਉਸ ਪਰਤ ਕੇ ਆਏ ਦੀ ਗੱਲ ਸੁਣਦੀ ਮੈਂ ਬੜੀ ਦੂਰ ਲੰਘ ਜਾਂਦੀ ਹਾਂ, ਦੇਖਦੀ ਹਾਂ ਕੋਈ ਹੋਰ ਸਮਾਂ ਹੈ, ਇਸ ਘਰ 'ਚ ਕੋਈ ਹੋਰ ਹੀ ਲੋਕ ਰਹਿੰਦੇ ਹਨ। ਵਿਹੜੇ ਵਿਚਲੀ ਦੀਵਾਰ ਉੱਤੇ ਗਿੱਲੇ ਗਿੱਲੇ ਪਲਸਤਰ 'ਚ ਲਿਖਿਆ ਕਿਰਨ ਅਜੇ ਵੀ ਸਾਫ਼ ਦਿਸਦਾ ਹੈ। ਕਿਰਨ ਕੌਣ ਸੀ? ਚਿੜੀਆਂ ਜਦੋਂ ਸਫੈਦੇ ਦੇ ਦਰਖਤਾਂ ਨੂੰ ਪੁੱਛਦੀਆਂ ਹਨ ਤਾਂ ਉਹ ਦੱਸਦਾ ਉਹ ਇੱਕ ਕੁੜੀ ਸੀ ਜਿਹਨੂੰ ਬੜੀ ਬੜੀ ਰਾਤ ਗਈ ਤੱਕ ਨੀਂਦ ਨਹੀਂ ਸੀ ਆਉਂਦੀ ਹੁੰਦੀ। ਕਦੇ ਕਦੇ ਕੋਠੇ ਉੱਤੇ ਖਲੋ ਕੇ ਉਹ ਦੇਖਦੀ ਹੁੰਦੀ ਸੀ ਕਿ ਕੀ ਇਸ ਵੇਲੇ ਕਿਸੇ ਹੋਰ ਘਰ ਵੀ ਦੀਵਾ ਬਲ ਰਿਹਾ। ਚਿੜੀਆਂ ਉੱਡ ਜਾਂਦੀਆਂ ਹਨ, ਮੁਰਗਾ ਬਾਗ ਦਿੰਦਾ ਹੈ। ਇਹ ਬਾਂਗ ਕਿਸ ਗੌਤਮ ਲਈ ਹੈ? ਮੈਂ ਬੂਹਾ ਭੀੜ ਕੇ ਮੰਜੇ 'ਤੇ ਪੈ ਜਾਂਦੀ ਹਾਂ। ਬੀਬੀ ਦੇ ਉੱਠ ਕੇ ਪਾਠ ਕਰਨ ਦਾ ਵੇਲਾ ਹੋ ਗਿਆ, ਬਾਹਰ ਫਿਰ ਪੈੜ ਚਾਲ ਸੁਣਾਈ ਦਿੰਦੀ ਹੈ। ਮੈਂ ਉੱਠ ਕੇ ਬੂਹਾ ਖੋਲ੍ਹਦੀ ਹਾਂ, ਸੋਚਦੀ ਹਾਂ ਭਲਕੇ ਜਦੋਂ ਮੈਂ ਇਉਂ ਆਈ ਕਿ ਕੋਈ ਬੂਹਾ ਖੋਲ੍ਹੇਗਾ। ਦੂਰ ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ, ਮੈਨੂੰ ਲੱਗਿਆ ਜਿਹੜਾ ਕੋਈ ਆਇਆ ਸੀ ਉਹ ਇਸ ਗੱਡੀ ਮੁੜ ਚੱਲਿਆ ਹੈ। 21-12 ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਕਿਹੜੇ ਦੇਸ ਬਾਬਲ ਪੁੱਛੇਗਾ, ਪਤਾ ਨਹੀਂ ਕਿਹੜੇ ਦੇਸ, ਹਾਂ ਪਤਾ ਨਹੀਂ। 31-12 ਮੈਂ ਦਸਤਕ ਸੁਣ ਲਈ ਹੈ, ਇਸ ਤੋਂ ਅੱਗੇ ਡਾਇਰੀ ਵਿੱਚ ਕੁਝ ਨਹੀਂ ਸੀ ਲਿਖਿਆ ਹੋਇਆ, ਸਭ ਵਰਕੇ ਖਾਲੀ ਪਏ ਸਨ। ਅਤੇ ਸੁਣਦੇ ਹਾਂ ਇੱਕ ਦਿਨ ਦੁਪਹਿਰੇ ਕਿਰਨਜੀਤ ਘਰੋਂ ਗਈ, ਰਾਤ ਤੱਕ ਮੁੜ ਕੇ ਨਾ ਆਈ, ਰਾਤ ਨੂੰ ਵੀ ਨਾ ਆਈ, ਅਗਲੇ ਦਿਨ ਵੀ ਨਾ, ਅਤੇ ਉਸ ਤੋਂ ਅਗਲੇ ਦਿਨ ਵੀ ਨਾ। ਹੁਣ ਤਾਂ ਬਹੁਤ ਦਿਨ ਲੰਘ ਗਏ ਨੇ ਪਰ ਉਹ ਮੁੜ ਕੇ ਨਹੀਂ ਆਈ। ਕੋਈ ਆਖਦਾ ਉਹ ਸਿਖਰ ਦੁਪਹਿਰੇ ਭਾਖੜਾ ਨਹਿਰ ਵੱਲ ਤੁਰੀ ਜਾ ਰਹੀ ਸੀ, ਕੋਈ ਦੱਸਦਾ ਗੱਡੀ ਚੜ੍ਹਦੀ ਮੈਂ ਆਪ ਦੇਖੀ ਹੈ, ਉਸ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਕੋਈ ਤੀਸਰਾ ਕਹਿੰਦਾ ਕਿਸੇ ਦੇ ਨਾਲ ਟੈਕਸੀ 'ਚ ਬੈਠੀ ਜਾਂਦੀ ਸੀ, ਜਵਾਨ ਜਿਹਾ ਆਦਮੀ ਸੀ ਨਾਲ। ਕੋਈ ਦੱਸਦਾ ਨਾਂਗੇ ਸਾਧੂਆਂ ਦੇ ਟੋਲੇ ਨਾਲ ਤੁਰ ਗਈ, ਕੁਝ ਸਿਰ ਪਾ ਕੇ ਪਿੱਛੇ ਲਾ ਕੇ ਲੈ ਗਏ। ਫਿਲਾਸਫੀ ਵਾਲੇ ਪ੍ਰੋਫੈਸਰ ਦਾ ਕੀ ਖਿਆਲ, ਬੰਗਾਲ ਚਲੀ ਗਈ ਹੈ ਕਮਿਊਨਿਸਟਾਂ ਨਾਲ ਰਲ ਕੇ, ਨੀ ਰੰਡੇਪਾ ਕੱਟਣਾ ਕਿਤੇ ਸੁਖਾਲਾ, ਤੁਰ ਗਈ ਕਿਧਰੇ ਨੂੰ ਕਰਕੇ ਮੂੰਹ ਸਿਰ ਕਾਲਾ, ਕੋਈ ਗਲੀ ਮਹੱਲੇ ਦੀ ਜਨਾਨੀ ਦੂਜੀ ਜਨਾਨੀ ਨੂੰ ਦੱਸਦੀ ਹੈ। ਉਹਦੇ ਤਾਂ ਲੱਛਣ ਹੀ ਦੀਂਦੇ ਸੀ, ਨੱਕ 'ਚੋਂ ਤਾਂ ਉਹਨੇ ਤੀਲੀ ਨਹੀਂ ਸੀ ਲਾਈ, ਆਦਮੀ ਮਰੇ ਤੋਂ ਅਗਲੀ ਜਵਾਬ ਦਿੰਦੀ। ਰੱਬ ਵਕਤ ਨਾ ਪਾਵੇ ਕਿਸੇ 'ਤੇ, ਭਾਵੇਂ ਕੁਛ ਵੀ ਹੈ, ਕੁੱਲ ਨੂੰ ਦਾਗ ਲੱਗ ਗਿਆ, ਕੋਈ ਸਿਆਣੀ ਬਿਆਣੀ ਕਹਿੰਦੀ। ਨਹੀਂ ਨਹੀਂ ਇਹ ਸਭ ਝੂਠ ਹੈ, ਇਹ ਬਕਵਾਸ ਹੈ, ਇਹ ਸਭ ਲੋਕਾਂ ਦੀਆਂ ਉਡਾਈਆਂ ਹੋਈਆਂ ਗੱਲਾਂ ਨੇ, ਕਿਰਨ ਇਹੋ ਜਿਹੀ ਨਹੀਂ ਹੋ ਸਕਦੀ, ਇਹ ਸਭ ਝੂਠ ਹੈ, ਮੇਰਾ ਦਿਲ ਆਖਦਾ। ਕਿਰਨਜੀਤ ਦੀ ਮਾਂ ਰੋਣ ਹਾਕੀ ਹੋ ਕੇ ਆਖਦੀ ਅਤੇ ਅੰਦਰ ਵੜ ਵੜ ਰੋਂਦੀ। ਧੰਨਵਾਦ।
ओवर एंड ऑल ओवर।